ਰੇਡੀਓ ਚੰਨ ਪ੍ਰਦੇਸੀ ਦੇ ਮਾਣ ਮੱਤੇ ਸਰੋਤਿਓ ਸਵਾਗਤ ਕਰਦੇ ਹਾਂ ਤੁਹਾਡਾ ਰੇਡੀਓ ਚੰਨ ਪ੍ਰਦੇਸੀ ਦੀ ਪੰਜਾਬੀ ਸੱਥ ਵਿਚ। ਮੈਂ ਤੁਹਾਡਾ ਦੋਸਤ ਤੇ ਹੋਸਟ ਸਰਵਣ ਸਿੰਘ ਟਵਾਣਾ, ਅਮਰੀਕਾ ਦੀ ਵਿੰਡੀ ਸਿਟੀ ਸ਼ਿਕਾਗੋ ਤੋਂ, ਤੇ ਮੇਰਾ ਸਾਥ ਦੇ ਰਹੇ ਨੇ ਉੱਘੇ ਪੱਤਰਕਾਰ ਤੇ ਬਰਾਡਕਾਸਟਰ ਸਰਦਾਰ ਸੰਤੋਖ ਸਿੰਘ ਜੀ ਗਿੱਲ, ਗੁਰੂ ਸਰ ਸੁਧਾਰ ਤੋਂ। ਗਿੱਲ ਸਾਹਿਬ, ਸਤਿ ਸ੍ਰੀ ਅਕਾਲ ਜੀ, ਗੁੱਡ ਮਾਰਨਿੰਗ, ਕੀ ਹਾਲ ਚਾਲ ਨੇ ਤੁਹਾਡੇ? ਸਤਿ ਸ੍ਰੀ ਅਕਾਲ ਟਵਾਣਾ ਜੀ, ਗੁੱਡ ਮਾਰਨਿੰਗ, ਹਾਲ ਚਾਲ ਵਧੀਆ ਨੇ? ਚਲੋ ਵਧੀਆ ਹੋਣੇ ਚਾਹੀਦੇ ਨੇ, ਬੜੀ ਖੁਸ਼ੀ। ਕਈਆਂ ਦੇ ਘਟੀਆਂ ਵੀ ਹੋਗੇ, ਅਜੇ ਹੋਣਗੇ, ਅਜੇ ਤਾਂ ਪਏ ਪਏ ਨੇ ਦੋ ਦਿਨ। ਕਈ ਰਾਤ ਦੇ ਉਸਲ ਬੱਟੇ ਜੇ ਲਈ ਜਾਂਦੇ ਨੇ, ਕਿਉਂਕਿ ਅਸਲੀ ਨਤੀਜੇ ਤਾਂ ਆਉਣੇ ਆ 10 ਨੂੰ, ਆ ਜਿਹੜੇ ਨਕਲੀ ਨਤੀਜੇ ਆਏ ਨੇ ਇਹਨੇ ਕਈਆਂ ਦੇ ਵੱਟ ਪੈਣ ਲਾ ਤੇ ਢਿੱਡ ਚ। ਦੇਖੋ ਜੀ, ਗੱਲ ਤਾਂ ਏਦਾਂ ਦੀ ਹੈ, ਵੱਟ ਤਾਂ ਪੈਣ ਲੱਗੇ ਜਾਂਦੇ ਨੇ ਗਿੱਲ ਸਾਹਿਬ, ਭਾਵੇਂ ਕੁਛ ਵੀ ਹੋਵੇ। ਤੇ ਹੁਣ ਮੈਂ ਇਹ ਤਾਂ ਨਹੀਂ ਕਹਿ ਸਕਦਾ, ਉਹਨਾਂ ਨੇ ਮਿਹਨਤ ਬਹੁਤ ਕਰੀ ਹੈ, ਮਿਹਨਤ ਤਾਂ ਕਰੀ ਹੈ, ਪਰ ਕਾਹਦੇ ਵਾਸਤੇ ਕਰੀ ਹੈ ਇਹ ਬਾਤ ਵੱਖਰੀ ਗੱਲ ਹੈ। ਬੰਦੇ ਨੇ ਸਵੇਰੇ ਸਵੇਰੇ ਮੈਂ ਪੋਸਟ ਪੜ੍ਹ ਰਿਹਾ ਸੀ, ਕਹਿੰਦਾ ਚੰਨੀ ਨੇ ਲਿਖਿਆ ਤੂੰ ਕਿਆ ਕਰਦਾ ਯਾਰ, ਜਦੋਂ ਕਲਗੀਆਂ ਵਾਲੇ ਨੀ ਬੱਚੇ, ਕਹਿੰਦਾ ਫਿਰ ਟੈਂਟ ਵਾਲੇ ਭਾਈ ਨੂੰ ਕਿਹਨੇ ਪੁੱਛਣਾ। ਗੱਲ ਤਾਂ ਪੱਕੀ ਆ ਉਹਦੀ, ਇਹ ਤਾਂ ਕੋਈ ਸ਼ੱਕ ਨੀ ਹੈਗਾ। ਕਹਿੰਦਾ ਵੀ ਜਦੋਂ ਕਹਿੰਦਾ ਕਲਗੀਆਂ ਵਾਲੇ ਰੁੜ ਗਏ ਫਿਰ ਟੈਂਟ ਵਾਲਾ ਭਾਈ ਕਿਹਨੇ ਪੁੱਛਣਾ ਵੀ। ਬਿਲਕੁਲ ਬਿਲਕੁਲ, ਇਹ ਚ ਕੋਈ ਸ਼ੱਕ ਨੀ। ਆਪਾਂ ਆਪਦਾ ਟੈਂਟ ਦਾ ਕੰਮ ਕਹਿੰਦਾ ਦੁਬਾਰਾ ਸ਼ੁਰੂ ਕਰ ਲੈਣਾ, ਉਹਦੇ ਜਿਆਦਾ ਫਾਇਦਾ। ਚਲੋ ਉਹ ਤਾਂ ਹੁਣ ਦੇਖੋ ਜੀ, ਗੱਲ ਜਿਹਨੂੰ ਮਾੜੀ ਮੋਟੀ ਕਿਰਤ ਆਉਂਦੀ ਹੈ, ਹੱਥੀ ਕੰਮ ਕਰਨ ਦੀ ਜਿਹਨੂੰ ਆਦਤ ਹੈ, ਉਹ ਕਦੋਂ ਵੀ ਆਪਣਾ ਕੰਮ ਸ਼ੁਰੂ ਕਰ ਸਕਦਾ, ਉਹਦੇ ਵਿਚ ਕੋਈ ਬੜੀ ਗੱਲ ਨਹੀਂ ਹੁੰਦੀ। ਪਰ ਇੱਕ ਗੱਲ ਜ਼ਰੂਰ ਹੈ, ਜਿਹੜਾ ਲੋਕਾਂ ਦੀ ਦੇ ਖੂਨ ਪਸੀਨੇ ਦੀ ਕਮਾਈ ਦੇ ਸਿਰ ਤੇ ਪਲਦਾ ਹੈ, ਜਾਂ ਉਹਨੂੰ ਫਿਰ ਆਦਤ ਪੈ ਜਾਂਦੀ ਹੈ ਵਿਹਲੇ ਬਹਿ ਕੇ ਇੱਕ ਖਾਣ ਦੀ, ਉਹ ਬੰਦੇ ਨੂੰ ਜਦੋਂ ਉਹਦੇ ਭੀੜ ਪੈਂਦੀ ਹੈ ਨਾ, ਬੜੀ ਔਖੀ ਹੋ ਜਾਂਦੀ ਹੈ, ਬੜਾ ਦੁੱਖ ਲੱਗਦਾ ਉਸ ਬੰਦੇ ਨੂੰ। ਭਾਵੇਂ ਹੁਣ ਸਾਡੇ ਮਜੀਠੀਆ ਸਾਹਿਬ ਜੇਲ੍ਹ ਦੇ ਵਿਚ ਬੰਦ ਨੇ, ਪਰ ਬੜੀ ਐਸ਼ ਦੀ ਜ਼ਿੰਦਗੀ ਮਤਲਬ ਗੁਜ਼ਾਰੀ ਆ ਸਾਰੀ ਲਾਈਫ, ਪਰ ਅੱਜ ਜਿਹੜੇ ਨਤੀਜਿਆਂ ਦੇ ਰਿਜ਼ਲਟ, ਬਾਹਰ ਰਹਿ ਕੇ ਆਨੰਦ ਮਾਣਨਾ ਸੀ, ਅੱਜ ਜੇਲ੍ਹ ਦੇ ਵਿਚ ਆਨੰਦ ਮਾਣਨ ਦਾ ਨਜ਼ਾਰਾ, ਉਹ ਵੱਖਰਾ ਹੀ ਹੋਊਗਾ। ਉਹਨਾਂ ਦੇ ਦਿਲ ਤੇ ਜਿਹੜੀ ਬੀਤਦੀ ਹੋਊਗੀ, ਉਹ ਸ਼ਾਇਦ ਕਿਸੇ ਹੋਰ ਦੇ ਉੱਤੇ ਨਾ ਬੀਤਦੀ ਹੋਵੇ। ਇਸੇ ਤਰ੍ਹਾਂ ਭੁਪਿੰਦਰ ਹਨੀ, ਜਿਹੜਾ ਕਿ ਚੰਨੀ ਦਾ ਭਾਣਜਾ, ਜਾਂ ਕਹਿ ਦਈਏ ਜਾਂ ਉਹਦੀ ਸਾਲੀ ਦਾ ਮੁੰਡਾ ਕਹਿ ਦਈਏ, ਵੀ ਜੋ ਮਰਜ਼ੀ ਕਹਿ ਦੋ, ਉਹਦੇ ਵਿਚ ਰਿਸ਼ਤੇਦਾਰੀ ਕਿਹੜੀ ਹੈ, ਕਿੱਧਰ ਨੂੰ ਹੈ, ਉਹ ਆਪੇ ਕੱਢ ਲੈਣਗੇ ਉਹ। ਪਰ ਉਹਨਾਂ ਦੇ ਦਿਲਾਂ ਤੇ ਕੀ ਬੀਤਦੀ ਹੈ ਉਹ ਬਾਅਦ ਚ ਪਤਾ ਲੱਗੂਗਾ ਜੀ। ਬਿਲਕੁਲ ਬਿਲਕੁਲ, ਉਹ ਤਾਂ ਚੰਗਾ ਹੈ, ਕਿਉਂਕਿ ਮਜੀਠੀਆ ਸਾਹਿਬ ਜੇਲ੍ਹ ਚ ਬੈਠੇ ਨੇ, ਬਾਹਰ ਲੋਕਾਂ ਨੇ ਪਰੇਸ਼ਾਨ ਕਰਨਾ ਸੀ ਜੇ ਹਾਰ ਜਾਂਦੇ, ਉੱਥੇ ਅੰਦਰ ਕੋਈ ਖਾਵਾ ਫਰਕ ਨਹੀਂ ਪੈਂਦਾ, ਉੱਥੇ ਅੰਦਰਲੀ ਗੱਲ ਅੰਦਰ ਹੀ ਰਹਿ ਜਾਣੀ ਹੈ, ਬਾਹਰ ਨਹੀਂ ਆਉਣੀ। ਆ ਗੱਲ ਜੀ ਮੈਨੂੰ ਹੋਰ ਤਰ੍ਹਾਂ ਲੱਗੀ ਹੈ ਗੱਲ, ਜੇ ਹਾਰ ਜਾਂਦੇ ਲੱਗਦਾ ਵੀ ਹਾਰਨਗੇ ਗਿੱਲ ਸਾਹਿਬ? ਹਾਂ ਲੱਗਦਾ, ਮੈਨੂੰ ਲੱਗਦਾ ਤੁਸੀਂ ਵੱਡੇ ਬਾਦਲ ਦੇ ਕੋਲ ਬੈਠ ਜਾ ਕੇ ਆਏ ਹੋ। ਹੁਣ ਤਾਂ ਵੱਡੇ ਆਪਣੇ ਨਵਜੋਤ ਸਿੱਧੂ ਨੇ ਵੀ ਕਹਿਤਾ, ਕਹਿੰਦਾ ਮਜੀਠੀਆ ਤੀਜੇ ਨੰਬਰ ਤੇ ਆਊਗਾ, ਉਹਨੇ ਆਏ ਨੀ ਕਿਹਾ ਪਹਿਲੇ ਤੇ ਮੈਂ ਆਊਂਗਾ। ਅੱਛਾ, ਜਾਨੀ ਕਹਿੰਦਾ ਮਜੀਠੀਆ ਨਵਜੋਤ ਸਿੱਧੂ ਇਹ ਸਮਝਦਾ। ਨਵਜੋਤ ਸਿੱਧੂ ਇਹ ਸਮਝਣ ਦੀ ਕੋਸ਼ਿਸ਼ ਕਰ ਰਿਹਾ ਵੀ ਮੇਰਾ ਨੰਬਰ ਵੀ ਪਹਿਲਾ ਜਾਂ ਦੂਜਾ ਹੋ ਸਕਦਾ, ਪਰ ਮਜੀਠੀਆ ਤੀਜਾ। ਉਹਨੇ ਇਹ ਤਾਂ ਮੰਨ ਲਿਆ ਨਾ ਵੀ ਮੇਰੀ ਲੜਾਈ ਜੀਵਨ ਜੋਤ ਨਾਲ ਆ, ਮਜੀਠੀਆ ਨਾਲ ਨਹੀਂ ਹੈ। ਦੇਖੋ ਲੜਾਈ ਤਾਂ ਜੀਵਨ ਦੇ ਨਾਲ ਹੀ ਹੁੰਦੀ ਹੈ ਹਰੇਕ ਬੰਦੇ ਦੀ, ਜੇ ਜੋਤ ਦੇ ਨਾਲ ਵੀ ਹੁੰਦੀ ਹੈ। ਹੁਣ ਮੈਨੂੰ ਨੀ ਪਤਾ ਨਵਜੋਤ ਸਿੱਧੂ ਦੀ ਕਿਹਦੇ ਨਾਲ ਲੜਾਈ ਹੈ ਕਿਹਦੇ ਨਾਲ ਨਹੀਂ, ਪੰਗੇ ਤਾਂ ਉਹ ਵੀ ਬਹੁਤ ਨਾਲ ਲੈਂਦਾ, ਜੀਵਨ ਜੂਵਨ ਦੀ ਪਰਵਾਹ ਨੀ ਕਰਦਾ ਉਹ, ਪਰ ਜੋਤ ਆ ਗਈ ਵਿਚ ਉਹ ਪੰਗਾ ਪੈ ਗਿਆ ਉਹਨੂੰ। ਇਹ ਤਾਂ ਖੁਦ ਵੀ ਨਵਜੋਤ ਹੈ ਤੇ ਚਲੋ ਕੋਈ ਗੱਲ ਨੀ ਹੈ। ਜਿਹੜੇ ਇਹ ਕੱਲ ਸ਼ਾਮ ਨੂੰ 6 ਵਜੇ ਸਤਵਾਂ ਗੇੜ ਉੱਤਰ ਪ੍ਰਦੇਸ਼ ਦੀਆਂ ਚੋਣਾਂ ਦਾ ਨਿਬੜਿਆ, ਤੇ ਨਿਬੜਨ ਦੇ ਸਾਰ ਹੀ
ਟੀਵੀ ਚੈਨਲਾਂ ਨੇ ਆਪਦੇ ਪੈਨਲਾਂ ਦੇ ਵਿੱਚ ਕਈ ਲੋਕਾਂ ਨੂੰ ਬਿਠਾ ਰੱਖਿਆ ਸੀ, ਕੋਈ ਆਪਣੇ ਆਪ ਨੂੰ ਮਾਹਰ ਦੱਸਦਾ ਸੀ, ਕੋਈ ਪੱਤਰਕਾਰ ਦੱਸਦਾ ਸੀ, ਕੋਈ ਕਿਸੇ ਰਾਜਨੀਤਿਕ ਪਾਰਟੀ ਦਾ ਆਗੂ ਸੀ, ਜਿਹਦੇ ਜਿਹਦੇ ਤਾਂ ਹੱਕ ਚ ਨਤੀਜੇ ਜਾਂਦੇ ਦੱਸਦੇ ਸੀਗੇ ਐਗਜ਼ਿਟ ਪੋਲ ਦੇ, ਉਹ ਤਾਂ ਬਾਗੀਆਂ ਪਾਉਂਦੇ ਸੀ, ਉਹ ਤਾਂ ਕਹਿੰਦੇ ਸੀ ਆਹੀ ਨਤੀਜਾ ਆਊਗਾ ਕੱਲ ਨੂੰ ਪਰਸੋਂ ਨੂੰ, ਤੇ ਜਿਨ੍ਹਾਂ ਦੇ ਹੱਕ ਚ ਨਹੀਂ ਸੀ ਜਾਂਦੇ ਉਹ ਕਹਿੰਦੇ ਪਿੱਛੇ ਵੀ ਝੂਠ ਇਹਨਾਂ ਨੇ ਬਹੁਤ ਮੰਨਿਆ, ਇਹਦਾ ਕੀ ਹੈ ਜੀ ਤਾਂ ਹਰੇਕ ਵਾਰੀ ਆਈ ਕਹਿੰਦੇ ਨੇ, ਪਰ ਨਤੀਜੇ ਅਸਲ ਚ ਤਾਂ ਦਸ ਆਉਣੇ ਨੇ, ਤੇ ਜਿਨ੍ਹਾਂ ਦੇ ਹੱਕ ਜਾਂਦੇ ਸੀ ਉਹਨਾਂ ਨੂੰ ਐਂ ਲੱਗਦਾ ਸੀ ਜਿਹੜੇ ਅੱਜ ਵਾਲੇ ਨੇ ਇਹੀ ਸਹੀ ਆ। ਸੋ ਮੈਂ ਸਮਝਦਾ ਵੀ ਆਪਾਂ ਇੱਕ ਵਾਰੀ ਬੜੀ ਜੀ ਝਾਤੀ ਮਾਰ ਹੀ ਲਈਏ ਆਪਾਂ ਵੀ ਕੁੱਲ ਮਿਲਾ ਕੇ ਕਿੱਥੇ ਕੁ ਗੱਲ ਜਾਂਦੀ ਆ। ਜਿਹੜੀਆਂ ਪੰਜਾਬ ਦੀਆਂ ਚੋਣਾਂ ਬਾਰੇ ਜੇ ਆਪਾਂ ਗੱਲ ਕਰਾਂਗੇ ਬਿਲਕੁਲ, ਤਾਂ ਏਬੀਪੀ ਨਿਊਜ਼ ਵਾਲਿਆਂ ਨੇ ਸੀ ਵੋਟਰ ਦੇ ਨਾਲ ਸਾਂਝਾ ਚੋਣ ਸਰਵੇਖਣ ਕੀਤਾ ਸੀ, ਏਬੀਪੀ ਨਿਊਜ਼ ਵਾਲਿਆਂ ਦਾ ਤੇ ਸੀ ਵੋਟਰ ਦਾ ਸਾਂਝਾ ਸਰਵੇਖਣ ਸੀਗਾ, ਉਹਦੇ ਚ ਉਹ ਆਮ ਆਦਮੀ ਪਾਰਟੀ ਨੂੰ 51-62 ਸੀਟਾਂ ਦੇ ਰਹੇ ਨੇ, ਕਾਂਗਰਸ ਦੇ ਹਿੱਸੇ 22-28 ਦੱਸੀਆਂ ਜਾ ਰਹੀਆਂ ਨੇ, ਅਕਾਲੀ ਦਲ ਨੂੰ 20-26 ਤੇ ਭਾਰਤੀ ਜਨਤਾ ਪਾਰਟੀ ਢੀਂਡਸਾ ਤੇ ਉਦੋਂ ਕੁੰਡੀ ਵਾਲਾ ਅਮਰਿੰਦਰ ਇਹਨਾਂ ਨੂੰ 7-13 ਸੀਟਾਂ ਦੱਸੀਆਂ ਜਾ ਰਹੀਆਂ ਨੇ। ਤੇ ETG ਰਿਸਰਚ ETG ਰਿਸਰਚ ਵਾਲੇ ਨੇ ਜਿਹੜੇ ਉਹ ਆਪ ਨੂੰ 70-75 ਦੇ ਰਹੇ ਨੇ ਤੇ ਕਾਂਗਰਸ ਨੂੰ 27-33 ਤੇ ਅਕਾਲੀ ਦਲ ਨੂੰ 7-13 ਤੇ ਭਾਜਪਾ ਨੂੰ 3-7 ਤੇ ਇੰਡੀਆ ਨਿਊਜ਼ ਵਾਲੇ ਜਿਹੜੇ ਨੇ ਇਹ ਕਿਸੇ ਵੀ ਸਰਕਾਰ ਨੂੰ ਬਣਨ ਦੀ ਉਮੀਦ ਕਰਦੇ, ਉਹਨਾਂ ਨੂੰ ਐ ਲੱਗਦਾ ਵੀ ਆਪ ਵਾਲੇ 39-43 ਸੀਟਾਂ ਲਗਾ ਕੇ ਵੱਡੀ ਪਾਰਟੀ ਬਣੂਗੀ ਤੇ ਕਾਂਗਰਸ ਨੂੰ 23-26 ਰਹਿ ਜਾਣੀਆਂ ਨੇ, ਅਕਾਲੀ ਦਲ ਦੇ ਹਿੱਸੇ 22-25 ਤੇ ਭਾਜਪਾ ਨੂੰ 6-8 ਦੱਸਦੇ ਨੇ। ਪਰ ਜਿਹੜਾ ਇੰਡੀਆ ਟੂਡੇ ਆ ਉਹ ਆਪ ਨੂੰ 76-90 ਸੀਟਾਂ, ਕਾਂਗਰਸ ਨੂੰ 19-33 ਸੀਟਾਂ ਤੇ ਅਕਾਲੀ ਦਲ ਨੂੰ 7-11 ਤੇ ਭਾਜਪਾ ਦਾ ਜਿਹੜਾ ਗੱਠਜੋੜ ਆ ਉਹਨੂੰ 1-4। ਮੈਨੂੰ ਦੇ ਟੀਮ ਜਿਹੜਾ ਪੰਜਾਬ ਆ ਉਹ ਆਮ ਆਦਮੀ ਪਾਰਟੀ ਨੂੰ 62-70 ਸੀਟਾਂ ਦੇਣ ਦਾ ਦੱਸਦਾ, ਤੇ ਕਾਂਗਰਸ ਨੂੰ 23-31, ਅਕਾਲੀ ਦਲ ਨੂੰ 16-24, ਭਾਜਪਾ ਨੂੰ 1-3। ਤੇ ਜਿਹੜਾ ਨਿਊਜ਼ ਐਕਸ ਹੈ ਇਹ ਮਤਲਬ ਜਿਹਨੂੰ ਕਹਿੰਦੇ ਨੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਬਣਾਉਂਦਾ ਪਰ ਬਿਲਕੁਲ ਮਾਰਜਨਲ ਢੰਗ ਨਾਲ, ਇਹ ਕਹਿੰਦਾ ਵੀ ਆਮ ਆਦਮੀ ਪਾਰਟੀ ਨੂੰ 56-61 ਸੀਟਾਂ ਆਉਣ ਦੀ ਉਮੀਦ ਆ, ਕਾਂਗਰਸ ਨੂੰ 24-29, ਅਕਾਲੀ ਦਲ ਨੂੰ 22-26 ਤੇ ਭਾਜਪਾ ਨੂੰ 1-6। ਰਿਪਬਲਿਕ ਟੀਵੀ ਵਾਲੇ ਆਪ ਆਮ ਆਦਮੀ ਪਾਰਟੀ ਨੂੰ 62-70, ਕਾਂਗਰਸ ਨੂੰ 23-31 ਤੇ ਅਕਾਲੀ ਦਲ ਨੂੰ 16-24 ਤੇ ਭਾਜਪਾ ਨੂੰ 1-3 ਸੀਟਾਂ ਦੇ ਰਹੇ। ਤੇ ਟਾਈਮਜ਼ ਦਾ ਉਹ ਵਾਲਿਆਂ ਨੇ ਸਿੱਧਾ ਸਿੱਧਾ ਹੀ ਕਿਹਾ ਵੀ ਆਪ 70, ਕਾਂਗਰਸ 22, ਅਕਾਲੀ 19 ਤੇ ਭਾਜਪਾ ਤੇ ਉਹਦਾ ਗੱਠਜੋੜ 5। ਤੇ ਪੋਲ ਆਫ ਐਗਜ਼ਿਟ ਪੋਲ, ਜਿਹੜਾ ਪੋਲ ਆਫ ਐਗਜ਼ਿਟ ਪੋਲਸ ਹੈ ਇਹ NDTV ਵਾਲਿਆਂ ਨੇ ਕੀਤਾ। NDTV ਵਾਲਿਆਂ ਨੇ ਸਾਰਿਆਂ ਦਾ ਰਲਾ ਕੇ, ਕਿਉਂਕਿ ਮੈਂ ਤੁਹਾਨੂੰ ਹੋਰ ਦੱਸ ਰਿਹਾ, ਜਿਹੜਾ ਇਸ ਤੋਂ ਬਿਨਾਂ ਇੱਕ ਹੋਰ ਚਾਣਕੀਆ ਕਰਕੇ ਹੈਗਾ ਪੋਰਟਲ, ਉਹਨਾਂ ਨੇ News24 ਵਾਲਿਆਂ ਨਾਲ ਮਿਲ ਕੇ ਜਿਹੜੇ ਨਤੀਜੇ ਕੱਢੇ ਨੇ, ਉਹਨਾਂ ਨੇ ਆਮ ਆਦਮੀ ਪਾਰਟੀ ਨੂੰ 100+10+-10, ਉਹਨਾਂ ਨੇ ਕਿਹਾ ਵੀ 90-110 100 ਉਹਨਾਂ ਨੇ ਐਵਰੇਜ ਦਿੱਤੀ ਆ ਵੀ 100 ਆਮ ਆਦਮੀ ਪਾਰਟੀ ਨੂੰ ਮਿਲ ਸਕਦੀ ਆ ਤੇ 17 ਸੀਟਾਂ ਉਹ ਬਾਕੀ ਸਾਰਿਆਂ ਨੂੰ ਦਿੰਦੇ ਨੇ ਜਿਹਨਾਂ ਚੋਂ 10 ਕਾਂਗਰਸ ਨੂੰ ਤੇ ਬਾਕੀ 7 ਅਕਾਲੀ ਦਲ ਨੂੰ ਤੇ BJP ਗੱਠਜੋੜ ਨੂੰ ਜਾਂ ਜਿਹੜੇ ਅਦਰ ਨੇ ਜਿਹਨਾਂ ਚ ਕਿਸਾਨ ਮੋਰਚਾ ਜਾਂ ਹੋਰ ਉਹਨਾਂ ਨੂੰ 0 ਦੇ ਰਿਹਾ। ਤੇ ਇਹ NDTV ਵਾਲਿਆਂ ਦਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਪੋਲ ਆਫ ਐਗਜ਼ਿਟ ਪੋਲਸ, ਇਹਨਾਂ ਨੇ ਜਿੰਨੇ ਐਗਜ਼ਿਟ ਪੋਲ ਹੋਏ ਨੇ ਉਹਨਾਂ ਸਾਰਿਆਂ ਦੀ ਐਵਰੇਜ ਕੱਢ ਕੇ ਆਮ ਆਦਮੀ ਪਾਰਟੀ ਦੇ ਹਿੱਸੇ 67 ਦੱਸੀਆਂ ਨੇ, ਕਾਂਗਰਸ ਨੂੰ 25 ਦੱਸੀਆਂ ਨੇ, ਅਕਾਲੀ ਦਲ ਨੂੰ 21 ਤੇ ਭਾਜਪਾ ਨੂੰ 4 ਸੀਟਾਂ ਦਾ ਉਹਨਾਂ ਨੇ ਆਉਣ ਵਾਲੇ ਅਨੁਮਾਨ ਲਾਏ ਨੇ। ਹੁਣ ਇਸ ਮਾਮਲੇ ਚ ਜਿਹੜੇ ਆਮ ਆਦਮੀ ਪਾਰਟੀ ਦੇ
ਵਿਰੋਧੀ ਧਿਰ ਦੇ ਨੇਤਾ ਨੇ ਹਰਪਾਲ ਚੀਮਾ, ਉਹ ਤਾਂ ਇਹ ਕਹਿ ਰਹੇ ਨੇ ਵੀ ਜਿਹੜੀ ਇਹ ਐਗਜ਼ਿਟ ਪੋਲ ਆ, ਇਹ ਜਿਹੜਾ ਲੋਕਾਂ ਵੱਲੋਂ ਹੁੰਗਾਰਾ ਸਾਨੂੰ ਮਿਲਿਆ ਇਹ ਉਹਦੀ ਤਰਜਮਾਨੀ ਕਰਦਾ, ਤੇ ਅਸੀਂ ਪੂਰੇ ਆਸ ਕਰਦਾ ਵੀ ਇੰਨੀਆਂ ਸੀਟਾਂ ਹੋਣਗੀਆਂ। ਕੱਲ ਇਹਨਾਂ ਦਾ ਇੱਕ ਜਿਹੜਾ ਗੌਰਵ ਕਰਕੇ ਇੱਕ ਵਿਧਾਇਕ ਆ ਉਹ ਨਿਊਜ਼ 24 ਦੇ ਉੱਤੇ ਬੈਠਾ ਸੀ, ਜਦੋਂ ਉਹਨੂੰ ਸ਼ੁਰੂਆਤੀ ਦੌਰ ਚ ਪੁੱਛਿਆ ਤੇ ਉਹਨੇ ਕਿਹਾ ਸੀ ਵੀ 70 ਸੀਟਾਂ ਆਮ ਆਦਮੀ ਪਾਰਟੀ ਜਿੱਤ ਰਹੀ ਹੈ, ਤੇ ਜਦੋਂ ਉਹਨਾਂ ਨੇ ਕਿਹਾ ਵੀ ਚਾਣਕੀਆ ਵਾਲੇ 100 ਦੇ ਰਹੇ ਨੇ ਤਾਂ ਤੁਹਾਨੂੰ ਉਮੀਦ ਹੈਗੀ 100 ਦੀ? ਉਹ ਕਹਿੰਦਾ ਵੀ ਉਮੀਦ ਤਾਂ ਅਸੀਂ 117 ਵੀ ਕਰਦੇ ਹਾਂ, ਵੀ ਸਾਡੇ ਭਾਵੇਂ ਤਾਂ ਸਾਰੀਆਂ ਸਾਨੂੰ ਆ ਜਾਣੀਆਂ ਨੇ, ਵੀ ਹੋ ਸਕਦਾ ਅਸੀਂ ਸਾਰੀਆਂ ਹੀ ਜਿੱਤ ਜਾਈਏ। ਤੇ ਇਸ ਕਰਕੇ ਸਾਰਿਆਂ ਨੇ ਆਪਣੇ ਆਪਣੇ ਅਨੁਮਾਨ ਲਾਏ ਨੇ। ਉੱਧਰ ਅਕਾਲੀ ਦਲ ਦੇ ਜਿਹੜੇ ਸਾਬਕਾ ਵਜ਼ੀਰ ਨੇ ਡਾਕਟਰ ਦਲਜੀਤ ਚੀਮਾ, ਉਹ ਕਹਿੰਦੇ ਵੀ ਸਾਨੂੰ ਨੀ ਇਹਨਾਂ ਐਗਜ਼ਿਟ ਪੋਲਾਂ ਦੇ ਉੱਤੇ ਡੱਕੇ ਦਾ ਵਿਸ਼ਵਾਸ, ਇਹ ਝੂਠ ਦੀ ਪੰਡ ਹੈ, ਅਸੀਂ ਨਹੀਂ ਮੰਨਦੇ। ਤੇ ਅੱਗੇ ਵੀ ਬਥੇਰਾ ਝੂਠ ਬੋਲਦੇ ਨੇ, ਪੇਕੀ ਵੀ ਬੋਲੀ ਜਾਂਦੇ ਬੋਲੀ ਜਾਣ, ਨਤੀਜੇ ਆਉਣਗੇ ਉਦੋਂ ਦੱਸ ਦਿਆਂਗੇ, ਤੇ ਨਾਲੇ ਸਰਕਾਰ ਤਾਂ ਅਕਾਲੀ ਦਲ ਦੀ ਬਣ ਰਹੀ ਹੈ, ਹੁਣ ਇਹ ਦਾਅਵਾ ਕੀਤਾ। ਤੇ ਉੱਧਰ ਕਾਂਗਰਸ ਪਾਰਟੀ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਚੋਂ ਬਹੁਤੇ ਟੀਵੀ ਚੈਨਲਾਂ ਦੇ ਉੱਤੇ ਪੈਨਲ ਦੇ ਵਿੱਚ ਆਏ ਨੀ ਗੇ, ਜਿਵੇਂ ਨਵਜੋਤ ਸਿੱਧੂ ਦਾ ਜਿਹੜੇ ਵੱਡੇ ਲੀਡਰ ਸੀ, ਚਰਨਜੀਤ ਚੰਨੀ, ਨਵਜੋਤ ਸਿੱਧੂ ਜਾਂ ਹੋਰ, ਉਹ ਜਿਹੜੇ ਨੇ ਉਹ ਕਿਸੇ ਟੀਵੀ ਚੈਨਲ ਦੇ ਉੱਤੇ ਮੈਨੂੰ ਦਿਖਾਈ ਨੀ ਦਿੱਤੇ। ਦੂਜੀ ਜਾਂ ਤੀਜੀ ਕਤਾਰ ਦੇ ਜਿਹੜੇ ਉਹਨਾਂ ਦੇ ਲੀਡਰ ਸੀ ਉਹ ਬੈਠੇ ਸੀ, ਜਾਂ ਜਿਹੜੇ ਵੱਡੇ ਚੈਨਲਾਂ ਦੇ ਉੱਤੇ ਜਿਵੇਂ ਐਨ ਡੀ ਟੀਵੀ ਹੋਇਆ ਜਾਂ ਹੋਰ ਜਿਹੜੇ ਵੱਡੇ ਚੈਨਲ ਸੀ ਆਜ ਤੱਕ ਵਗੈਰਾ, ਉਹਨਾਂ ਦੇ ਉੱਤੇ ਉਹਨਾਂ ਦੇ ਦਿੱਲੀ ਤੋਂ ਨੁਮਾਇੰਦੇ ਜਿਹੜੇ ਸੀ ਉਹ ਬੈਠੇ ਸੀ, ਤੇ ਉਹ ਵਾਰ ਵਾਰ ਇਹੀ ਕਹਿ ਰਹੇ ਸੀ ਵੀ ਉੱਤਰਾਖੰਡ ਬਾਰੇ ਜਦੋਂ ਇਹ ਨਤੀਜਾ ਉਹ ਦਿਖਾ ਰਹੇ ਸੀ ਵੀ ਉੱਤਰਾਖੰਡ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਆ, ਤਾਂ ਉਸ ਗੱਲ ਤੇ ਖੁਸ਼ ਹੁੰਦੇ ਸੀ, ਕਹਿੰਦੇ ਹਾਂ ਇਹ ਨਤੀਜਾ ਸਹੀ ਆ, ਪਰ ਜਦੋਂ ਕਹਿੰਦੇ ਸੀ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਆ, ਕਹਿੰਦੇ ਨਹੀਂ ਇਹ ਤਾਂ ਪਿਛਲੀ ਵਾਰੀ ਵੀ ਬਣਦੀ ਸੀ, ਪਰ ਪਿਛਲੀ ਵਾਰੀ ਸਾਡੀਆਂ 70 ਸੀਟਾਂ ਆਈਆਂ ਸੀਗੀਆਂ, ਉਹਨਾਂ ਸਾਨੂੰ ਵੀ ਅੰਦਾਜ਼ਾ ਨਹੀਂ ਸੀ, ਸਾਡੇ ਅੰਦਾਜ਼ੇ ਨਾਲ ਵੀ ਪੰਜਾਬ ਦੇ ਲੋਕਾਂ ਨੇ ਸਾਨੂੰ ਵੱਧ ਮਾਣ ਜਿੱਤ ਦਿੱਤਾ। ਤੇ ਆ ਜਿਹੜੇ ਹੁਣ 111 ਦਿਨ ਕਹਿੰਦੇ ਚੰਨੀ ਜੀ ਨੇ ਲਾਏ ਨੇ, ਚੰਨੀ ਜੀ ਨੇ ਜਿਹੜੀਆਂ ਧਮਾਲਾਂ ਪਾਈਆਂ ਨੇ, ਉਹਦੇ ਕਰਕੇ ਸਾਨੂੰ ਤਾਂ ਉਮੀਦ ਆ ਵੀ ਸਾਰੀਆਂ ਨੇ ਜਿੱਤ ਜਾਣ, ਜਿੱਤ ਜੇ ਇਸ ਦੇ ਕਾਗਜ਼ ਵਿਚਾਰ ਨੂੰ ਅਸੀਂ ਹਾਰ ਰਹੇ ਹਾਂ। ਤੋ ਇਸ ਤਰ੍ਹਾਂ ਦੇ ਮਤਲਬ ਜਿਹੜੇ ਉੱਥੇ ਲੋਕਾਂ ਦੇ ਫੋਨ ਦੇਖਣ ਨੂੰ ਮਿਲੇ ਨੇ, ਤੇ ਪਰ ਤੁਹਾਡਾ ਜੀ ਜਿਹੜੀ ਗੱਲ ਬਦਲਾਅ ਵੀ ਵਾਰ ਵਾਰ ਪੰਜਾਬ ਦੇ ਵਿੱਚ ਆਪਾਂ ਪਹਿਲਾਂ ਵੀ ਕਈ ਵਾਰ ਚਰਚਾ ਆਪਣੇ ਪ੍ਰੋਗਰਾਮਾਂ ਚ ਕਰ ਚੁੱਕੇ ਹਾਂ, ਚੋਣਾਂ ਦੇ ਦੌਰਾਨ ਵੀ ਕਰ ਚੁੱਕੇ ਹਾਂ, ਵੋਟਾਂ ਪੈਣ ਵਾਲੇ ਦਿਨ ਵੀ ਕਰ ਚੁੱਕੇ ਹਾਂ, ਤੇ ਉਸ ਤੋਂ ਬਾਅਦ ਇੰਨੇ ਦਿਨ ਲੰਘ ਗਏ ਨੇ, 20 ਮਾਰਚ ਤੋਂ ਬਾਅਦ ਤਕਰੀਬਨ 20 ਦਿਨ ਹੋਣ ਵਾਲੇ ਨੇ, ਮਤਲਬ 15 ਦਿਨ ਤੋਂ ਉੱਤੇ ਹੋ ਹੀ ਗਏ ਨੇ, ਤਾਂ ਇਸ ਦੌਰਾਨ ਵੀ ਆਪਾਂ ਜਿੰਨੀ ਵਾਰੀ ਵੀ ਚਰਚਾ ਕੀਤੀ ਆ ਉਹ ਇਹੀ ਗੱਲ ਆ ਵੀ 2017 ਦੀਆਂ ਚੋਣਾਂ ਵੇਲੇ ਹਵਾ ਹਵਾਈ ਗੱਲਾਂ ਬਹੁਤ ਜ਼ਿਆਦਾ ਸੀ, ਜਿਹੜਾ ਆਮ ਆਦਮੀ ਪਾਰਟੀ ਦਾ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਵੱਡੀ ਪੱਧਰ ਦੇ ਉੱਤੇ ਬੋਲਬਾਲਾ ਸੀ ਤੇ ਉਹਨਾਂ ਨੇ ਉਸ ਨੂੰ ਵਰਤਿਆ ਵੀ ਸੀ, ਪਰ ਇਸ ਵਾਰ ਸੋਸ਼ਲ ਮੀਡੀਆ ਦੇ ਉੱਤੇ ਘੱਟ ਪਰ ਗਰਾਊਂਡ ਦੇ ਉੱਤੇ ਬਦਲਾਅ ਦੀ ਚਰਚਾ ਜ਼ਿਆਦਾ ਹੁੰਦੀ ਰਹੀ ਆ, ਇਸ ਕਰਕੇ ਆਮ ਆਦਮੀ ਪਾਰਟੀ ਵਾਲੇ ਖੁਸ਼ ਹੋ ਸਕਦੇ ਨੇ ਇਹਨਾਂ ਸਰਵੇਖਣਾਂ ਦੇ ਨਤੀਜਿਆਂ ਤੋਂ। ਤੇ ਰਹੀ ਗੱਲ ਸੰਯੁਕਤ ਸਮਾਜ ਮੋਰਚੇ ਦੀ, ਜਿਹਨਾਂ ਨੇ ਪਹਿਲੀ ਵਾਰ ਚੋਣਾਂ ਚ ਹਿੱਸਾ ਲਿਆ, ਉਹ ਪਹਿਲੀ ਵਾਰ ਨਹੀਂ ਲਿਆ, ਇੱਕ ਦੋ ਜਥੇਬੰਦੀਆਂ ਸੀ ਜਿਹੜੀਆਂ ਪਹਿਲੀ ਵਾਰ ਉੱਤਰੀਆਂ ਜਿਵੇਂ ਰਾਜੇਵਾਲ ਸਾਹਿਬ ਹੋਏ, ਪਰ ਬਾਕੀ ਦੀਆਂ ਜਿਹੜੀਆਂ ਜਿਵੇਂ ਖੱਬੀਆਂ ਧਿਰਾਂ ਨੇ ਉਹ ਅੱਗੇ ਵੀ ਚੋਣਾਂ ਚ ਹਿੱਸਾ ਲੈਂਦੀਆਂ ਨੇ, ਇਸ ਵਾਰ ਉਹਨਾਂ ਨੇ ਕਿਸਾਨ ਮੋਰਚੇ ਵਾਲਾ ਤੇ ਹਿੱਸਾ ਲੈ ਲਿਆ, ਤੇ ਉਹ ਅੱਗੇ ਵੀ ਉੱਥੇ ਕੀ ਹੁੰਦੇ ਨੇ ਉਹਨਾਂ ਦੇ ਉਹਨੇ ਕੀ ਮਤਲਬ ਹੈ, ਉਹਨਾਂ ਦੇ ਜਿਹੜੇ ਪੱਕੇ ਟੱਕੇ ਵੋਟਰ ਨੇ ਉਹੀ ਉਹਨਾਂ ਦੇ ਨਾਲ ਖੜਦੇ ਨੇ, ਤੇ ਅਜੇ ਉਹਨਾਂ ਦਾ ਪੰਜਾਬ ਚ ਉਂਝ ਕੋਈ ਬਹੁਤੇ ਪੈਰ ਲੱਗਦੇ ਦਿਖਾਈ ਨਹੀਂ ਦਿੰਦੇ ਹੈ। ਪਰ ਇਸ ਵਾਰ ਜਿਹੜਾ ਮਤਲਬ ਹੈ ਆਹ ਸੀਗਾ ਵੀ ਸੰਯੁਕਤ ਸਮਾਜ ਮੋਰਚੇ ਵੱਲੋਂ ਇੱਕ ਲੱਖਾ ਸੁਧਾਰਾ ਉਹਦੀ ਚਰਚਾ ਬਹੁਤ ਜ਼ਿਆਦਾ ਸੀਗੀ, ਤੇ ਦੂਸਰਾ ਬਲਵੀਰ ਰਾਜੇਵਾਲ, ਉਹਨਾਂ ਦੋ ਬੰਦਿਆਂ ਦੀ ਚਰਚਾ ਦੇ ਵਿੱਚ ਜ਼ਿਆਦਾ ਉਹੀ ਰਹੇ ਨੇ, ਬਾਕੀ ਥਾਵਾਂ ਦੇ ਉੱਤੇ ਕਿਸਾਨ ਮੋਰਚੇ ਦੇ ਆਗੂਆਂ ਨੂੰ ਕੋਈ ਬਹੁਤਾ ਕਿਸੇ ਨੇ ਮਤਲਬ ਜਿਹਨੂੰ ਕਹਿੰਦੇ ਨੇ ਹੱਥ ਪੱਲੇ ਕੁਛ ਪਰੋ ਪੜਾਇਆ ਨਹੀਂ ਸੀ। ਤੇ ਬਲਵੀਰ ਰਾਜੇਵਾਲ ਦੇ ਏਰੀਏ ਚ ਵੀ ਮੈਂ ਖੁਦ ਗੇੜਾ ਦੇ ਕੇ ਆਇਆ, ਮੈਨੂੰ ਨੀ ਲੱਗਦਾ ਵੀ ਬਲਵੀਰ ਰਾਜੇਵਾਲ 15,000 ਤੋਂ ਉੱਪਰ, ਪਹਿਲੀ ਗੱਲ ਤਾਂ 10 ਦੇ ਪਲੱਸ ਮਾਈਨਸ ਰਹਿਣ ਦੀ ਉਮੀਦ ਆ, ਤੇ ਮੈਂ ਤਾਂ ਜਿਹੜਾ ਲੱਖਾ ਸੁਧਾਰਨਾ ਵਾ ਉਹਨੂੰ ਵੀ ਮੈਂ ਤਾਂ 15 ਦੇ ਪਲੱਸ ਮਾਈਨਸ ਸਮਝਦਾ,
15,000 ਤੋਂ ਉੱਪਰ ਵੀ ਜਾ ਸਕਦਾ, ਥੋੜਾ ਥੱਲੇ ਵੀ ਰਹਿ ਸਕਦਾ। ਪਰ ਪਿਛਲੀ ਵਾਰੀ ਵੀ ਜਦੋਂ 2012 ਦੀਆਂ ਚੋਣਾਂ ਚ ਅੱਖਾਂ ਸੁਹਾਣਾ ਰਾਮਪੁਰਾ ਪੂਲ ਤੋਂ ਖੜੇ ਸੀਗੇ ਪੀਪਲਸ ਪਾਰਟੀ ਆਫ ਪੰਜਾਬ ਵੱਲੋਂ, PPP ਜਿਹੜੀ ਮਨਪ੍ਰੀਤ ਬਾਦਲ ਉਹਨਾਂ ਨੇ ਬਣਾਈ ਸੀ, ਤੇ ਉਦੋਂ ਵੀ ਲੋਕਾਂ ਚ ਚਰਚਾ ਇੰਨੀ ਹੋਈ ਸੀ ਉਹਨਾਂ ਬਾਰੇ ਵੀ ਜਿੱਤ ਗਿਆ ਜਿੱਤ ਗਿਆ। ਮੈਂ ਸ਼ਹਿਰ ਦੇ ਵਿੱਚ ਜਿਹੜੇ ਲਾਣਿਆਂ ਨੇ ਜਾਂ ਵਪਾਰੀਆਂ ਨੇ ਲੱਖੇ ਨੂੰ ਇੱਕ ਵੀ ਵੋਟ ਨਹੀਂ ਸੀ ਪਾਈ, ਜਦੋਂ ਉਹਨਾਂ ਨੂੰ ਪੁੱਛਦੇ ਸੀ ਉਹ ਵੀ ਕਹਿੰਦੇ ਸੀਗੇ ਵੀ 10 ਤੋਂ 15,000 ਤੇ ਲੱਖਾਂ ਜਿੱਤੂਗਾ, ਤੇ ਹਾਲਾਂਕਿ ਖੁਦ ਉਹਨਾਂ ਨੇ ਵੋਟ ਨਹੀਂ ਸੀ ਪਾਈ। ਤੇ ਪਰ ਜਦੋਂ ਨਤੀਜਾ ਸਾਹਮਣੇ ਆਇਆ ਤੇ 10,062 ਵੋਟਾਂ ਉਹਨਾਂ ਨੂੰ ਪਈਆਂ ਸੀਗੀਆਂ ਤੇ 3 ਵੋਟਾਂ ਡਾਕ ਰਾਹੀਂ ਮਿਲੀਆਂ ਸੀ, ਕੁੱਲ ਮਿਲਾ ਕੇ 10,065 ਵੋਟਾਂ ਨਿਕਲੀਆਂ ਸੀ। ਜਿੰਨੇ ਤੋਂ ਲੋਕ ਕਹਿੰਦੇ ਸੀ ਉਹ ਜਿੱਤ ਜਾਣਾ ਨਾ ਉਨੀਆਂ ਉਹਦੀਆਂ ਕੁੱਲ ਵੋਟਾਂ। ਸੋ ਇਸ ਕਰਕੇ ਉਹ ਜਿਹੜਾ ਹੈਗਾ ਜਿਵੇਂ ਇਸ ਵਾਰ ਇਹ ਚਰਚਾ ਆਈ ਵੀ ਦੀਪ ਸਿੱਧੂ ਦਾ ਦੀ ਮੌਤ ਦਾ ਬਹੁਤ ਅਸਰ ਪੈ ਗਿਆ, ਤੇ ਹੁਣ ਮੈਨੂੰ ਪਤਾ ਨੀ ਕਿਉਂ ਮੈਨੂੰ ਐਂ ਲੱਗਦਾ ਵੀ ਇਹ ਵੀ ਅਸਰ ਜਿਹੜਾ ਸੀਗਾ ਇਹ ਉਪਰਾ ਸੀ, ਮਤਲਬ ਜਿਹਨੂੰ ਕਹਿੰਦੇ ਵੀ ਉਹ ਹੇਠਲੇ ਪੱਧਰ ਤੇ ਨਹੀਂ ਸੀ। ਕਿਉਂਕਿ ਮੈਂ ਵਾਰ ਵਾਰ ਤੁਹਾਨੂੰ ਇਹ ਗੱਲ ਪਹਿਲਾਂ ਵੀ ਕਹੀ, 3 ਵਾਰ ਕਹੀ ਆ, ਤੇ ਹੁਣ ਫੇਰ ਅੱਜ ਮੈਂ ਆਪਣੀ ਉਸੇ ਗੱਲ ਨੂੰ ਦੁਹਰਾਉਣਾ ਵੀ ਪੰਜਾਬ ਦੇ ਲੋਕ ਹਾਂ ਜਿਹੜੀ ਨਵੀਂ ਪਨੀਰੀ ਆ ਜਿਹੜੇ ਜਿਹੜੇ ਜੰਮੇ 1995 ਤੋਂ ਬਾਅਦ ਨੇ ਜਿਹਨਾਂ ਦੀ ਉਮਰ 25 ਤੋਂ 27 ਸਾਲ ਦੇ ਵਿਚਾਲੇ ਆ, ਉਹਨਾਂ ਨੂੰ ਹੋ ਸਕਦਾ ਪੰਜਾਬ ਦੇ ਉਹਨਾਂ ਹਾਲਤਾਂ ਬਾਰੇ ਨਾ ਪਤਾ ਹੋਵੇ, ਉਹ ਇਸ ਗੱਲ ਦਾ ਸ਼ਿਕਾਰ ਬਣ ਵੀ ਸਕਦੇ ਨੇ। ਤੇ ਪਰ ਜਿਹਨਾਂ ਲੋਕਾਂ ਨੇ 1980 ਜਾਂ 1978 ਤੋਂ ਲੈ ਕੇ ਨਿਰੰਕਾਰੀ ਖਾਣ ਤੋਂ ਲੈ ਕੇ ਬੇਅੰਤ ਸਿੰਘ ਦੀ ਮੌਤ ਤੱਕ ਦਾ ਸਮਾਂ ਦੇਖਿਆ, ਉਹ ਲੋਕ ਕਦੇ ਨੀ ਚਾਹੁੰਦੇ ਵੀ ਪੰਜਾਬ ਚ ਉਹ ਦਿਨ ਦੁਬਾਰਾ ਦੇਖਣ ਨੂੰ ਮਿਲਣ। ਤੇ ਹੁਣ ਕੱਲ ਮੈਂ ਇੱਕ ਇੰਟਰਵਿਊ ਦੇਖ ਰਿਹਾ ਸੀ ਸਿਮਰਜੀਤ ਮਾਨ ਉਹਨਾਂ ਨੂੰ, ਉਹ ਪੱਤਰਕਾਰ ਚੰਗਾ ਸੀ, ਮੈਂ ਨਾਂ ਨਹੀਂ ਨਹੀਂ ਲੈਂਦਾ, ਲੇਕਿਨ ਉਹਨੇ ਸਵਾਲ ਵਾਰ ਵਾਰ ਉਹਨੂੰ ਘੇਰ ਕੇ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਜੇ ਤੁਸੀਂ ਇਕੱਲੇ ਜਿੱਤ ਵੀ ਜਾਂਦੇ ਹੋ ਅਮਰਗੜ੍ਹ ਹਲਕੇ ਤੋਂ ਤੇ ਇਹਦੇ ਨਾਲ ਪੰਜਾਬ ਦਾ ਭਲਾ ਕਿਵੇਂ ਹੋਊਗਾ, ਤੇ ਉਹ ਕਹਿੰਦੇ MLA ਬਹੁਤ ਕੁਛ ਕਰ ਸਕਦਾ ਹੁੰਦਾ ਵਾ, ਜਦਕਿ ਪਹਿਲਾਂ ਉਹ ਕਹਿੰਦੇ ਸੀ MLA ਕਰ ਹੀ ਨੀ ਕੁਛ ਸਕਦਾ, ਉਹਨਾਂ ਦੇ ਆਪਣੇ ਬਿਆਨ ਨੀ, ਮਤਲਬ ਲੋਕਾਂ ਨੇ ਫਿਰ ਪੁਰਾਣੀਆਂ ਉਹਨਾਂ ਦੀਆਂ ਵੀਡੀਓ ਕੱਢ ਕੱਢ ਕੇ ਸੋਸ਼ਲ ਮੀਡੀਆ ਦੇ ਉੱਤੇ ਪਾਈਆਂ ਵੀ ਪਹਿਲਾਂ ਤਾਂ ਇਹ ਕਹਿੰਦੇ ਸੀ ਵੀ MLA ਕੀ ਕਰ ਸਕਦਾ ਵਾ, ਉਹਦਾ ਕੀ ਬਣਨਾ ਵਾ, ਤੇ ਹੁਣ ਉਹ ਕਹਿੰਦੇ ਨੇ ਵੀ ਖਾਲਿਸਤਾਨ ਦੀ ਗੱਲ ਵੀ ਜਿਹੜੀ ਉਹ 1 MLA ਕਰ ਸਕਦਾ ਵਾ, ਬਹੁਤ ਕੁਛ ਕਰ ਸਕਦਾ ਆਪਦੇ ਹਲਕੇ ਚ ਬੜਾ ਕੁਛ ਕਰ ਸਕਦਾ, ਪਰ ਨਾਲ ਉਹ ਉਸ ਗੱਲ ਤੋਂ ਮੁੱਕਰ ਗਏ ਜਿਹੜਾ ਉਹਨਾਂ ਨੇ ਕਿਹਾ ਸੀ ਵੀ ਜਿਹੜੇ ਵਿਦਿਆਰਥੀਆਂ ਨੇ ਯੂਕਰੇਨ ਦਾ ਲੋਨ ਖਾਧਾ ਉਹ ਉੱਥੇ ਹਥਿਆਰ ਚੱਕ ਕੇ ਰੂਸ ਦੇ ਖਿਲਾਫ ਲੜਨ, ਇਹੀ ਉਹਨਾਂ ਦਾ ਫਰਜ਼ ਬਣਦਾ, ਪਰ ਹੁਣ ਉਹਨਾਂ ਨੇ ਆ ਬਰਗਾੜੀ ਭੋਗ ਦੇ ਉੱਤੇ ਜਾ ਕੇ ਇਹ ਗੱਲ ਕਹੀ ਆ, ਨਹੀਂ ਨਹੀਂ ਕਹਿੰਦਾ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ, ਮੈਂ ਤਾਂ ਇਹ ਕਿਹਾ ਸੀ ਵੀ ਇਹ ਡਾਕਟਰ ਨੇ ਡਾਕਟਰੀ ਦੀ ਪੜ੍ਹਾਈ ਕਰਨ ਗਏ ਨੇ ਕਿ ਉੱਥੇ ਲੋਕਾਂ ਦੀ ਸੇਵਾ ਕਰਨ, ਕਿਉਂਕਿ ਇਹਨਾਂ ਨੇ ਉਹਨਾਂ ਦਾ ਖੂਨ ਖਾਧਾ, ਕਹਿੰਦੇ ਹੁਣ ਮੈਂ ਐਂ ਕਿਹਾ ਸੀ। ਚਲੋ ਆਪਾਂ ਇਸ ਚੱਕਰ ਚ ਨਾ ਪਈਏ ਆਪਾਂ, ਕਿਉਂਕਿ ਇਸ ਤੋਂ ਬਿਨਾਂ ਸਾਡੇ ਸਾਹਮਣੇ ਹੋਰ ਵੀ ਕਈ ਮੁੱਦੇ ਨੇ, ਅਜੇ ਸਾਨੂੰ ਕੱਲ ਦਾ ਦਿਨ ਹੋਰ ਇੰਤਜ਼ਾਰ ਕਰਨਾ ਪੈਣਾ, ਪਰਸੋਂ ਨੂੰ ਮਤਲਬ ਤੁਹਾਡੇ ਉੱਥੇ ਹੋਈਆਂ ਸਮਝ ਲਓ 2 ਦਿਨ ਬਾਅਦ, ਤਾਂ ਇੰਨਾ ਕੁ ਇੰਤਜ਼ਾਰ ਹਜੇ ਕਰਨਾ ਪਏਗਾ। ਪਰ ਆ 2 ਦਿਨ ਲੋਕਾਂ ਨੂੰ ਜਿਹਨੂੰ ਕਹਿੰਦੇ ਨੇ ਜਿਵੇਂ ਸੋਚਣਾ ਪੈਣਾ ਜੀ ਬਜਾਉਣ ਨੂੰ ਮਿਲ ਜਾਂਦਾ ਨਾ, ਤੇ ਆ 2 ਦਿਨ ਸੋਚਣਾ ਵਧੀਆ ਮੈਨੂੰ ਜਿਹੜੇ ਸਰਵੇਖਣ ਆਏ ਨੇ। ਗਿੱਲ ਸਾਹਿਬ ਪਲੀਜ਼ ਮੈਨੂੰ ਇੱਕ ਬ੍ਰੇਕ ਲੈਣੀ ਪੈਣੀ ਹੈ, ਬ੍ਰੇਕ ਤੋਂ ਮਾਰੋ ਤੁਹਾਡੇ ਨਾਲ ਗੱਲ ਕਰਦਾ ਜੀ, ਇੱਕ ਬ੍ਰੇਕ ਲੈਣਾ। ਜੇ ਬੰਦੇ ਨੇ ਫੈਮਿਲੀ ਫੰਕਸ਼ਨ ਕਰਨਾ ਹੋਵੇ ਤਾਂ ਕਿੱਥੇ ਕਰੇ? ਹੈਲੋ ਹੈ ਜੀ, ਬਿਗ ਬਾਜ਼ਾਰ ਪਲਾਜ਼ਾ। ਤੇ ਜੇ ਗਰੋਸਰੀ ਲੈਣੀ ਹੋਵੇ ਤਾਂ? ਹੈਲੋ, ਬਿਗ ਬਾਜ਼ਾਰ ਪਲਾਜ਼ਾ। ਤੇ ਜੇ ਜਵੈਲਰੀ ਲੈਣੀ ਹੋਵੇ? ਬਿਗ ਬਾਜ਼ਾਰ ਪਲਾਜ਼ਾ। ਤੇ ਜੇ ਦਿਲ ਕਰੇ ਇੰਡੀਅਨ ਫੂਡ ਖਾਣ ਦਾ? ਸਿੰਪਲ ਹੈ ਜੀ, ਬਿਗ ਬਾਜ਼ਾਰ ਪਲਾਜ਼ਾ। ਮੈਨੂੰ ਤਾਂ ਯਕੀਨ ਹੀ ਨਹੀਂ ਹੁੰਦਾ ਕਿ ਬਿਗ ਬਾਜ਼ਾਰ ਪਲਾਜ਼ਾ 'ਚ ਇੰਨਾ ਕੁਝ ਮਿਲ ਸਕਦਾ। ਮਿਲੂਗਾ ਜੀ, ਮਿਲੂਗਾ, 100% ਹੀ ਮਿਲੂਗਾ। ਬਿਗ ਬਾਜ਼ਾਰ ਪਲਾਜ਼ਾ ਕੈਟਰਿੰਗ ਦੀ ਸਰਵਿਸ ਵੀ ਪ੍ਰੋਵਾਈਡ ਕਰਦਾ ਹੈ, ਸੋ ਫੈਮਿਲੀ ਫੰਕਸ਼ਨਸ ਅਤੇ ਕਾਰਪੋਰੇਟ ਇਵੈਂਟਸ ਲਈ ਹਮੇਸ਼ਾ ਯਾਦ ਰੱਖੋ ਬਿਗ ਬਾਜ਼ਾਰ ਪਲਾਜ਼ਾ। ਬਿਗ ਬਾਜ਼ਾਰ ਪਲਾਜ਼ਾ 'ਚ ਬਲੂ ਡਾਇਮੰਡ ਬੈਂਕਟ ਹਾਲ 'ਚ ਕਾਲ ਕਰਨ ਲਈ ਨੰਬਰ ਨੋਟ ਕਰ ਲਓ 317-406-9924, 317-406-9924। ਬਿਗ ਬਾਜ਼ਾਰ ਤੋਂ ਇੰਡੀਅਨ ਗਰੋਸਰੀ, ਸਵੀਟਸ ਜਾਂ ਕੈਟਰਿੰਗ ਸਰਵਿਸ ਲਈ ਨੰਬਰ ਨੋਟ ਕਰ ਲਓ 317-640-2400, 317-640-2400। ਬਿਗ ਬਾਜ਼ਾਰ ਪਲਾਜ਼ਾ ਦਾ ਪਤਾ ਨੋਟ ਕਰ ਲਓ, ਨੀਅਰ 465 ਐਮਰਸਨ ਐਕਸਿਟ, 5425 ਈਸਟ ਥੋਮਸਨ ਰੋਡ, ਇੰਡੀਅਨ ਐਪਲਸ, ਇੰਡੀਆਨਾ 46237। ਉਹ ਕਾਲੇ ਕੀ ਕਰਦਾ, ਕੱਲ ਨੂੰ ਬੱਚਿਆਂ ਨੂੰ ਘੁਮਾ ਲਈਏ ਬਈ। ਉਹੀ ਟਰੱਕ ਦੀ ਰਿਪੇਅਰ, ਜਿੰਨੇ ਕਮਾਉਣੇ ਆ ਓਨੇ ਹੀ ਲੱਗ ਜਾਂਦੇ ਆ।
ਬਾਹਲੇ ਚੱਕਰਾਂ ਚ ਪਿਆ ਫਿਰਦਾ, ਤੂੰ ਪਿਛਲੇ ਹਫਤੇ ਵੀ ਸਰਵਿਸ ਕਰਾਈ ਜਾਂਦਾ ਸੀ। ਜਿੰਨੇ ਗੇੜੇ ਉਨੀ ਵਾਰ ਰਿਪੇਅਰ, ਮੈਨੂੰ ਤਾਂ ਕੁਛ ਵੀ ਸਮਝ ਨੀ ਲੱਗਦੀ। ਮੇਰੀ ਮਨ, ਤੂੰ ਅਕਾਲ ਟਰੱਕ ਐਂਡ ਟ੍ਰੇਲਰ ਵਾਲੇ ਕੋਲ ਜਾ, ਨਾਲੇ ਰੇਟ ਵਾਜਬ ਲਾਉਂਦੇ ਨੇ, ਨਾਲੇ ਤਸੱਲੀ ਬਖਸ਼ ਕੰਮ ਕਰਦੇ ਨੇ, ਤੈਨੂੰ ਬਾਰ ਬਾਰ ਗੇੜੇ ਮਾਰਨ ਦੀ ਲੋੜ ਨੀ ਪੈਣੀ। ਫੇਰ ਤਾਂ ਬਾਈ ਮੈਂ ਹੁਣ ਹੀ ਜਾਣਾ ਹੈ, ਤੇ ਮੇਰਾ ਵੀ ਕੱਲ ਦਾ ਪੱਕਾ ਰੱਖ। ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ, ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ ਹੈ, DOT ਸੇਫਟੀ ਇੰਸਪੈਕਸ਼ਨ ਕਰਦੇ ਹੈ। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ ਟ੍ਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲਚ ਜੋਬਸ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ ਹੈ ਜੀ। ਇਹ MPI ਅਪਰੂਵਡ ਨੇ, ਔਰ ਹਾਂ, ਇਹ ਸੀਜ਼ਨਲ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ ਹੈ। 24 ਘੰਟੇ 7 ਦਿਨ ਦੀ ਸਰਵਿਸਿਜ਼ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 204-409-2000 ਜਾਂ ਫਿਰ ਕਾਲ ਕਰੋ 204-770-0460। 82 ਰੀਨਲ ਡਰਾਈਵ, ਵਿਨੀਪੈਗ, ਮਿਨੀਟੋਬਾ, ਜੋ ਕਿ ਹੈ ਰੂਟ ਨੰਬਰ 90 ਤੇ ਫਾਰਮਰ ਦੇ ਬਿਲਕੁਲ ਕਾਰਨਰ ਤੇ। ਇੱਥੇ ਟਰੱਕ ਵਾਸ਼ਿੰਗ ਤੇ ਪਾਰਕਿੰਗ ਸਪੋਟ ਵੀ ਅਵੇਲੇਬਲ ਹੈ। ਰੇਡੀਓ ਚੈਨ ਪਰਦੇਸੀ ਦਾ ਨਾਂ ਲੈਣ ਤੇ ਸਪੈਸ਼ਲ ਡਿਸਕਾਊਂਟ ਵੀ ਪਾਓ। ਗਿੱਲ ਸਾਹਿਬ, ਤੁਸੀਂ ਗੱਲ ਕਰ ਰਹੇ ਸੀ ਜੇ ਆਪਾਂ ਐਗਜ਼ਿਟ ਪੋਲਾਂ ਦੀ ਗੱਲ ਕਰਦੇ ਹਾਂ, ਉਹਦੇ ਨਾਲ ਨਾਲ ਹੋਰ ਵੀ ਗੱਲਾਂ ਚੱਲਦੀਆਂ ਨੇ। ਦੇਖੋ, ਇੱਕ ਗੱਲ ਤਾਂ ਜ਼ਰੂਰ ਹੈ, ਐਗਜ਼ਿਟ ਪੋਲਾਂ ਨੇ ਗੱਲ ਆਪਣੀ ਕਰਨੀ ਬਣਦੀ ਹੈ ਜਿੱਥੇ ਤੱਕ ਪਾਰਟੀਆਂ ਦਾ ਸਬੰਧ ਹੈ। ਕਿਹੜੀ ਪਾਰਟੀ ਜਿੱਤੂ, ਕਿਹੜੀ ਪਾਰਟੀ ਹਾਰੇ, ਜੋ ਹੁੰਦਾ ਹੋ ਹੀ ਜਾਵੇ, ਫਰਕ ਪੰਜਾਬ ਨੂੰ ਕੋਈ ਨਹੀਂ ਪੈਣ ਲੱਗਿਆ, ਜ਼ਿਆਦਾ ਨਹੀਂ ਕੋਈ ਪੈਣਾ, ਸਾਰੇ ਇੱਕ ਸਾਰ ਹੀ ਲੱਗਦੇ ਆ ਮੈਨੂੰ ਤਾਂ। ਪਰ ਲੋਕਾਂ ਦੇ ਉਤਸ਼ਾਹ ਏ, ਲੋਕ ਚਾਹੁੰਦੇ ਐ, ਹਰ ਇੱਕ ਦਾ ਆਪਣਾ ਆਪਣਾ ਮਨ ਹੁੰਦਾ, ਆਪਣੇ ਕੈਂਡੀਡੇਟ ਦੇ ਉੱਤੇ ਵੀ ਹੁੰਦਾ, ਪਾਰਟੀ ਦੇ ਉੱਤੇ ਵੀ ਹੁੰਦਾ ਵੀ ਭਾਈ ਕੌਣ ਜਿੱਤੂ, ਕੀ ਕੌਣ ਹਾਰੂ। ਪਾਰਟੀਆਂ ਦੇ ਨਾਲ ਨਾਲ ਕਈ ਹੋਰ ਵੀ ਅੱਗੇ ਤੋਂ ਅੱਗੇ ਜਿਹੜੇ ਨੇ ਉਹ ਜੁੜੇ ਹੋਏ ਨੇ, ਤੇ ਉਹਦੇ ਕਰਕੇ ਜੇ ਆਪਾਂ ਗੱਲ ਕਰੀਏ ਤੇ ਫਿਰ ਉਹ ਥੋੜਾ ਜਿਹਾ ਔਖਾ ਹੋ ਜਾਂਦਾ। ਜਿਵੇਂ ਕਿ ਹੁਣ ਜਿਵੇਂ ਹਾਲਾਤ ਚੱਲ ਰਹੇ ਨੇ, ਗਿੱਲ ਸਾਹਿਬ, ਮੈਂ ਉਹਨਾਂ ਹਾਲਾਤਾਂ ਦੇ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਵੀ ਜੇ ਚਲੋ ਮੰਨ ਲਈਏ ਆਪਾਂ ਜਿਹਦਾ ਇੱਕ ਪਾਰਟੀ ਜਿਹਦੀ ਜਿਵੇਂ ਅੱਜ ਕਣਸੋਆਂ ਲੱਗ ਰਹੇ ਨੇ, ਆਮ ਆਦਮੀ ਪਾਰਟੀ ਜਿਹੜੀ ਹੈ ਉਹ ਜ਼ਿਆਦਾ ਸੀਟਾਂ ਲੈਣ ਦੇ ਚੱਕਰ ਦੇ ਵਿੱਚ ਹੈ, ਪਰ ਜੇ ਨਹੀਂ ਬਣਦੀ ਕੋਈ ਗੱਲ, ਕੁਛ ਹੋਰ ਰੌਲਾ ਪੈ ਜਾਂਦਾ ਹੈ, ਫਿਰ ਪੰਜਾਬ ਦਾ ਕੀ ਬਣੂਗਾ? ਉਹਦੇ ਉੱਤੇ ਪੰਜਾਬ ਫਿਰ ਇਲੈਕਸ਼ਨ ਹੋਊਗੀ, ਪੰਜਾਬ ਫਿਰ ਇਹਨਾਂ ਚੱਕਰਾਂ ਦੇ ਵਿੱਚ ਘੁੰਮਦਾ ਰਹੂਗਾ ਹਮੇਸ਼ਾ ਹੀ। ਦੇਖੋ, ਦੋ ਗੱਲਾਂ ਨੇ। ਇੱਕ ਤਾਂ ਇਹ ਆ ਵੀ ਕੱਲ ਅਮਿਤ ਸ਼ਾਹ ਨੂੰ ਜਾ ਕੇ ਉਦੋਂ ਕੁੰਡੀ ਵਾਲੇ ਅਮਰਿੰਦਰ ਸਿੰਘ ਮਿਲੇ ਨੇ, ਤਾਂ ਅੱਜ ਅਖਬਾਰਾਂ ਦੇ ਵਿੱਚ ਇਸ ਗੱਲ ਦੀ ਬੜੀ ਚਰਚਾ, ਮੀਡੀਆ ਦੇ ਵਿੱਚ ਵੀ ਚਰਚਾ, ਆਮ ਲੋਕਾਂ ਦੇ ਵਿੱਚ ਵੀ ਚਰਚਾ, ਤੇ ਜਿਹੜੇ ਕੈਪਟਨ ਸਾਹਿਬ ਦੇ ਨਜ਼ਦੀਕੀ ਲੋਕ ਨੇ ਉਹਨਾਂ ਵੱਲੋਂ ਇਹ ਪ੍ਰਚਾਰਿਆ ਵੀ ਜਾ ਰਿਹਾ ਲਗਾਤਾਰ। ਉਹ ਇਹ ਕਹਿੰਦੇ ਨੇ ਬਈ ਸਾਨੂੰ 20 ਸੀਟਾਂ ਮਿਲਣ ਦੀ ਉਮੀਦ ਹੈਗੀ ਆ, ਜਿਹੜੇ ਕੈਪਟਨ ਸਾਹਿਬ ਢੀਂਡਸਾ ਤੇ BJP ਜਿਹੜਾ ਉਹਨਾਂ ਤਿੰਨਾਂ ਦਾ ਗਠਜੋੜ ਆ, ਉਹ ਕਹਿੰਦੇ ਵੀ 20 ਸੀਟਾਂ ਜੇ ਸਾਨੂੰ ਮਿਲ ਗਈਆਂ ਤਾਂ ਫਿਰ ਸਰਕਾਰ ਸਾਜੀ ਗਈ। ਇਹ ਚਰਚਾ, ਕਿਉਂਕਿ ਅਮਿਤ ਸ਼ਾਹ ਨੂੰ BJP ਵਾਲੇ ਚਾਣਕੀਆ ਕਹਿੰਦੇ ਨੇ, ਉਹਨਾਂ ਦਾ ਉਹ ਚਾਣਕੀਆ ਵਾ, ਤੇ ਉਹ ਪਿਛਲੀ ਵਾਰੀ ਦੇਖੋ ਗੋਆ ਦੇ ਵਿੱਚ ਉਹ ਹਾਰੇ ਸੀ, ਮਣੀਪੁਰ ਦੇ ਵਿੱਚ ਹਾਰੇ ਸੀ, ਇਹਦੇ ਬਾਵਜੂਦ ਦੋਨੋਂ ਸਭਾ ਦੇ ਉੱਤੇ ਸਰਕਾਰ ਬਣਾ ਲਈ। ਚੰਡੀਗੜ੍ਹ ਦੇ ਵਿੱਚ ਮਿਊਂਸੀਪੈਲਿਟੀ ਚੋਣਾਂ ਜਿਹੜੀਆਂ ਸੀ ਉਹਦੇ ਵਿੱਚ BJP ਹਾਰੀ ਸੀ, ਇਹਦੇ ਬਾਵਜੂਦ ਮੇਅਰ ਉਹ ਬਣਾ ਗਏ, ਤੇ ਇਹ ਉਹਨਾਂ ਦਾ ਜਿਹਨੂੰ ਕਹਿੰਦੇ ਨੇ ਇੱਕ ਪੁਰਾਣਾ ਰਾਗ ਹੈ ਜਿਹੜਾ ਉਹ ਹਰ ਵਾਰ ਗਾਉਂਦੇ ਨੇ, ਖਾਸ ਤੌਰ ਤੇ ਅਮਿਤ ਸ਼ਾਹ ਜਿਹੜੇ ਨੇ ਇਸ ਕੰਮ ਦੇ ਮਾਹਰ ਮੰਨੇ ਜਾਂਦੇ ਨੇ, ਤੇ ਖੁਦ ਕੈਪਟਨ ਅਮਰਿੰਦਰ ਸਿੰਘ ਵੀ ਆਪਣੇ ਆਪ ਨੂੰ ਇਹ ਸਮਝਦਾ ਵੀ ਮੈਂ ਵੀ ਹੁਣ ਭਾਗ ਲੀਡਰ ਬਣ ਗਿਆ, ਤੇ ਆਮ ਆਦਮੀ ਪਾਰਟੀ ਦੇ ਬੰਦੇ 4 ਤੋੜ ਲੈਣੇ, ਕਿਉਂਕਿ ਉਹਨੇ ਪਿਛਲੀ ਵਾਰੀ ਵੀ ਇਹਨਾਂ ਦੇ 8 MLA ਜਿਹੜੇ ਸੀ ਉਹ ਪੱਟ ਲਏ ਸੀ, ਜੇ ਤੁਹਾਨੂੰ ਯਾਦ ਹੋਵੇ, ਤਾਂ ਉਹਨਾਂ ਨੂੰ ਐਂ ਲੱਗਦਾ ਵੀ ਆਮ ਆਦਮੀ ਪਾਰਟੀ ਦੇ 10-20 ਬੰਦੇ ਤੋੜ ਲੈਣੇ ਮੇਰੇ ਲਈ ਕੋਈ ਖਾਸ ਗੱਲ ਨੀ ਹੈ, ਤੇ ਉਹਨੂੰ ਇਹ ਵੀ ਉਮੀਦ ਆ ਬਈ ਡੁੱਬਦੀ ਕਿਸ਼ਤੀ ਚੋਂ ਅਕਾਲੀਆਂ ਦੀ ਚੋਂ ਵੀ 4 ਬੰਦੇ ਛਾਲਾ ਮਾਰ ਸਕਦੇ ਨੇ, ਇਸ ਕਰਕੇ ਸਰਕਾਰ ਸਾਡੀ ਬਣੂਗੀ, ਤੇ ਇਸ ਗੱਲ ਦੀ ਉਹ ਉਮੀਦ ਲਾਈ ਬੈਠੇ। ਦੇਖੋ, ਹਾਲਾਂਕਿ ਇਸ ਗੱਲ ਚ ਦਮ ਕੋਈ ਬਹੁਤਾ ਲੱਗਦਾ ਨਹੀਂ, ਕਿਉਂਕਿ ਬਾਕੀ ਥਾਵਾਂ ਤੇ ਇਹ ਤਜਰਬਾ ਕਾਮਯਾਬ ਹੋ ਸਕਦਾ, ਪਰ ਮੈਂ ਸਮਝਦਾ ਵੀ ਪੰਜਾਬ ਚ ਇਹ ਤਜਰਬਾ ਸ਼ਾਇਦ ਹੀ ਕਾਮਯਾਬ ਹੋਵੇ, ਕਿਉਂਕਿ ਹਰਿਆਣੇ ਦੇ ਵਿੱਚ ਪੁਰਾਣਾ ਜ਼ਮਾਨਾ ਵੀ ਜੇ ਤੁਸੀਂ ਯਾਦ ਕਰੋ ਤਾਂ ਆਇਆ ਰਾਮ ਗਿਆ ਰਾਮ
ਦਾ ਨਾਰਾ ਪੰਜਾਬ ਹਰਿਆਣੇ ਤੋਂ ਉੱਠਿਆ ਸੀ। ਉਦੋਂ ਬੰਸੀ ਲਾਲ, ਭਜਨ ਲਾਲ ਤੇ ਦੇਵੀ ਲਾਲ ਤਿੰਨ ਲਾਲ ਹੁੰਦੇ ਸੀ। ਉਹ ਜਿਹੜੇ ਤਿੰਨੇ ਲਾਲ ਸੀ ਉਹ ਕਦੇ ਇਧਰੋਂ ਚਾਰ ਬੰਦੇ ਤੋੜ ਲਏ, ਕਦੇ ਇਧਰੋਂ ਚਾਰ ਬੰਦੇ ਤੋੜ ਲਏ, ਕਦੇ ਇਹਦੀ ਸਰਕਾਰ ਬਣ ਗਈ, ਕਦੇ ਉਹਦੀ ਸਰਕਾਰ ਬਣ ਗਈ। ਇਹ ਹਰਿਆਣੇ ਚ ਤਾਂ ਆਮ ਹੁੰਦਾ ਰਿਹਾ, ਪਰ ਪੰਜਾਬ ਚ ਕਿਤੇ ਕਿਤੇ ਹੀ ਹੋਇਆ। ਪਰ ਜੇ ਕਿਤੇ ਹੋਇਆ ਤਾਂ ਉਹ ਬਹੁਤਾ ਸਿਰੇ ਨੀ ਲੱਗਿਆ, ਉਹ ਛੇਤੀ ਖਿਲਰ ਖਿਲਰ ਗਿਆ। ਹੁਣ ਵੀ ਕਿਵੇਂ ਲੋਕੀ ਛਾਲਾ ਮਾਰ ਮਾਰ ਕੇ ਭਾਜਪਾ ਦੇ ਵਿੱਚ ਜਾ ਰਹੇ ਸੀ, ਤੇ ਪੰਜਾਬ ਚ ਵੀ ਆਪਾਂ ਦੇਖਿਆ ਕਿ ਕਿਵੇਂ ਲੋਕੀ ਜਿਹੜੇ ਸੀਗੇ ਸਾਬਕਾ ਅਫਸਰ ਤੇ ਹੋਰ, ਕਿਉਂਕਿ ਜਿਹੜਾ ਈਡੀ ਤੇ ਸੀਬੀਆਈ ਦਾ ਦਰਾਬਾ ਦੇ ਕੇ ਉਹਨਾਂ ਨੇ ਕਿਵੇਂ ਆਪਣੀਆਂ ਝੋਲੀਆਂ ਭਰੀਆਂ ਨੇ। ਤਾਂ ਮੈਂ ਅੱਗੇ ਵੀ ਕਈ ਵਾਰੀ ਗੱਲ ਕਹੀ ਆ ਬਈ ਜਿਹੜਾ ਛੱਟਣ ਹੁੰਦਾ ਨਾ, ਛੱਟਣ ਇਹ ਨਾ ਤਾਂ ਬੀਜਣ ਦੇ ਕੰਮ ਆਉਂਦਾ ਨਾ ਖਾਣ ਦੇ ਕੰਮ ਆਉਂਦਾ। ਬੀਜੇਪੀ ਨੇ ਵੀ ਛੱਟਣ ਬਹੁਤ ਇਕੱਠਾ ਕੀਤਾ ਤੇ ਛੱਟਣ ਆਮ ਆਦਮੀ ਪਾਰਟੀ ਵਾਲਿਆਂ ਨੇ ਵੀ ਥੋੜਾ ਨੀ ਇਕੱਠਾ ਕੀਤਾ, ਤੇ ਉਹਨਾਂ ਨੇ ਵੀ ਬਥੇਰਾ ਕੀਤਾ। ਸੋ ਦੇਖਦੇ ਆ ਹੁਣ ਆਪਾਂ 10 ਤਰੀਕ ਦੇ ਅਸਲ ਚੋਣ ਨਤੀਜਿਆਂ ਦੇ ਉੱਤੇ ਨਜ਼ਰ ਰੱਖਣੀ ਪਊਗੀ। ਹਾਂ ਆਹ 2 ਦਿਨ ਜਿਵੇਂ ਮੈਂ ਪਹਿਲਾਂ ਕਿਹਾ 2 ਦਿਨ ਲੋਕਾਂ ਨੂੰ ਸੁਰਸਿਆ ਬਜਾਉਣ ਨੂੰ ਮਿਲ ਗਿਆ, ਇਹਦੇ ਨਾਲ ਜੀ ਲੱਗਿਆ ਰਹੂਗਾ, ਕਿਉਂਕਿ ਕਈ ਦਿਨਾਂ ਦੇ ਲੋਕ ਉਧਰੇ ਦੇ ਪਏ ਸੀ, ਉਹਨਾਂ ਨੂੰ ਕੋਈ ਗੱਲ ਕਰਨ ਨੂੰ ਲੱਭਦੀ ਨਹੀਂ ਸੀ। ਕਿਉਂਕਿ ਜਦੋਂ ਅੱਗੇ ਕੋਈ ਗੱਲ ਕਰਦਾ ਸੀ ਵੀ ਕਿਵੇਂ ਰਹੂਗਾ ਨਤੀਜਾ, ਉਹ ਯਾਰ ਇੱਥੇ ਕੁਛ ਪਤਾ ਨੀ ਲੱਗਦਾ, ਇਹ ਜੇ ਕਹਿ ਕੇ ਲੋਕ ਸਾਰ ਲੈਂਦੇ ਸੀਗੇ। ਪਰ ਆਹ ਹੁਣ ਐਗਜ਼ਿਟ ਪੋਲ ਦੇ ਨਤੀਜੇ ਆ ਗਏ, ਇਹ 2 ਦਿਨ ਹੁਣ ਚਰਚਾ ਦਾ ਵਿਸ਼ਾ ਬਣੇ ਰਹਿਣ। ਜੀ ਤੁਹਾਨੂੰ ਗਿੱਲ ਸਾਹਿਬ ਇਹਦੇ ਨਾਲ ਇੱਕ ਦੱਸਿਓ ਮੈਨੂੰ, ਕਈ ਵਾਰੀ ਆਲੇ ਦੁਆਲੇ ਮੈਸੇਜ ਵੀ ਆ ਰਹੇ ਨੇ ਬਹੁਤ, ਬਾਜੀ ਹੋਣੀ ਆਸਟ੍ਰੇਲੀਆ ਤੋਂ ਇੰਦਰਜੀਤ ਸਿੰਘ ਹੋਣੀ ਤੇ ਹੈਪੀ ਲੈਰਾ ਆਪਣਾ ਪ੍ਰੋਗਰਾਮ ਸੁਣ ਰਹੇ ਨੇ ਇਟਲੀ ਦੇ ਵਿੱਚ ਬਹਿ ਕੇ, ਉਹਨਾਂ ਸਾਰਿਆਂ ਵੱਲੋਂ ਵੀ ਕਈਆਂ ਹੋਰਾਂ ਵੱਲੋਂ ਵੀ ਮੈਨੂੰ ਮੈਸੇਜ ਨੇ। ਇਹ ਇੱਕ ਗੱਲ ਦੱਸਿਓ, ਦੇਖੋ ਮਜੀਠੀਆ ਸਾਹਿਬ ਜੇਲ੍ਹ 'ਚ ਨੇ, ਉਹਨਾਂ ਦੀ ਜਿਹੜੀ ਜ਼ਮਾਨਤ ਦੀ ਅਰਜ਼ੀ ਤੇ ਸੁਣਵਾਈ ਕਦੋਂ ਹੋਣੀ ਹੈ? ਦੂਜੇ ਪਾਸੇ ਕਿਆ ਸਰਾਈਆਂ ਇਹ ਵੀ ਨਹੀਂ, ਜਿਵੇਂ ਕਿ ਆਪਾਂ ਨੇ ਪਹਿਲਾਂ ਗੱਲ ਕੀਤੀ ਸੀ ਪ੍ਰੋਗਰਾਮ ਤੋਂ ਪਹਿਲਾਂ ਵੀ ਇਹ ਗੱਲ ਕੀਤੀ ਕਿ ਮੈਨੂੰ ਕਈ ਪਾਸਿਓਂ ਇਹ ਗੱਲਾਂ ਆਈਆਂ ਨੇ ਕਿ ਮਜੀਠੀਆ ਸਾਹਿਬ ਹਾਰ ਰਹੇ ਨੇ ਅੰਮ੍ਰਿਤਸਰ ਸਾਹਿਬ ਤੋਂ ਵੀ, ਅੰਮ੍ਰਿਤਸਰ ਪੂਰਬੀ ਤੋਂ ਜਿੱਥੇ ਨਵਜੋਤ ਸਿੱਧੂ ਦੇ ਮੁਕਾਬਲੇ, ਉਹਨਾਂ ਦੀ ਹਾਰ ਜਾਂ ਨਵਜੋਤ ਸਿੱਧੂ ਦੀ ਹਾਰ ਕਿੱਥੇ ਲਿਜਾ ਕੇ ਖੜਾਊਗੀ ਉਹਨਾਂ ਨੂੰ? ਤੇ ਜਿਹੜੀ ਜਿੱਥੋਂ ਤੱਕ ਜਮਾਨਤ ਦੀ ਗੱਲ ਹੈ ਉਹ ਤਾਂ ਹੁਣ ਆਪਾਂ ਨੂੰ ਮੈਨੂੰ ਪਤਾ ਨੀ ਹੈਗਾ, ਉਹ ਤਾਂ ਤੁਹਾਨੂੰ ਪਤਾ ਹੋਣਾ ਕੇਸ ਦੇ ਆਧਾਰ ਤੇ ਜਮਾਨਤ ਕੱਲ ਨੂੰ ਹੋ ਵੀ ਸਕਦੀ ਹੈ, ਲੰਮੀ ਵੀ ਪੈ ਸਕਦੀ ਹੈ, ਉਹ ਤਾਂ ਸਮਾਂ ਦੱਸੂਗਾ। ਪਰ ਉਹਨਾਂ ਨੂੰ ਰਿੜਕਿਆ ਕਿਉਂ ਜਾ ਰਿਹਾ, ਇਹਦੇ ਪਿੱਛੇ ਕਾਰਨ ਕੀ ਹੈ? ਕਿਉਂਕਿ ਜਿਹੜਾ ਕੇਸ ਆ ਜੇ ਆਪਾਂ ਉਹਦੀ ਗੰਭੀਰਤਾ ਨੂੰ ਦੇਖੀਏ ਤਾਂ ਉਹ ਜਿਹੜਾ ਇੰਨਾ ਲੰਬਾ ਸਮਾਂ ਬਚਦੇ ਆਏ ਨੇ, ਉਹ ਪਹਿਲਾਂ ਬੀਜੇਪੀ ਨਾਲ ਸਾਂਝ ਰਹੀ ਆ, ਉਹਦੇ ਆਸਰੇ ਵਚਦੇ ਆਏ ਨੇ, ਕਿਉਂਕਿ ਕੇਂਦਰੀ ਏਜੰਸੀਆਂ ਕੇਂਦਰ ਦੇ ਵਿੱਚ ਉਹਦੀ ਭੈਣ ਵਜ਼ੀਰ ਸੀ ਤੇ ਵੱਡੇ ਬਾਦਲ ਸਾਹਿਬ ਦਾ ਮੋਦੀ ਨਾਲ ਤੇ ਦੂਜਿਆਂ ਨਾਲ ਚੰਗਾ ਰਾਬਤਾ ਸੀ, ਸੁਖਬੀਰ ਬਾਦਲ ਦਾ ਵੀ ਭਗਵਾਨ ਅਮਿਤ ਸ਼ਾਹ ਨਾਲ ਮੇਲਤਾ ਸੀ, ਜਿਹਦੇ ਕਰਕੇ ਉਹ ਇਹਨੂੰ ਬਚਾਉਂਦੇ ਰਹੇ ਨੇ। ਪਰ ਹੁਣ ਉਹਨਾਂ ਦੀ ਸਾਂਝ ਵੀ ਟੁੱਟ ਗਈ ਆ, ਉਹ ਸਾਂਝ ਟੁੱਟਣ ਤੋਂ ਬਾਅਦ ਲੱਗ ਗਿਆ ਸੀ ਇਹ ਦਿਖਾਈ ਦੇਣ ਬਈ ਕਿਸੇ ਵੇਲੇ ਵੀ ਇਹ ਜਿਹੜਾ ਘਟਨਾਕ੍ਰਮ ਆ ਇਹ ਕਰਵਟ ਬਦਲ ਸਕਦਾ, ਦੂਜਾ ਰੰਗ ਲੈ ਸਕਦਾ। ਤੇ ਹੁਣ ਜਿਹੜਾ ਹਾਈਕੋਰਟ ਦਾ ਰੁੱਖ ਹੈ ਉਹਦੇ ਉੱਤੇ ਵੀ ਤੁਸੀਂ ਦੇਖਿਆ ਹੋਣਾ ਵੀ ਪਿਛਲੇ ਦਿਨੀ ਜਿਹੜੀ ਬਹਿਸ ਸੁਪਰੀਮ ਕੋਰਟ ਦੇ ਵਿੱਚ ਹੋਈ ਆ, ਉਸ ਬਹਿਸ ਦੇ ਦੌਰਾਨ ਜਿਹੜੇ ਪੰਜਾਬ ਦੇ ਐਡਵੋਕੇਟ ਜਨਰਲ ਨੇ ਉਹਨਾਂ ਨੇ ਜਿਸ ਢੰਗ ਨਾਲ ਪੱਖ ਰੱਖਿਆ ਦੋ ਤਿੰਨ ਮਾਮਲਿਆਂ ਦੇ ਵਿੱਚ, ਉੱਥੋਂ ਸੁਮੇਧ ਸੈਣੀ ਦੇ ਮਾਮਲੇ ਚ ਹਾਈਕੋਰਟ ਵੱਲੋਂ ਜਿਹੜਾ ਉਹਨਾਂ ਪ੍ਰਤੀ ਰੁੱਖ ਅਪਣਾਇਆ ਹੋਇਆ ਸੀਗਾ ਉਹਦੇ ਚ ਵੀ ਝਾੜਸੰਭ ਸੁਪਰੀਮ ਕੋਰਟ ਨੇ ਕੀਤੀ ਆ, ਤੇ ਨਸ਼ਾ ਤਸਕਰੀ ਵਾਲੇ ਮਾਮਲੇ ਜਿਹੜੇ ਨੇ ਇਹਨਾਂ ਦੇ ਵਿੱਚ ਵੀ ਥੋੜਾ ਜਿਹਾ ਅੱਗੇ ਨਾਲੋਂ ਰੰਗ ਵੱਖਰੀ ਕਿਸਮ ਦਾ ਦਿਖਾਈ ਦਿੱਤਾ। ਜਿਹੜੇ ਨਵਜੋਤ ਸਿੱਧੂ ਦੇ ਨਜ਼ਦੀਕੀ ਨੇ, ਖਾਸ ਤੌਰ ਤੇ ਉਹਦੇ ਸਪੋਰਟਰ ਨੇ ਜਾਂ ਭਗਤ ਕਹਿ ਲਓ ਉਹਦੇ, ਉਹ ਤਾਂ ਇਹ ਕਹਿ ਰਹੇ ਨੇ ਬਈ ਚੰਨੀ ਨੇ ਵੀ ਆ ਕੇ ਜਿਹੜੇ ਡੀ ਜੀ ਪੀ ਤੇ ਏ ਜੀ ਵਗੈਰਾ ਲਾਏ ਸੀ ਉਹ ਵੀ ਇੱਕ ਕਿਸਮ ਦਾ ਇਹਨਾਂ ਨੂੰ ਬਚਾਉਣ ਵਾਲੇ ਸੀਗੇ, ਪਰ ਨਵਜੋਤ ਸਿੱਧੂ ਨੇ ਆਪਣਾ ਸਖ਼ਤ ਸਟੈਂਡ ਲਿਆ ਜਿਹਦੇ ਕਰਕੇ ਡੀ ਜੀ ਪੀ ਵੀ ਬਦਲਣਾ ਪੈ ਗਿਆ ਤੇ ਐਡਵੋਕੇਟ ਜਨਰਲ ਵੀ ਬਦਲਣਾ ਪੈ ਗਿਆ। ਤੇ ਇਹ ਉਸੇ ਦੇ ਨਤੀਜਾ ਤੇ ਬਹੁਤੇ ਲੋਕ ਇਹ ਸਿਹਰਾ ਨਵਜੋਤ ਸਿੱਧੂ ਦੇ ਸਿਰ ਹੀ ਬੰਨਦੇ ਨੇ ਵੀ ਜੇ ਅੱਜ ਮਜੀਠੀਆ ਜੇਲ੍ਹ ਚ ਬੈਠਾ ਤਾਂ ਉਹ ਨਵਜੋਤ ਸਿੱਧੂ ਵੱਲੋਂ ਇਹ ਜਿਹੜਾ ਸਖ਼ਤ ਸਟੈਂਡ ਲਿਆ ਗਿਆ ਆਪਣੀ ਸਰਕਾਰ ਦੇ ਵਿੱਚ ਹੁੰਦਿਆਂ ਉਹਨਾਂ ਨੇ ਆਪਦੀ ਸਰਕਾਰ ਨੂੰ ਕਿਵੇਂ ਘੇਰ ਘੇਰ ਕੇ ਇਸ ਗੱਲ ਦੇ ਉੱਤੇ ਲਿਆਂਦਾ ਵੀ ਉਹਨਾਂ ਨੂੰ ਐਡਵੋਕੇਟ ਜਨਰਲ ਬਦਲਣਾ ਪੈ ਗਿਆ,
ਡੀਜੀਪੀ ਬਦਲਣਾ ਪੈ ਗਿਆ, ਤਿੰਨ ਡੀਜੀਪੀ ਬਦਲਣੇ ਪੈ ਗਏ ਉੱਪਰੋਂ ਥਲੀ। ਤਾਂ ਉਹ ਇਹ ਫੇਰਾ ਨਵਜੋਤ ਸਿੱਧੂ ਦੇ ਸਿਰ ਬੰਨਦੇ ਨੇ, ਨਵਜੋਤ ਦੀ ਹਾਰ ਹੁੰਦੀ ਆ ਜਾਂ ਮਲੀਕੇ ਦੀ ਹਾਰ ਹੁੰਦੀ ਆ ਜਾਂ ਉੱਥੇ ਜੀਵਨਜੋਤ ਕੌਰ ਜਿੱਤਦੀ ਆ, ਉਹ ਚਲੋ ਅਗਲੀ ਗੱਲ ਆ। ਪਰ ਜੇ ਅੱਜ ਮਜੀਠੀਆ ਜੇ ਕਮੇਟਾ ਤਾਂ ਬਹੁਤੇ ਲੋਕੀ ਇਹਦਾ ਫੇਰਾ ਨਵਜੋਤ ਦੇ ਸਿਰ ਬੰਨਦੇ ਆ। ਹੁਣ ਜਿਹੜੀ ਤੁਸੀਂ ਕਹਿੰਦੇ ਉਹਦੀ ਜ਼ਮਾਨਤ, ਜ਼ਮਾਨਤ ਵਾਲਾ ਮਾਮਲਾ ਜਿਹੜਾ ਉਹ ਤਰ੍ਹਾਂ ਦੀ ਇਸ ਗੱਲ ਦੇ ਉੱਤੇ ਨਿਰਭਰ ਕਰਦਾ ਵੀ ਜਿਹੜੀ ਈਡੀ ਆ ਇਨਫੋਰਸਮੈਂਟ ਡਾਇਰੈਕਟੋਰੇਟ ਆ ਜਿਹੜਾ ਉਹ ਆਪਣੇ ਕੇਸ ਨੂੰ ਕਿੰਨੀ ਪਰਪੱਕਤਾ ਦੇ ਨਾਲ ਔਰ ਕਿੰਨੇ ਚੰਗੇ ਤਰੀਕੇ ਦੇ ਨਾਲ ਅਦਾਲਤ ਦੇ ਸਾਹਮਣੇ ਰੱਖਦਾ ਹੈ ਤੇ ਜਾਂ ਉਹਦੀ ਗੰਭੀਰਤਾ ਨੂੰ ਅਦਾਲਤ ਦੇ ਸਾਹਮਣੇ ਲਿਆਉਂਦਾ ਹੈ ਤਾਂ ਜ਼ਮਾਨਤ ਦੇ ਚਾਂਸ ਘੱਟ ਸਕਦੇ ਆ। ਪਰ ਜੇ ਜਿਸ ਤਰ੍ਹਾਂ ਦਾ ਕੁਛ ਲੋਕਾਂ ਵੱਲੋਂ ਕਿਆਸ ਲਾਇਆ ਜਾ ਰਿਹਾ ਬਈ ਕਿਸੇ ਦਾ ਬਹੁਮਤ ਨੀ ਆਉਂਦਾ ਹੈ ਤੇ ਜੇ ਕਿਸੇ ਦਾ ਬਹੁਮਤ ਨੀ ਆਉਂਦਾ ਹੈ ਤਾਂ ਕੁਦਰਤੀ ਗੱਲ ਆ ਵੀ ਜੇ ਬੀਜੇਪੀ ਨੇ ਆਪਦੀ ਸਰਕਾਰ ਫਿਰ ਬਣਾਉਣੀ ਆ ਉਦੋਂ ਕੁੜੀ ਵਾਲੇ ਕੈਪਟਨ ਨੂੰ ਮੂਹਰੇ ਲਾ ਕੇ ਤਾਂ ਫਿਰ ਅਕਾਲੀ ਦਲ ਉੱਧਰ ਸਪੋਰਟ ਕਰੂਗਾ ਨਹੀਂ ਕਰੂਗਾ। ਉਂਝ ਤਾਂ ਕੱਲ ਜਿਹੜੇ ਬੀਜੇਪੀ ਦੇ ਪੈਨਲ ਦੇ ਵਿੱਚ ਬੈਠੇ ਵੱਡੇ ਟੀਵੀ ਚੈਨਲਾਂ ਦੇ ਉੱਤੇ ਜਿਹੜੇ ਬੀਜੇਪੀ ਦੇ ਵੱਡੇ ਆਗੂ ਬੈਠੇ ਸੀ ਉਹਨਾਂ ਨੇ ਤਾਂ ਇਹ ਗੱਲ ਕਹੀ ਆ ਵੀ ਜਿਹੜੀ ਪਾਰਟੀ ਸਾਨੂੰ ਇੱਕ ਵਾਰੀ ਛੱਡ ਜਾਂਦੀ ਆ ਅਸੀਂ ਉਹਨੂੰ ਮੁੜ ਕੇ ਨੇੜੇ ਨਹੀਂ ਲਾਉਂਦੇ, ਇਸ ਕਰਕੇ ਅਕਾਲੀ ਦਲ ਦੇ ਨਾਲ ਮੁੜ ਕੇ ਸਾਂਝ ਦੀ ਉਮੀਦ ਕੋਈ ਨਹੀਂ। ਪਰ ਇੱਥੇ ਰਾਜਨੀਤੀ ਦੇ ਵਿੱਚ ਕਿਸੇ ਗੱਲ ਤੋਂ ਕਿਨਾਰਾ ਵੀ ਨਹੀਂ ਕੀਤਾ ਜਾ ਸਕਦਾ, ਇੱਥੇ ਪੱਕੀ ਠੱਕੀ ਲਕੀਰ ਕਦੇ ਵੀ ਨਹੀਂ ਕੱਢੀ ਜਾ ਸਕਦੀ, ਇੱਥੇ ਨਾ ਕੋਈ ਪੱਕਾ ਦੁਸ਼ਮਣ ਆ ਤੇ ਨਾ ਹੀ ਕੋਈ ਪੱਕਾ ਮਿੱਤਰ ਆ। ਤੋ ਇਹ ਹੁਣ ਦੇਖਦੇ ਆ ਵੀ ਆਉਣ ਵਾਲੇ ਦਿਨਾਂ ਚ ਪਹਿਲਾਂ ਤਾਂ ਆਪਾਂ ਨੂੰ ਇਹ ਦੇਖਣਾ ਪਏਗਾ ਸਰਕਾਰ ਕਿਹਦੀ ਬਣਦੀ ਆ। ਜੇ ਸਰਕਾਰ ਆਮ ਆਦਮੀ ਪਾਰਟੀ ਦੀ ਬਣਦੀ ਆ ਤਾਂ ਫੇਰ ਮੈਨੂੰ ਲੱਗਦਾ ਵੀ ਮਜੀਠੀਆ ਦੀ ਜ਼ਮਾਨਤ ਦੇ ਚਾਂਸ ਘੱਟ ਜਾਣਗੇ। ਬਿਲਕੁਲ ਬਿਲਕੁਲ, ਕਹਿੰਦੇ ਨੇ ਕਿਸੇ ਨੇ ਕਿਹਾ ਗਿੱਲ ਸਾਹਿਬ ਵੀ ਨਿਰਾਲਾ ਹੀ ਨਿਆਂ ਹੈ, ਅਨੋਖੀ ਰੀਤ ਹੱਕ ਸੱਚ ਦੀ, ਬਿਨਾਂ ਦਲ ਘਰ ਤੋਂ ਰੁੜਦੇ ਨੇ ਜਿਨ੍ਹਾਂ ਨੇ ਜੱਗ ਵਸਾਇਆ। ਉਹ ਬਿਨਾਂ ਦਲ ਘਰ ਤੋਂ ਰੁੜੀ ਜਾਂਦੇ ਨੇ, ਜੱਗ ਵਸਾਈ ਫਿਰਦੇ ਨੇ, ਪਰ ਜਿਹੜੇ ਇੱਦਾਂ ਦੇ ਬੰਦੇ ਨੇ ਉਹ ਸਭ ਕੁਛ ਕਰੀ ਜਾਂਦੇ। ਗਿੱਲ ਸਾਹਿਬ ਇੱਕ ਗੱਲ ਦੱਸਿਓ, ਮੇਘਾਲਿਆ ਦੇ ਰਾਜਪਾਲ ਜੋ ਆਪਣੇ ਬੀਜੇਪੀ ਦੇ ਬਣਾਏ ਹੋਏ ਨੇ, ਉੱਤਰ ਪ੍ਰਦੇਸ਼ ਨਾਲ ਸੰਬੰਧ ਰੱਖਦੇ ਨੇ, ਪਿਛੋਕੜ ਉਹਨਾਂ ਦਾ, ਫਿਰ ਇੱਕ ਵਾਰੀ ਔਖੇ ਹੋਏ ਫਿਰਦੇ ਨੇ ਬੀਜੇਪੀ ਦੇ ਉੱਤੇ। ਮੈਨੂੰ ਐ ਲੱਗਦਾ ਥੋੜਾ ਜੀ ਉਹ ਔਖੇ ਨੀ ਹੋਏ ਹੋਏ, ਔਖੇ ਨੀ ਹੋਏ ਹੋਏ। ਮੈਨੂੰ ਐ ਲੱਗਦਾ ਵੀ ਇਹ ਬੀਜੇਪੀ ਦੀ ਇੱਕ ਚਾਲ ਲੱਗਦੀ ਆ ਮੈਨੂੰ, ਕਿਉਂਕਿ ਜੇ ਤੁਹਾਨੂੰ ਯਾਦ ਹੋਵੇ ਤਾਂ ਮੈਂ ਅੱਗੇ ਵੀ ਤੁਹਾਨੂੰ ਇੱਕ ਵਾਰੀ ਇਹ ਗੱਲ ਕਹੀ ਸੀ। ਉਦੋਂ ਕਈ ਬੰਦਿਆਂ ਨੇ ਮੇਰੇ ਫਿਰ ਫੇਸਬੁੱਕ ਦੇ ਉੱਤੇ ਤੇ ਉਂਝ ਵੀ ਮੈਨੂੰ ਫੋਨ ਕਰਕੇ ਵੀ ਕਈਆਂ ਨੇ ਮੈਨੂੰ ਕਹਿੰਦੇ ਨੇ ਮਾੜਾ ਚੰਗਾ ਵੀ ਬੋਲਿਆ, ਮੈਨੂੰ ਕਈਆਂ ਦੀਆਂ ਪੱਤੀਆਂ ਠੰਡੀਆਂ ਵੀ ਸੁਣਨੀਆਂ ਪੈ ਗਈਆਂ, ਹਾਂ ਪੱਤੀਆਂ ਠੰਡੀਆਂ ਵੀ ਸੁਣਨੀਆਂ ਪੈ ਗਈਆਂ। ਮੈਨੂੰ ਕਹਿੰਦੇ ਵੀ ਤੁਹਾਨੂੰ ਤਾਂ ਕੋਈ ਪਸੰਦ ਹੀ ਨੀ ਹੈਗਾ। ਮੈਂ ਉਦੋਂ ਵੀ ਇਹ ਗੱਲ ਕਹੀ ਸੀ ਵੀ ਜਿਹੜਾ ਸਤਪਾਲ ਮਲਿਕ ਹੈ, ਜਿਹੜਾ ਸਤਪਾਲ ਮਲਿਕ ਹੈ ਜਿਹੜਾ ਉਹ ਵਾਰ ਵਾਰ ਇਹ ਕਹਿੰਦਾ ਵੀ ਇਹ ਸਿੱਖ ਜਿਹੜੇ ਨੇ ਇਹ 300 ਸਾਲ ਨੂੰ ਭੁੱਲਦੇ, ਇਹ ਆਏ ਨੀ ਕਰਦੇ, ਇਹ ਉਹ ਨੀ ਕਰਦੇ। ਤੇ ਹੁਣ ਤੁਸੀਂ ਚੋਣਾਂ ਤੋਂ ਐਨ ਪਹਿਲਾਂ 3-4 ਦਿਨ ਜਿੱਦੇ ਵੋਟਾਂ ਪੈਣੀਆਂ ਸੀ, ਉਹਦੇ 3-4 ਦਿਨ ਪਹਿਲਾਂ ਜਿਹੜਾ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਖਾਲਿਸਤਾਨੀਆਂ ਨੂੰ ਪੱਠੇ ਪਾਉਣੇ ਤੇ ਬੀਜੇਪੀ ਦਾ ਆਈ ਟੀ ਸੈੱਲ ਇਹ ਖਾਲਿਸਤਾਨ ਦੇ ਨਾਅਰੇ ਲਗਾਉਣੇ, ਇਹ ਸਾਰਾ ਕੁਛ ਇਹਨੂੰ ਤੁਸੀਂ ਆਮ ਵਰਤਾਰਾ ਨਾ ਮੰਨੋ। ਇਹ ਬੜੀ ਵੱਡੀ ਇੱਕ ਚਾਲ ਸੀ, ਸਾਜਿਸ਼ ਸੀ ਭਈ, ਤਾਂ ਕਿ ਪੰਜਾਬ ਦੇ ਵਿੱਚ ਜੇ ਮੰਨ ਲਓ ਜੇ ਸਿਮਰਜੀਤ ਮਾਨ ਇੱਕ ਸੀਟ ਜਿੱਤ ਵੀ ਜਾਂਦਾ ਤੇ ਕਿਹੜਾ ਪੰਜਾਬ ਚ ਉਹਨੇ ਸਾਨੂੰ ਖੋ ਦੇਣਾ। ਉਹਨੇ ਜਦੋਂ 12 ਸੀਟਾਂ ਲੋਕ ਸਭਾ ਦੀਆਂ ਜਿੱਤੀਆਂ ਸੀ ਉਦੋਂ ਕੁਛ ਨੀ ਕੀਤਾ ਤੇ ਹੁਣ ਉਹਨੇ ਕੀ ਕਰਨਾ। ਤੇ ਦੂਜੀ ਗੱਲ ਇਹ ਆ ਵੀ ਕਈ ਲੋਕ ਇਹ ਵੀ ਕਹਿੰਦੇ ਨੇ ਉਹ ਹਿੱਲਿਆ ਹੋਇਆ ਬੰਦਾ ਉਹਦਾ ਕੀ ਆ, ਉਹ ਕੁਛ ਵੀ ਕਹਿ ਸਕਦਾ ਕਿਸੇ ਵੇਲੇ। ਜਿਹੜਾ ਬੰਦਾ ਕਹਿੰਦਾ ਯੂਕਰੇਨ ਚ ਆ ਪਿੱਛੇ ਸੋਸ਼ਲ ਮੀਡੀਆ ਤੇ ਕਿੰਨੇ ਦਿਨ ਰੌਲਾ ਪੈਂਦਾ ਰਿਹਾ, ਕਹਿੰਦਾ ਸਾਨੂੰ ਵੀਜ਼ਾ ਨੀ ਮਿਲਿਆ, ਨਹੀਂ ਮੈਂ ਤੇ ਮੇਰਾ ਬੰਦਾ ਬੁੱਲੇ ਯੂਕਰੇਨ ਚ ਲੜਨ ਜਾਂਦੇ। ਹੁਣ ਇਸ ਤਰ੍ਹਾਂ ਦੀਆਂ ਗੱਲਾਂ ਜਾਂ ਬੇਤਰੀਆਂ ਮਾਰਨੀਆਂ ਉਹ ਕਰ ਸਕਦੇ ਨੇ, ਪਰ ਜਿਹੜਾ ਇਹ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਖਾਲਿਸਤਾਨ ਨੂੰ ਉਭਾਰਨ ਦੀ, ਤੇ ਇਹ ਸਤਪਾਲ ਮਲਿਕ ਵੀ ਉਹਨਾਂ ਦੇ ਵਿੱਚੋਂ ਹੀ ਆ। ਮਤਲਬ ਮੈਂ ਇਹਨੂੰ ਉਸੇ ਲੜੀ ਦੇ ਵਿੱਚ ਦੇਖਦਾ, ਕਿਉਂਕਿ ਜਿਹੜਾ ਉਹ ਵੋਟਾਂ ਤੋਂ 3 ਦਿਨ ਪਹਿਲਾਂ ਖਾਲਿਸਤਾਨ ਦਾ ਮੁੱਦਾ ਉਭਾਰਿਆ ਗਿਆ ਲੁਧਿਆਣੇ ਦੇ ਵਿੱਚ ਦੀਪ ਸਿੱਧੂ ਦੇ ਸ਼ਮਸ਼ਾਨ ਘਾਟ ਦੇ ਵਿੱਚ ਜਦੋਂ ਉਹਨਾਂ ਨੂੰ
ਭੋਗ ਤੇ ਨੀ ਜੀ, ਭੋਗ ਤੋਂ ਪਹਿਲਾਂ ਉਹਨਾਂ ਦੇ ਅੰਤਿਮ ਸੰਸਕਾਰ ਤੇ ਉੱਥੇ ਖਾਲਿਸਤਾਨ ਦੇ ਨਾਰੇ ਲੱਗਦੇ ਨੇ, ਉੱਥੇ ਖਾਲਿਸਤਾਨ ਦੇ ਨਾਰੇ ਲੱਗਦੇ ਨੇ ਬੜੇ ਜ਼ੋਰ ਸ਼ੋਰ ਦੇ ਨਾਲ, ਤੇ ਇਹ ਸਾਰਾ ਕੁਛ ਐਵੇਂ ਨੀ ਸੀ। ਇਹ ਤਾਂ ਸੀ ਤਾਂ ਕਿ ਜਿਹੜਾ ਪੰਜਾਬ ਦਾ ਹਿੰਦੂ ਆ ਉਹ ਡਰ ਕੇ ਬੀਜੇਪੀ ਦੇ ਨੇੜੇ ਜਾਵੇ, ਇੱਥੇ ਖਾਲਿਸਤਾਨ ਮੁੜ ਕੇ ਨਾ ਆ ਜਾਵੇ ਕਿਤੇ। ਤੇ ਦੂਜਾ ਜਿਹੜਾ ਜਿਹੜਾ ਇੱਕ ਥੋੜਾ ਸਿੱਖ ਜਿਹੜਾ ਜਿਹਨੂੰ ਆਪਾਂ ਕਹੀਏ ਵੀ ਉਦਾਰਵਾਦੀ ਸਿੱਖ ਜਿਹਨੂੰ ਆਪਾਂ ਕਹਿੰਦੇ ਹਾਂ, ਜਿਹੜਾ ਚਾਹੁੰਦਾ ਵੀ ਪੰਜਾਬ ਦੇ ਵਿੱਚ ਮੁੜ ਕੇ ਅਮਨ ਨੂੰ ਲਾਂਬੂ ਨਾ ਲੱਗ ਜਾਵੇ, ਉਹ ਵੀ ਸ਼ਾਇਦ ਬੀਜੇਪੀ ਵਾਲੇ ਪਾਸੇ ਬੋੜਾ ਕੱਢ ਦੇਵੇ। ਇਹ ਇੱਕ ਬੜੀ ਵੱਡੀ ਚਾਲ ਸੀ। ਤੇ ਮਲਕ ਦਾ ਮਾਫੀ ਚਾਹੂੰਗਾ, ਸੋਰੀ ਮੈਂ ਤੁਹਾਨੂੰ ਵਿੱਚ ਟੋਕ ਰਿਹਾ। ਫਿਰ ਸਿਮਰਜੀਤ ਸਿੰਘ ਜਮਾਨ ਨੇ ਉਹ ਬੀਜੇਪੀ ਦੇ ਹੀ ਕਰਿੰਦੇ ਨੇ ਇੱਕ ਕਿਸਮ ਦੇ, ਉਹ ਵੀ ਉਹਨਾਂ ਰਲ ਕੇ ਸਾਰੀਆਂ ਖੇਡਾਂ ਖੇਡਦੇ ਨੇ, ਜਾਂ ਉਹਨੂੰ ਸਮਝ ਨੀ ਹੈਗੀ ਤੁਹਾਡਾ ਜੀ। ਜਿਹੜੀ ਜਿਵੇਂ ਦੇਖੋ ਜਿਹੜੇ ਖਾਲਿਸਤਾਨੀ ਨੇ ਤੇ ਆਰ ਐਸ ਐਸ ਵਾਲੇ ਨੇ, ਮੈਨੂੰ ਉਹਨਾਂ ਦੀ ਵਰਦੀ ਚ ਹੀ ਫਰਕ ਲੱਗਦਾ ਵੀ ਉਹਨਾਂ ਦਾ ਚਿਹਰਾ ਮੋਹਰਾ ਹੀ ਵੱਖਰਾ ਵਾ, ਲੇਕਿਨ ਮੈਨੂੰ ਆਰ ਐਸ ਐਸ ਤੇ ਖਾਲਿਸਤਾਨੀਆਂ ਚ ਕੋਈ ਫਰਕ ਨਹੀਂ ਮਿਲਦਾ। ਕਿਆ ਬਾਤ ਹੈ, ਕਿਆ ਬਾਤ ਹੈ, ਇਹ ਸਮਝਣ ਦੀ ਲੋੜ ਹੈ, ਬਹੁਤ ਸਮਝਣ ਦੀ। ਕੱਲ ਡਾਕਟਰ ਪਿਆਰੇ ਲਾਲ ਗਰਗ ਨੇ ਵੀ ਇਹ ਗੱਲ ਸਾਫ਼ ਤੌਰ ਤੇ ਕਹੀ ਆ ਬਈ ਖਾਲਿਸਤਾਨੀਆਂ ਤੇ ਆਰ ਐਸ ਐਸ ਚ ਕੋਈ ਫਰਕ ਨਹੀਂ। ਔਰ ਤੁਸੀਂ ਹੋਰ ਦੇਖੋ, ਜਿਹੜੇ ਖਾਲਿਸਤਾਨੀ ਨੇ ਉਹ ਆਰ ਐਸ ਐਸ ਦੇ ਖਿਲਾਫ਼ ਨੀ ਬੋਲਦੇ, ਜਿਹੜੇ ਆਰ ਐਸ ਐਸ ਵਾਲੇ ਨੇ ਉਹ ਖਾਲਿਸਤਾਨ ਦੇ ਖਿਲਾਫ਼ ਨੀ ਬੋਲਦੇ। ਕਮਾਲ ਤਾਂ ਦੇਖੋ ਤੁਸੀਂ, ਸਤਪਾਲ ਮਲਿਕ ਤੁਸੀਂ ਮੈਨੂੰ ਇੱਕ ਹੋਰ ਦੱਸੋ ਕਿਵਾੜਾ ਜੀ, ਬੀਜੇਪੀ ਵਾਲੇ ਜਿਹੜਾ ਕੋਈ ਉਹਨਾਂ ਦਾ ਲੀਡਰ, ਚਾਹੇ ਉਹ ਉੱਪਰਲੀ ਕਤਾਰ ਦਾ ਹੋਵੇ ਚਾਹੇ ਉਹ ਹੇਠਲੀ ਕਤਾਰ ਦਾ ਹੋਵੇ, ਜਿਵੇਂ ਕੇਂਦਰੀ ਲੀਡਰਸ਼ਿਪ ਖਾਸ ਤੌਰ ਤੇ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਦੇ ਖਿਲਾਫ਼ ਮੂੰਹ ਖੋਲਿਆ ਹੋਵੇ ਇੱਕ ਵਾਰੀ ਵੀ, ਉਹਨੂੰ ਜੇ ਬੀਜੇਪੀ ਨੇ ਅੱਜ ਤਾਈਂ ਬਖਸ਼ਿਆ ਤਾਂ ਦੱਸ ਦਿਓ ਮੈਨੂੰ। ਬਿਲਕੁਲ ਇੱਕ ਉਦਾਹਰਣ ਦੇ ਦਿਓ ਬਈ ਫਲਾਨਾ ਲੀਡਰ ਜਿਹੜਾ ਸੀਗਾ ਉਹ ਮੋਦੀ ਦੇ ਖਿਲਾਫ਼ ਬੋਲਿਆ ਸੀ ਜਾਂ ਅਮਿਤ ਸ਼ਾਹ ਦੇ ਖਿਲਾਫ਼ ਬੋਲਿਆ ਸੀ ਤੇ ਉਹ ਅੱਜ ਵੀ ਬੀਜੇਪੀ ਦੇ ਵਿੱਚ ਬੈਠਾ। ਉਹਨਾਂ ਨੇ ਤਾਂ ਜਿਹੜੇ ਬੀਜੇਪੀ ਨੂੰ ਖੜੇ ਕਰਨ ਵਾਲੇ ਲਾਲ ਕਿਸ਼ਨ ਅਡਵਾਨੀ ਵਰਗੇ ਉਹ ਖੂੰਜੇ ਲਾ ਤੇ, ਤੇ ਸਤਪਾਲ ਮਲਿਕ ਚੀਜ਼ ਕੀ ਆ? ਬਿਲਕੁਲ ਬਿਲਕੁਲ, ਉਹ ਜਿਹੜੇ ਇਸ ਤਰ੍ਹਾਂ ਦੇ ਬਿਆਨ ਦੇ ਰਿਹਾ ਉਹ ਜਿਹੜਾ ਜਾਣ ਬੁੱਝ ਕੇ ਮਤਲਬ ਜਿਹੜਾ ਉਹ ਸਿੱਖਾਂ ਦੇ ਨਾਂ ਤੇ ਜਾਂ ਹੋਰ ਇਸ ਤਰ੍ਹਾਂ ਦੇ ਨਾਂ ਤੇ ਜਿਹੜਾ ਉਹ ਜਿਹਨੂੰ ਕਹਿੰਦੇ ਪੰਜਾਬੀ ਚ ਮੈਂ ਸ਼ਬਦ ਵਰਤੂਗਾ ਚੱਕ ਥੱਲ ਕਰ ਰਿਹਾ, ਜਿਹੜੀ ਉਹ ਜਿਹੜੀ ਚੱਕ ਥੱਲ ਕਰ ਰਿਹਾ ਉਹ ਐਵੇਂ ਥੋੜੀ ਕਰ ਰਿਹਾ, ਉਹ ਉੱਪਰਲੀ ਲੀਡਰਸ਼ਿਪ ਦੀ ਸ਼ਹਿ ਤੇ ਹੀ ਕਰ ਰਿਹਾ। ਬਿਲਕੁਲ ਬਿਲਕੁਲ, ਇਹ ਸਮਝਣ ਦੀ ਜ਼ਰੂਰਤ ਹੈ, ਬਹੁਤ ਵੱਡੀ ਜ਼ਰੂਰਤ ਹੈ ਸਮਝਣ ਦੀ। ਬਿਲਕੁਲ, ਹੁਣ ਤੁਸੀਂ ਦੇਖੋ ਨਾ ਵੀ ਸਤਪਾਲ ਮਲਿਕ ਕਹਿ ਰਿਹਾ ਵਾ, ਸਤਪਾਲ ਮਲਿਕ ਇਹ ਗੱਲ ਕਹਿ ਰਿਹਾ ਵੀ ਅੰਦੋਲਨਕਾਰੀ ਕਿਸਾਨਾਂ ਨੇ ਜੇ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਲਾਤਾ ਤੇ ਇਹਦੇ ਨਾਲ ਗਲਤ ਕੀ ਹੋਇਆ? ਤੁਸੀਂ ਦੱਸੋ ਵੀ ਆਰ ਐਸ ਐਸ ਦਾ ਕੋਈ ਬੰਦਾ, ਬੀਜੇਪੀ ਦਾ ਕੋਈ ਬੰਦਾ ਹੋਰ ਕੋਈ ਇਹ ਗੱਲ ਕਹਿੰਦਾ? ਰਾਜਪਾਲ ਉਹਨਾਂ ਨੂੰ ਤਾਂ ਮਸਾ ਮੁੱਦਾ ਮਿਲਿਆ ਸੀ ਵੱਡੇ ਅਹੁਦੇ ਤੇ, ਰਾਜਪਾਲ ਹੁੰਦੇ ਹੋਏ। ਇਹਦਾ ਮਤਲਬ ਇਹ ਕਿ ਰਾਜਪਾਲ ਇਹ ਗੱਲ ਮੰਨਦਾ ਜੀ, ਰਾਜਪਾਲ ਇਹ ਗੱਲ ਮੰਨਦਾ ਵੀ ਲਾਲ ਕਿਲੇ ਝੰਡਾ ਲਹਿਰਾਉਣਾ ਕੋਈ ਮਾੜੀ ਗੱਲ ਨਹੀਂ, ਤਾਂ ਫਿਰ ਤਾਂ ਸਾਫ਼ ਹੀ ਜ਼ਾਹਰ ਹੈ ਜੇ ਲਹਿਰਾ ਤਾਂ ਫਰਕ ਵੀ ਕੀ ਪੈ ਗਿਆ ਫਿਰ? ਉਹੀ ਗੱਲ। ਚਲੋ ਜੀ, ਤੁਸੀਂ ਇੱਕ ਗੱਲ ਹੋਰ ਦੇਖੋ ਨਾ ਬਈ, ਜਿਹੜਾ ਰਾਜਪਾਲ ਹੈ, ਰਾਜਪਾਲ ਦੀ ਡਿਊਟੀ ਕੀ ਹੈ? ਮੰਨ ਲਓ ਉਹ ਬੀਜੇਪੀ ਦਾ ਕਰਿੰਦਾ ਵਾ, ਬੀਜੇਪੀ ਦਾ ਬੰਦਾ ਵਾ, ਕੋਈ ਬੀਜੇਪੀ ਦਾ ਵਰਕਰ ਰਿਹਾ ਵਾ, ਠੀਕ ਹੈ ਨਾ, ਉਹਨੂੰ ਮੰਨ ਲਓ ਉਹਨੂੰ ਰਾਜਪਾਲ ਲਾ ਦਿੱਤਾ ਜਾਂਦਾ ਕਿਤੇ, ਤੇ ਉੱਥੇ ਸਰਕਾਰ ਹੋਵੇ ਵਿਰੋਧੀ ਧਿਰ ਦੀ, ਬੀਜੇਪੀ ਦੀ ਨਾ ਹੋਵੇ, ਤਾਂ ਜਦੋਂ ਉਹ ਰਾਜਪਾਲ ਦੇ ਤੌਰ ਤੇ ਵਿਧਾਨ ਸਭਾ ਦੇ ਵਿੱਚ ਭਾਸ਼ਣ ਕਰਦਾ ਉੱਥੇ ਉਹ ਕਹਿੰਦਾ ਮੇਰੀ ਸਰਕਾਰ, ਉਹਨੂੰ ਆਪਦੀ ਸਰਕਾਰ ਕਹਿ ਕੇ ਬੁਲਾਉਂਦਾ ਵਾ, ਮੇਰੀ ਸਰਕਾਰ ਆਹ ਕਰੂਗੀ, ਮੇਰੀ ਸਰਕਾਰ ਆਹ ਕਰੂਗੀ, ਮੇਰੀ ਸਰਕਾਰ ਨੇ ਆਹ ਬਜਟ ਪੇਸ਼ ਕੀਤਾ, ਆਹ ਕੀਤਾ ਤੇ ਆਹ ਕਰਾਂਗੇ ਆਉਣ ਵਾਲੇ ਦਿਨਾਂ ਚ। ਉਹ ਆਪਣੇ ਭਾਸ਼ਣ ਜੋ ਭਾਸ਼ਣ ਉਹਨੂੰ ਲਿਖ ਕੇ ਦਿੱਤਾ ਜਾਂਦਾ ਉਹੀ ਬੋਲਦਾ, ਉਹਦੇ ਉਲਟ ਇੱਕ ਸ਼ਬਦ ਵੀ ਨਹੀਂ ਬੋਲਦਾ, ਉਹਦੀ ਕੀ ਜ਼ਰੂਰਤ ਉਹ ਉਲਟ ਬੋਲ ਜਾਵੇ? ਤੇ ਜੇ ਉਹ ਵਾਰ ਵਾਰ ਇਸ ਤਰ੍ਹਾਂ ਬੋਲ ਰਿਹਾ ਵਾ ਤਾਂ ਉਹ ਕਿਸੇ ਸ਼ਹਿਰ ਤੇ ਹੀ ਬੋਲ ਰਿਹਾ ਅਖਬਾਰਾਂ ਦੀ, ਇਹ ਆਮ ਬੰਦਿਆਂ ਨੂੰ ਸਮਝਣ ਦੀ ਲੋੜ ਆ। ਬਸ ਬਸ, ਇਹ ਚ ਕੋਈ ਰੌਲਾ ਨੀ।
ਗਿੱਲ ਸਾਹਿਬ ਇੱਕ ਇਹਦੇ ਨਾਲ ਇੱਕ ਗੱਲ ਉਹ ਵੀ ਦੱਸਿਓ, ਗੁਜਰਾਤ ਦਾ ਇੱਕ ਮੰਤਰੀ ਹੈ ਉਹਦੇ ਖਿਲਾਫ ਹੈਗਾ ਬਲਾਤਕਾਰ ਦਾ ਕੇਸ। ਜਿਹੜੀ ਲੇਡੀ ਨੇ ਉਹਦੇ ਦੋਸ਼ ਲਾਇਆ ਸੀ ਉਹ ਭਾਜਪਾ ਵਰਕਰ ਹੈ, ਉਹਦੇ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ ਹੈ। ਜੀ ਜੀ ਤੁਹਾਡਾ ਜੀ, ਇਹ ਜਿਹੜੀ ਭਾਜਪਾ ਦੀ ਵਰਕਰ ਹੈ ਉਹਨੇ 5 ਮਾਰਚ ਨੂੰ ਜਾਣੀ ਕਿ ਦੋ ਦਿਨ ਪਹਿਲਾਂ ਸਵੇਰੇ ਸਵੇਰੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਤੇ ਪਰ ਹਾਲੇ ਉਹ ਹੁਣ ਡਾਕਟਰਾਂ ਦੀ ਨਿਗਰਾਨੀ ਹੇਠਾਂ ਤੇ ਹਾਲੇ ਉਹਦੀ ਹਾਲਤ ਸਥਿਰ ਹੈ, ਮਤਲਬ ਖਤਰੇ ਤੋਂ ਬਾਹਰ ਵੀ ਨਹੀਂ ਕਿਹਾ ਅਜੇ ਡਾਕਟਰਾਂ ਨੇ ਵੈਸੇ ਉਹਨੂੰ ਤੇ, ਪਰ 72 ਘੰਟੇ ਤੱਕ ਮਤਲਬ ਉਹਨੂੰ ਅਬਜ਼ਰਵ ਕਰਨਾ ਜ਼ਰੂਰੀ ਹੁੰਦਾ। ਜਦੋਂ ਕੋਈ ਬੰਦਾ ਇਸ ਤਰ੍ਹਾਂ ਦਾ ਕਦਮ ਚੱਕਦਾ ਤਾਂ ਉਹਨੂੰ 72 ਘੰਟੇ ਅਬਜ਼ਰਵ ਕਰਨਾ ਪੈਂਦਾ ਵਾ ਡਾਕਟਰਾਂ ਵੱਲੋਂ, ਉਹ ਡਾਕਟਰਾਂ ਦੀ ਅਬਜ਼ਰਵੇਸ਼ਨ ਦੇ ਵਿੱਚ ਰੱਖੀ ਹੋਈ ਹੈ। ਹਾਲਾਂਕਿ ਉਹਦਾ ਨਾਂ ਕਿਉਂਕਿ ਜਸਟਾ ਰੋਨਾਲਡ ਵਾਲਾ ਵੀ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੇ, ਉਸ ਮੁਤਾਬਕ ਮੈਂ ਉਸ ਬੀਬੀ ਦਾ ਨਾਂ ਨਹੀਂ ਲੈ ਸਕਦਾ ਕਿਉਂਕਿ ਜਿਹੜੇ ਬਲਾਤਕਾਰ ਪੀੜਤ ਹੈ ਉਹਨਾਂ ਦਾ ਜਿਹੜਾ ਨਾਂ, ਉਹਨਾਂ ਦਾ ਪਤਾ ਜਾਂ ਉਹਨਾਂ ਦੀ ਆਈਡੈਂਟੀ ਜ਼ਾਹਰ ਕਰਨੀ ਕਾਨੂੰਨ ਦੇ ਖਿਲਾਫ਼ ਹੈ, ਇਸ ਕਰਕੇ ਮੈਂ ਉਹਦਾ ਨਾਂ ਨਹੀਂ ਲੈ ਸਕਦਾ। ਹਾਂ ਇੱਕ ਗੱਲ ਪੱਕੀ ਹੈ ਬਈ, ਅਖਬਾਰਾਂ ਦੀਆਂ ਸੁਰਖੀਆਂ ਇਹ ਬਣੀਆਂ ਨੇ ਵੀ 5 ਮਾਰਚ ਨੂੰ ਉਸ ਬੀਬੀ ਨੇ ਬੀਜੇਪੀ ਦੇ ਇੱਕ ਮੰਤਰੀ ਦੇ ਖਿਲਾਫ਼ ਬਲਾਤਕਾਰ ਦਾ ਦੋਸ਼ ਲਾਉਂਦੇ ਹੋਏ ਇਹ ਕਹਿ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਬਈ, ਉਹ ਪਿਛਲੇ 2 ਸਾਲਾਂ ਤੋਂ ਲਗਾਤਾਰ 2020 ਤੋਂ ਉਹ ਮੇਰਾ ਸਰੀਰਕ ਸ਼ੋਸ਼ਣ ਕਰ ਰਿਹਾ ਤੇ ਹੁਣ ਉਹਨੇ ਮੈਨੂੰ ਇਸ ਕਰਕੇ ਠੁਕਰਾ ਤਾ ਕਿਉਂਕਿ ਮੈਂ ਦਲਿਤ ਤੇ ਪਛੜੀ ਸ਼੍ਰੇਣੀ ਨਾਲ ਜਿਹਨੂੰ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਹੈ ਜਿਹੜੀ ਔਰਤ ਹੈ ਤੇ ਉਹਨੇ ਇਹ ਗੱਲ ਕਹੀ ਆ। ਤੁਹਾਡਾ ਜੀ 2020 ਤੋਂ ਕਹਿੰਦੀ ਵੀ ਲਗਾਤਾਰ ਮੇਰੇ ਨਾਲ ਉਹ ਬੰਦਾ ਗਾਂਧੀ ਨਗਰ ਇਲਾਕੇ ਦੇ ਵਿੱਚ, ਗਾਂਧੀ ਨਗਰ ਦਾ ਹੀ ਵਿਧਾਇਕ ਦੱਸਿਆ ਉਹਨੇ ਤੇ ਉਹ ਕਹਿੰਦੀ ਵੀ ਉਹਦੇ ਸਰਕਾਰ ਗਾਂਧੀ ਨਗਰ ਦੇ ਵਿੱਚ ਸਰਕਾਰੀ ਘਰ ਆ ਜਿਹੜਾ ਉਹਦੇ ਵਿੱਚ ਮੇਰੀ ਮੁਲਾਕਾਤ ਉਹਦੇ ਨਾਲ ਹੋਈ ਸੀ ਤੇ ਉਸ ਤੋਂ ਬਾਅਦ ਉਹ ਫਿਰ ਲਗਾਤਾਰ ਮੈਨੂੰ ਫੋਨ ਕਰਕੇ ਬੁਲਾਉਂਦਾ ਰਿਹਾ, ਮੈਂ ਉਹਦੇ ਘਰ ਜਾਂਦੀ ਰਹੀ ਆ ਤੇ ਚਾਂਦ ਖੇੜਾ ਪੁਲਿਸ ਸਟੇਸ਼ਨ ਦੇ ਇੰਸਪੈਕਟਰ BM ਦਸਾਈ ਨੇ ਕਿਹਾ ਵੀ ਬੀਬੀ ਦੀ ਹਾਲਤ ਹਾਲ ਦੀ ਘੜੀ ਸਪੈਰ ਹੈ, ਉਹਨੂੰ ਡਾਕਟਰਾਂ ਦੀ ਸਲਾਹ ਦੇ ਉੱਤੇ ਨਿਗਰਾਨੀ ਹੇਠ ਰੱਖਿਆ ਗਿਆ ਵਾ ਤੇ ਇਸ ਔਰਤ ਨੇ ਤੁਹਾਡਾ ਜੀ 2 ਨਵੰਬਰ 2021 ਚ ਹੁਣੇ ਜਾਣੀ ਆਹ ਫਰਵਰੀ ਮਾਰਚ ਚੱਲ ਪਿਆ, ਸਾਢੇ ਚਾਰ ਮਹੀਨੇ ਪਹਿਲਾਂ ਇਹਨੇ ਨਵੰਬਰ 2021 ਚ ਗੁਜਰਾਤ ਹਾਈਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਸੀ ਤੇ ਉਸ ਵੇਲੇ ਇਹ ਜਿਹੜਾ ਜਦੋਂ ਇਹਨੇ ਉਹ ਦਰਵਾਜ਼ਾ ਖੜਕਾਇਆ ਸੀ ਤਾਂ ਹੁਣ ਇੱਥੋਂ ਅੰਦਾਜ਼ਾ ਲੋਕਾਂ ਨੇ ਲਾ ਲੈਣਾ ਵਾ, ਮੈਂ ਤਾਂ ਹੀ ਕਹਿੰਦਾ ਵਾ ਵੀ ਮੈਨੂੰ ਜਾਂ ਦੱਸਣ ਦੀ ਲੋੜ ਨੀ ਹੈ। ਉਸ ਵੇਲੇ ਉਹ ਬੰਦਾ MLA ਸੀ ਜਦੋਂ ਬੀਬੀ ਹਾਈਕੋਰਟ ਗਈ ਹੈ ਨਾ ਨਵੰਬਰ 2021 ਚ, ਉਸ ਵੇਲੇ ਉਹ MLA ਸੀ ਤੇ ਉਹਨੇ MLA ਦੇ ਖਿਲਾਫ ਮੁਕੱਦਮਾ ਦਰਜ ਕਰਨ ਦੀ ਖਾਤਰ ਪੁਲਿਸ ਨੂੰ ਹਦਾਇਤਾਂ ਦੇਣ ਲਈ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ, ਪਰ ਇਸ ਵੇਲੇ ਉਹ ਜਿਹੜਾ ਵਿਧਾਇਕ ਆ ਹੁਣ ਉਹ ਮੰਤਰੀ ਦਾ ਅਹੁਦਾ ਉਹਦੇ ਕੋਲ, ਉਹਨਾਂ ਨੂੰ ਕੈਬਨਿਟ ਵਜ਼ੀਰ ਬਣਾ ਦਿੱਤਾ ਗਿਆ ਤੇ ਜਿਹੜੇ ਗੁਜਰਾਤ ਦੇ DGP ਨੇ ਉਹਨੇ ਬੀਬੀ ਨੇ ਕਿਹਾ ਵਾ ਵੀ ਮੈਂ ਇੱਕ ਵਾਰੀ ਨੂੰ ਮੈਂ ਕਈ ਵਾਰ DGP ਨੂੰ DIG ਨੂੰ ਹੋਰਾਂ ਅਧਿਕਾਰੀਆਂ ਨੂੰ ਹੇਠਲੇ ਪੱਧਰ ਤੋਂ ਲੈ ਕੇ ਉੱਪਰਲੇ ਪੱਧਰ ਤੱਕ ਇੱਕ ਵਾਰ ਵੀ ਦਰਜਨਾਂ ਵਾਰ ਮੈਂ ਆਪਣੀਆਂ ਦਰਖਾਸਤਾਂ ਦਿੱਤੀਆਂ ਪਰ ਉਹ ਕਹਿੰਦੀ ਮੇਰੀ ਸੁਣੀ ਕਿਸੇ ਨੇ ਨੀ। ਹੁਣ ਹਾਈਕੋਰਟ ਦੇ ਵਿੱਚ ਤੁਹਾਡਾ ਜੀ ਜਿਹੜਾ ਉਹ 21 ਨਵੰਬਰ ਨੂੰ ਜਿਹੜਾ ਨਵੰਬਰ 2021 ਚ ਉਹਨੇ ਕੇਸ ਪਾਇਆ ਸੀਗਾ ਉਹਦੀ ਸੁਣਵਾਈ 15 ਫਰਵਰੀ ਨੂੰ ਥੋੜੇ ਦਿਨ ਪਹਿਲਾਂ ਆਪਣੀਆਂ ਚੋਣਾਂ ਤੋਂ ਕੁਝ ਦਿਨ ਪਹਿਲਾਂ ਉਹਦੀ ਸੁਣਵਾਈ ਲਈ ਉਹ ਕੇਸ ਇਨਲਿਸਟ ਹੋਇਆ ਸੀ ਜਿਹੜੀ ਅਹਿਮਦਾਬਾਦ ਹਾਈਕੋਰਟ ਦੇ ਵਿੱਚ ਜਿਹੜੀ ਗੁਜਰਾਤ ਹਾਈਕੋਰਟ ਆ, ਤਾਂ ਉੱਥੇ ਜਦੋਂ ਇਨਲਿਸਟ ਹੋਇਆ ਪਰ ਉਸ ਦਿਨ ਉਹਦੀ ਵਾਰੀ ਨੀ ਆਈ, ਸੁਣਵਾਈ ਹੋ ਨੀ ਸਕੀ ਤੇ ਹੁਣ 6 ਅਪ੍ਰੈਲ ਇਹਦੀ ਸੁਣਵਾਈ ਲਈ ਅਗਲੀ ਤਰੀਕ ਤੈਅ ਕੀਤੀ ਆ ਤੇ ਪਰ ਜਿਹੜੇ DGP ਨੇ ਉੱਥੋਂ ਦੇ ਉਹਨਾਂ ਨੇ ਕਿਹਾ ਵੀ ਅਸੀਂ ਪਹਿਲਾਂ ਹੀ ਉਹਦੇ ਜਿਹੜੇ ਮਾਮਲਾ ਵਾ ਉਹਦੀ ਅਸੀਂ ਪਛਾਣ ਕਰ ਰਹੇ ਹਾਂ ਵੀ ਇਹ ਦੇਖਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਕੀ ਵਾਕਈ ਇਹ ਬੀਬੀ ਨਾਲ ਜ਼ਿਆਦਤੀ ਹੋਈ ਆ ਤੇ ਜੇ ਜ਼ਿਆਦਤੀ ਹੋਏਗੀ ਤਾਂ ਪੁਲਿਸ ਕਾਰਵਾਈ ਕਰੇਗੀ, ਨਹੀਂ ਤਾਂ ਅਸੀਂ ਹਾਈਕੋਰਟ ਦਾ ਫੈਸਲਾ ਉਡੀਕਾਂਗੇ ਵੀ ਹਾਈਕੋਰਟ ਕੀ ਕਹਿੰਦੀ ਆ। ਔਰ ਮੈਨੂੰ ਜਿੱਥੇ ਤਾਈਂ ਜਾਪਦਾ ਮੈਂ ਕਹਿ ਨਹੀਂ ਸਕਦਾ ਇਹਦੇ ਬਾਰੇ ਕੁਛ ਕਿਉਂਕਿ
ਇਹ ਮਾਮਲਾ ਅਦਾਲਤ ਦੇ ਅਧੀਨ ਹੈ, ਉਹਦੇ ਵਿੱਚ ਕੋਈ ਟਿੱਪਣੀ ਕਰਨ ਦੀ ਵਾਜਬ ਨਹੀਂ ਹੁੰਦੀ। ਪਰ ਮੈਨੂੰ ਉਮੀਦ ਹੈ ਵੀ 6 ਅਪ੍ਰੈਲ ਨੂੰ ਹਾਈ ਕੋਰਟ ਜਿਹੜੀ ਆ ਉਹ ਇੰਨੀ ਕੁ ਹਦਾਇਤ ਤਾਂ ਜ਼ਰੂਰ ਕਰ ਸਕਦੀ ਆ ਵੀ ਇਹਦੀ ਕੇਸ ਦਰਜ ਕਰਕੇ ਇਹਨੂੰ ਅਸੀਲ ਚੁੱਕੀ ਜਾਵੇ। ਜੇ ਇੰਨਾ ਵੀ ਹੋ ਗਿਆ ਤਾਂ ਵੀ ਇੱਕ ਕਿਸਮ ਦੀ ਉਸ ਬੀਬੀ ਦੀ ਇੱਕ ਹੱਦ ਤੱਕ ਜਿੱਤ ਹੋ ਗਈ। ਜੀ ਜੀ ਗਿੱਲ ਸਾਹਿਬ, ਆਪਾਂ ਗੱਲ ਕਰ ਰਹੇ ਕੇਂਦਰੀ ਅਰਧ ਸੈਨਿਕ ਬਲ ਜਿਹੜੇ ਹੁੰਦੇ ਨੇ ਉਹਨਾਂ ਦੇ ਜਿਹੜੇ ਮੁਲਾਜ਼ਮ ਨੇ, ਪਿਛਲੇ 10 ਸਾਲਾਂ ਚ 1 ਲੱਖ ਮੁਲਾਜ਼ਮਾਂ ਨੇ ਜਾਂ ਰਿਟਾਇਰਮੈਂਟ ਜਾਂ ਨੌਕਰੀ ਤੋਂ ਅਸਤੀਫਾ ਦਿੱਤਾ, ਕੀ ਕਾਰਨ ਹੋ ਗਿਆ ਉਹਨਾਂ ਨੂੰ ਅਰਲੀ ਰਿਟਾਇਰਮੈਂਟ ਜਾਂ ਨੌਕਰੀ ਤੋਂ ਅਸਤੀਫਾ ਕਿਉਂ ਦੇਣਾ ਪੈ ਗਿਆ? ਥੋੜਾ ਜੀ ਪਰਸੋਂ ਇੱਕ ਵੱਡੀ ਘਟਨਾ ਪੰਜਾਬ ਚ ਵਰਤ ਹੋਈ ਸੀ ਜਿਹਦੇ ਕਰਕੇ ਮੈਂ ਜੀਤ ਬਾਈ ਦੇ ਨਾਲ ਆਪਣੇ ਕੱਲ ਦੇ ਪ੍ਰੋਗਰਾਮ ਦੇ ਵਿੱਚ ਇਹ ਵਾਅਦਾ ਕੀਤਾ ਸੀ ਵੀ ਮੈਂ ਟਵਾਣਾ ਜੀ ਦੇ ਨਾਲ ਜਦੋਂ ਪ੍ਰੋਗਰਾਮ ਕਰੂੰਗਾ ਤਾਂ ਉਹਦੇ ਚ ਇਸ ਵਿਸ਼ੇ ਦੇ ਉੱਤੇ ਕੋਸ਼ਿਸ਼ ਕਰਾਂਗੇ ਵੀ ਕੁਛ ਹੋਰ ਲੋਕਾਂ ਦੇ ਸਾਹਮਣੇ ਲਿਆਂਦਾ ਜਾਵੇ ਵੀ ਆਖਿਰ ਇੱਕ ਬੰਦੇ ਨੇ ਬੰਦੂਕ ਚੱਕੀ ਚੱਕ ਕੇ ਮੈਸ ਚ ਬੈਠੇ 4 ਬੰਦੇ ਉਹਨੇ ਗੋਲੀਆਂ ਮਾਰ ਮਾਰ ਭੁੰਨ ਤੇ ਤੇ ਫਿਰ ਉਹਨੇ ਖੁਦ ਨੂੰ ਗੋਲੀ ਮਾਰ ਲਈ ਤੇ ਦਰਜਨਾ ਬੰਦੇ ਉਹਨੇ ਜ਼ਖਮੀ ਕਰਤੇ ਤੇ ਉਹਨਾਂ ਚੋਂ ਇੱਕ ਦੀ ਹਾਲਤ ਬੇਹੱਦ ਗੰਭੀਰ ਆ। ਉਹਦੇ ਬਾਰੇ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਵੀ ਉਹ ਬਚ ਗਿਆ ਜਾਂ ਉਹ ਵੀ ਜਾਨ ਚਲੀ ਗਈ ਉਹਦੀ। ਤੇ ਉਸੇ ਹੀ ਖਾਸਾ ਕੈਂਪ ਦੇ ਵਿੱਚ, ਇਹ ਖਾਸਾ ਇਲਾਕਾ ਹੈ ਟਵਾੜਾ ਜੀ ਅੰਮ੍ਰਿਤਸਰ ਜਿਹੜੀ ਸਰਹੱਦ ਦੇ ਨੇੜੇ, ਉੱਥੇ ਇੱਕ ਸ਼ਰਾਬ ਦੀ ਫੈਕਟਰੀ ਵੀ ਆ ਜਿਹਦੇ ਕਰਕੇ ਮਸ਼ਹੂਰ ਏਰੀਆ ਵਾ ਖਾਸਾ ਜਿਸ ਤੇ ਜਿਹੜੀ ਆ ਸ਼ਰਾਬ ਦੀ ਫੈਕਟਰੀ ਆ ਤੇ ਉੱਥੇ ਇਹ ਫੌਜੀ ਕੈਂਪ ਹੈ BSF ਦਾ। ਉਹ BSF ਦੇ ਕੈਂਪ ਦੇ ਵਿੱਚ 5 ਬੰਦੇ ਤਾਂ ਦੇਖੋ ਤੁਹਾਨੂੰ ਦੱਸਿਆ ਗੋਲੀਬਾਰੀ ਚ ਮਰ ਗਏ ਤੇ 6ਵੇਂ ਦੇ ਦਰਖਤ ਨਾਲ ਫਾਹ ਲੈ ਲਿਆ ਉਸੇ ਹੀ ਕੈਂਪ ਦੇ ਵਿੱਚ ਇੱਕੋ ਦਿਨ ਚ। ਅੱਛਾ, ਇੱਕੋ ਦਿਨ ਚ 6 ਬੰਦੇ ਮਾਰੇ ਜਾਂਦੇ ਤੇ ਹੁਣ ਇਹ ਜਿਹੜੀ ਘਟਨਾ ਵਾ, ਹਾਲਾਂਕਿ ਅਫਸਰਸ਼ਾਹੀ ਦੇ ਉਹਨਾਂ ਦੀ ਨੇ BSF ਦੀ ਨੇ, ਇਹਦੇ ਉੱਤੇ ਮਿੱਟੀ ਘੱਟਾ ਪਾਉਣ ਦੀ ਕਾਫੀ ਕੋਸ਼ਿਸ਼ ਕੀਤੀ, ਬਚ ਬਚਾ ਕਰਨ ਦੀ ਕੋਸ਼ਿਸ਼ ਕੀਤੀ, ਨਹੀਂ ਵੀ ਉਹ ਮਾਨਸਿਕ ਪਰੇਸ਼ਾਨ ਸੀ ਜੀ ਉਹ ਆਏ ਸੀ ਅਸਲ ਦੀਆਂ ਗੱਲਾਂ ਕੀਤੀਆਂ, ਜਦਕਿ ਜਿਹੜੀਆਂ ਅਖਬਾਰੀ ਰਿਪੋਰਟਾਂ ਦੇ ਮੁਤਾਬਕ ਉਹ ਬੰਦਾ ਆਪਣੀਆਂ ਡਿਊਟੀ ਤੋਂ ਪਰੇਸ਼ਾਨ ਸੀ। ਉਹ ਤੋਂ ਵਾਧੂ ਡਿਊਟੀਆਂ ਲਈਆਂ ਜਾਂਦੀਆਂ ਸੀ, ਲੰਬੀਆਂ ਡਿਊਟੀਆਂ ਲਈਆਂ ਜਾਂਦੀਆਂ ਸੀ, ਉਹਨੂੰ ਛੁੱਟੀ ਨਹੀਂ ਸੀ ਦਿੱਤੀ ਜਾਂਦੀ। ਉਹ ਕਰਨਾਟਕ ਦਾ ਰਹਿਣ ਵਾਲਾ ਸੀ ਜਿਹੜਾ ਜਿਹਨੇ ਗੋਲੀਆਂ ਮਾਰੀਆਂ, ਤੇ ਜਿਹੜੇ ਮਰਨ ਵਾਲੇ ਸੀ ਉਹਨਾਂ ਚ ਪੰਜਾਬੀ ਵੀ ਸੀ। ਤਾਂ ਹੁਣ ਤੁਹਾਡਾ ਜੀ ਜਿਹੜੇ ਇਹ BSF ਹੋਈ, CRP ਹੋਈ, ITBP ਹੋਈ, CISF ਹੋਈ, ਇਹ ਜਿਹੜੇ ਕੇਂਦਰੀ ਸੁਰੱਖਿਆ ਬਲ ਨੇ, ਇਹਨਾਂ ਦੇ ਹਾਲਾਤ ਅੰਦਰ ਕਿਹੋ ਜਿਹੇ ਨੇ ਇਹ ਤਾਂ ਤੁਹਾਨੂੰ ਯਾਦ ਹੋਣਾ। ਉਹ ਜਿਹੜਾ ਇੱਕ ਯਾਦਵ ਨਾਂ ਦਾ ਮੈਨੂੰ ਪੂਰਾ ਨਾਂ ਭੁੱਲ ਗਿਆ, ਜਿਹਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ਼ ਤਰੋਲ ਵੀ ਲਈ ਸੀ, ਤਰੋਲ ਲੈਣ ਲਈ ਕਾਗਜ਼ ਭਰੇ ਸੀ, ਪਰ ਵੱਖਰੀ ਗੱਲ ਉਹਦੇ ਕਾਗਜ਼ ਰੱਦ ਕਰਤੇ ਸੀਗੇ। ਜਿਹਨੇ ਇੱਕ ਵੀਡੀਓ ਬਣਾ ਕੇ ਦੱਸਿਆ ਸੀ ਵੀ ਸਾਨੂੰ ਕਿਵੇਂ ਪਾਣੀ ਪਤਲੀ ਦਾਲ ਖਾਣੀ ਪੈਂਦੀ ਆ, ਅਸੀਂ ਹਾਂ ਇੰਨੀ ਠੰਡ ਦੇ ਵਿੱਚ ਅਸੀਂ ਉੱਪਰ ਤੱਕ ਜਾ ਕੇ ਸਰਹੱਦਾਂ ਦੇ ਉੱਤੇ ਰਾਖੀ ਕਰਦੇ ਹਾਂ ਤੇ ਹਾਲ ਸਾਡਾ ਇਹ ਆ ਵੀ ਸਾਨੂੰ ਪਾਣੀ ਵਰਗੀ ਦਾਲ ਦਿੱਤੀ ਜਾਂਦੀ ਆ, ਜਾਣੀ ਸਾਨੂੰ ਖਾਣ ਲਈ ਰੋਟੀ ਵੀ ਚੱਜ ਦੇ ਨੇ, ਮੱਚੀਆਂ ਹੋਈਆਂ ਰੋਟੀਆਂ ਤੇ ਪਾਣੀ ਵਰਗੀ ਦਾਲ। ਸਿਰਫ ਇੰਨਾ ਹੀ ਨਹੀਂ, ਲੰਬੀਆਂ ਡਿਊਟੀਆਂ, ਛੁੱਟੀ ਤੋਂ ਇਨਕਾਰ ਤੇ ਪ੍ਰਮੋਸ਼ਨ ਦੇ ਵਿੱਚ ਬਹੁਤ ਲੰਬਾ ਸਮਾਂ ਇੰਤਜ਼ਾਰ, ਇਹ ਕਾਰਨ ਨੇ ਜਿਹਦੀ ਵਜ੍ਹਾ ਕਰਕੇ ਪਿਛਲੇ 10 ਸਾਲਾਂ ਦੇ ਵਿੱਚ ਕੇਂਦਰੀ ਬਲਾਂ ਦੇ 81,000 ਬੰਦੇ ਜਿਹੜੇ ਨੇ ਉਹਨਾਂ ਨੇ ਸਵੈਚਿਕ ਰਿਟਾਇਰਮੈਂਟ ਲਈ 81,000 10 ਸਾਲਾਂ ਦੇ ਵਿੱਚ ਤੁਸੀਂ ਹਿਸਾਬ ਲਾਓ, ਤੇ 16,000 ਬੰਦੇ ਨੇ ਨੌਕਰੀ ਤੋਂ ਅਸਤੀਫਾ ਹੀ ਦਿੱਤਾ ਜੀ। ਤਕਰੀਬਨ 1 ਲੱਖ ਬੰਦਾ ਜਿਹੜਾ ਤੁਸੀਂ ਇਹ ਕਹਿੰਦੇ 2,000 ਹੀ ਘੱਟ ਹੈ, 1 ਲੱਖ ਬੰਦਾ ਜਿਹੜਾ ਉਹ 10 ਸਾਲਾਂ ਦੇ ਵਿੱਚ ਜਾਂ ਰਿਟਾਇਰਮੈਂਟ ਲੈ ਗਿਆ ਜਾਂ ਨੌਕਰੀ ਛੱਡ ਗਿਆ। ਤੇ ਜਿਹੜੀਆਂ ਆਹ ਮੌਤ ਦੀਆਂ ਘਟਨਾਵਾਂ ਹੋਈਆਂ ਨੇ, ਕੋਈ ਫਾਹਾ ਲੈ ਕੇ ਮਰ ਗਿਆ, ਕਿਸੇ ਨੇ ਗੋਲੀਆਂ ਚਲਾ ਤੀਆਂ, ਕਿਸੇ ਨੇ ਆਪਦੇ ਅਫਸਰ ਹੀ ਮਾਰਤੇ ਗੋਲੀਆਂ ਮਾਰ ਮਾਰ ਕੇ, ਇਹ ਜੇ ਘਟਨਾਵਾਂ ਦੀ ਗਿਣਤੀ ਕਰੀ ਜਾਵੇ ਤਾਂ ਇਹਦੇ ਲਈ ਕਾਫੀ ਸਮਾਂ ਚਾਹੀਦਾ ਸੀ। ਇਸ ਕਰਕੇ ਮੈਂ ਉਹ ਪੂਰਾ ਅੰਕੜਾ ਤੁਹਾਡੇ ਸਾਹਮਣੇ ਨਹੀਂ ਰੱਖ ਸਕਿਆ, ਉਹਦੇ ਲਈ ਆਈ ਐਮ ਸੋਰੀ। ਪਰ ਤੁਹਾਡਾ ਜੀ ਮੈਂ ਤੁਹਾਨੂੰ ਦੱਸਾਂ ਵੀ ਸਮੇਂ ਸਿਰ ਪ੍ਰਮੋਸ਼ਨ ਨਾ ਮਿਲਣਾ, ਲੰਬੀਆਂ ਡਿਊਟੀਆਂ, ਛੁੱਟੀ ਨਾ ਮਿਲਣੀ, ਇਹ ਅਰਧ ਸੈਨਿਕ ਬਲਾਂ ਦੀ ਸਭ ਤੋਂ ਵੱਡੀ ਸਮੱਸਿਆ। ਤੇ ਇੱਕ ਗ੍ਰਹਿ ਵਿਭਾਗ ਦੀ ਇੱਕ ਰਿਪੋਰਟ ਦੇ ਮੁਤਾਬਕ ਇੱਕ ਸਿਪਾਹੀ ਨੂੰ ਹੌਲਦਾਰ ਬਣਨ ਲਈ 20-20 ਸਾਲ ਲੱਗਦੇ ਨੇ, 20-20 ਸਾਲ ਸਿਪਾਹੀ ਤੋਂ ਹੌਲਦਾਰ ਬਣਨ ਲਈ। ਹਾਂ, CRPF ਦੇ ਕਾਂਸਟੇਬਲ ਰਣਵੀਰ ਸਿੰਘ ਨੇ ਸਬ ਇੰਸਪੈਕਟਰ ਬਣਨ ਚ 30 ਸਾਲ ਦਾ ਸਮਾਂ ਲੱਗਿਆ, ਤੇ ਐਡੀ ਲੰਬੀ ਜਰਨੀ ਉਹਨੂੰ ਉਡੀਕ ਕਰਨੀ ਪਈ। ਤੇ ਹੁਣ ਉਸੇ ਰਣਵੀਰ ਸਿੰਘ ਨੇ ਇੱਕ ਜਥੇਬੰਦੀ ਬਣਾਈ ਆ, ਰਿਟਾਇਰ ਜਿਹੜੇ ਸੀ ਆਈ ਇਹ ਹੈਗੇ ਜਾਂ ਸੈਨਿਕ ਬਲਾਂ ਦੇ ਮੁਲਾਜ਼ਮ ਰਿਟਾਇਰ ਹੋਏ ਹੋਏ,
ਉਹਨਾਂ ਦੀ ਇੱਕ ਜਥੇਬੰਦੀ ਬਣਾਈ ਹੈ ਤੇ ਉਸ ਤੋਂ ਬਾਅਦ ਹੁਣ ਗ੍ਰਹਿ ਵਿਭਾਗ ਨੇ ਇੱਕ ਕਮੇਟੀ ਦਾ ਗਠਨ ਕਰਨ ਦੀ ਵਾਅਦਾ ਜਿਹੜਾ ਵਾ ਉਹ ਕੀਤਾ ਵੀ ਹੁਣ ਇੱਕ ਅਸੀਂ ਕਮੇਟੀ ਬਣਾਵਾਂਗੇ ਜਿਹੜੀ ਕਮੇਟੀ 2 ਸਾਲਾਂ ਦੇ ਵਿੱਚ ਵਿੱਚ ਆਪਣੀ ਰਿਪੋਰਟ ਵੀ ਦਊਗੀ ਤੇ ਉਸ ਰਿਪੋਰਟ ਦੇ 2 ਮਹੀਨੇ ਦੇ ਵਿੱਚ ਸੌਰੀ 2 ਮਹੀਨੇ ਦੇ ਵਿੱਚ ਆਪਣੀ ਰਿਪੋਰਟ ਵੀ ਦਊਗੀ ਤੇ ਉਸ ਰਿਪੋਰਟ ਦੇ ਆਧਾਰ ਦੇ ਉੱਤੇ ਅਗਲੀ ਕਾਰਵਾਈ। ਹੁਣ BSF ਦੇ ਵਿੱਚ ਇੱਕ ਤੈਨਾਤ ਜਿਹੜਾ ਸਿਪਾਹੀ ਆ ਉਹਨੂੰ ਹੌਲਦਾਰ ਬਣਨ ਲਈ 21 ਤੋਂ 22 ਸਾਲ ਲੱਗਦੇ ਨੇ। ਸਾਮ ਰਾਈਫਲ ਦੇ ਵਿੱਚ ਜਿਹੜੇ ਸਿਪਾਹੀ ਨੇ ਉਹਨੂੰ ਵੀ 21 ਤੋਂ 22 ਸਾਲ ਲੱਗਦੇ ਨੇ। CRPF ਦੇ ਵਿੱਚ ਸਿਪਾਹੀ ਨੂੰ ਹੌਲਦਾਰ ਬਣਨ ਲਈ 17 ਸਾਲ ਲੱਗਦੇ ਨੇ। ITBP ਦੇ ਵਿੱਚ 13 ਤੋਂ 14 ਸਾਲ ਲੱਗਦੇ ਨੇ। SSB ਦੇ ਵਿੱਚ 13 ਸਾਲ ਲੱਗਦੇ ਨੇ ਸਿਪਾਹੀ ਤੋਂ ਹੌਲਦਾਰ ਬਣਨ ਲਈ। CISF ਦੇ ਵਿੱਚ 18 ਸਾਲ ਦਾ ਸਮਾਂ ਲੱਗਦਾ ਇੱਕ ਸਿਪਾਹੀ ਨੂੰ ਹੌਲਦਾਰ ਬਣਨ ਤੇ ਹੌਲਦਾਰ ਤੋਂ ASI ਬਣਨ ਵਾਸਤੇ 11 ਤੋਂ 12 ਸਾਲ ਲੱਗਦੇ ਨੇ। ਅਸਾਮ ਰਾਈਫਲ ਦੇ ਵਿੱਚ 5 ਤੋਂ 6 ਸਾਲ ਲੱਗਦੇ ਨੇ। CRPF ਦੇ ਵਿੱਚ 6 ਸਾਲ ਲੱਗਦੇ ਨੇ। ਕਹਿਣ ਦਾ ਮੈਂ ਇਹੀ ਦੱਸ ਰਿਹਾ ITBP ਚ 11 ਤੋਂ 12 ਸਾਲ ਲੱਗਦੇ ਤੇ ਇਵੇਂ ASI ਤੋਂ ਸਬ ਇੰਸਪੈਕਟਰ ਬਣਨ ਲਈ 10 ਸਾਲ ਲੱਗਦੇ ਨੇ ਤੇ CRPF ਚ 8 ਸਾਲ ਲੱਗਦੇ ਨੇ। ITBP ਦੇ ਵਿੱਚ 9 ਤੋਂ 10 ਸਾਲ ਲੱਗਦੇ ਨੇ। SSB ਦੇ ਵਿੱਚ 6 ਸਾਲ ਲੱਗ ਜਾਂਦੇ ਨੇ ਤੇ ਸਬ ਇੰਸਪੈਕਟਰ ਤੋਂ ਇੰਸਪੈਕਟਰ ਬਣਨ ਲਈ ਵੀ 9 ਤੋਂ 10 ਸਾਲ ਲੱਗਦੇ ਨੇ। ਹੁਣ ਤੁਸੀਂ ਦੱਸੋ ਵੀ ਇੰਨੀਆਂ ਲੰਬੀਆਂ ਡਿਊਟੀਆਂ, ਘਰਾਂ ਤੋਂ ਦੂਰ ਰਹਿਣਾ, ਆਪਣੇ ਬੱਚਿਆਂ ਤੋਂ ਦੂਰ ਰਹਿਣਾ ਤੇ ਤਨਖਾਹਾਂ ਵੀ ਉਨੀਆਂ ਜ਼ਿਆਦਾ ਨਹੀਂ ਹੈ, ਤਨਖਾਹਾਂ ਵੀ ਨਿਗੂੜੀਆਂ ਨੇ ਤੇ ਦਾਜ ਦੀ ਨਾਲ ਹੁਣ ਪੈਨਸ਼ਨ ਵੀ ਬੰਦ ਹੋ ਗਈ। ਇਹ ਇੱਕ ਏਡਾ ਵੱਡਾ ਸਮੱਸਿਆ ਖੜੀ ਹੋ ਗਈ ਆ ਜਿਹਦੇ ਕਰਕੇ ਇਹ ਜਿਹੜੇ ਅਰਧ ਸੈਨਿਕ ਬਲਾਂ ਦੇ ਮੁਲਾਜ਼ਮ ਨੇ ਉਹ ਇੰਨੇ ਮਾਨਸਿਕ ਤੌਰ ਤੇ ਪਰੇਸ਼ਾਨ ਨੇ। ਉਸੇ ਪਰੇਸ਼ਾਨੀ ਦਾ ਨਤੀਜਾ ਫਿਰ ਕਈ ਵਾਰੀ ਉਹ ਏਡਾ ਮਤਲਬ ਜਿਹਨੂੰ ਕਹਿੰਦੇ ਨੇ ਐਕਸਟ੍ਰੀਮ ਕਦਮ ਉਠਾਉਂਦੇ ਨੇ ਵੀ ਉਹ ਆਪਦੇ ਨਾਲ ਦੇ ਸਾਥੀਆਂ ਨੂੰ ਵੀ ਭੁੱਲ ਦਿੰਦੇ ਨੇ ਤੇ ਕਈ ਵਾਰੀ ਆਪਦੇ ਅਫਸਰਾਂ ਦੇ ਵੀ ਗੋਲੀਆਂ ਮਾਰ ਦਿੰਦੇ ਨੇ। ਇਹ ਜਿਹੜੀ ਹਾਲਾਤ ਨੇ ਜੇ ਗ੍ਰਹਿ ਵਿਭਾਗ ਨੇ ਇਸ ਪਾਸੇ ਤਵੱਜੋ ਨਾ ਦਿੱਤੀ, ਜਿਹੜੀ ਆ ਕਮੇਟੀ ਬਣਾਈ ਆ ਜੇ 2 ਮਹੀਨੇ ਦੇ ਵਿੱਚ ਰਿਪੋਰਟ ਦੇਣ ਤੋਂ ਬਾਅਦ ਉਹਨੇ ਇਹ ਮਸਲਾ ਹੱਲ ਨਾ ਕੀਤਾ ਤਾਂ ਇਹ ਇੱਕ ਬਹੁਤ ਵੱਡਾ ਸੰਕਟ ਜਿਹੜਾ ਵਾ ਅੱਜ ਸੈਨਿਕ ਬਲਾਂ ਦੇ ਸਾਹਮਣੇ ਆਉਣ ਵਾਲਾ ਵਾ। ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਫਿਰ ਲੈਣੇ ਆਜ਼ਾਦ ਕਿਉਂਕਿ ਸਮਾਂ ਅੱਗੇ ਵਧਣ ਦਾ ਇਸ਼ਾਰਾ ਨਹੀਂ ਕਰਦਾ, ਸੋ ਕੱਲ ਨੂੰ ਮਿਲਣ ਦੇ ਵਾਅਦੇ ਨਾਲ ਦੇਖਦੇ ਆ ਜੀ ਨਾਲੇ ਐਗਜ਼ਿਟ ਪੋਲ ਹੋਰ ਅੱਗੇ ਆ ਜਾਣਗੇ। ਦਿਲਾਂ ਦੀ ਧੜਕਣ ਤੇਜ਼ ਹੁੰਦੀ ਜਾ ਰਹੀ ਆ ਜਿਹੜੇ ਜਿਹੜੇ ਬੰਦੇ ਇਲੈਕਸ਼ਨ ਦੇ ਵਿੱਚ ਖੜੇ ਸੀ, ਸੋ ਦਿਓ ਆਜ਼ਾਦ। ਸਤਿ ਸ੍ਰੀ ਅਕਾਲ ਗਿੱਲ ਸਾਹਿਬ। ਸਤਿ ਸ੍ਰੀ ਅਕਾਲ ਤੁਹਾਡਾ ਜੀ, ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਜੀ। ਸੋ ਦੋਸਤੋ ਇਸੀ ਸਰਦਾਰ ਸੰਤੋਖ ਸਿੰਘ ਜੀ ਗਿੱਲ ਵਧਦੇ ਜੀ ਅਗਲੇ ਪ੍ਰੋਗਰਾਮ ਵੱਲ। ਸੋ ਅੰਟੈਨਾ ਜੀ ਤਿਆਰ ਬੈਠੇ ਨੇ, ਸੋ ਦਿਓ ਇਜਾਜ਼ਤ ਕੁਛ ਕਮੈਂਟ ਦੇ ਮਗਰੋਂ ਲੈ ਕੇ ਆਉਣਾ ਸੋ ਅੰਟੈਨਾ ਜੀ ਨੂੰ। ਉਹ ਬਾਈ ਕਿਹੜੀਆਂ ਸੋਚਾਂ 'ਚ ਡੁੱਬਿਆ ਪਿਆ, ਹੋਰ ਟਰੱਕ ਕਿਵੇਂ ਚੱਲਦਾ ਤੇਰਾ? ਉਹ ਯਾਰ ਟਰੱਕ ਬਾਰੇ ਸੋਚ ਰਿਹਾ ਸੀ, ਲੋਡ ਵੀ ਤਿਆਰ ਹੈ, ਕੱਲ ਨੂੰ ਜਾਣਾ ਵੀ ਹੈ, ਪਰ ਅਲਾਈਨਮੈਂਟ ਕਰਾਉਣ ਵਾਲੀ ਪਈ ਹੈ, ਨਾਲੇ ਟਰੱਕ ਦੇ ਟਾਇਰ ਕਸੇ ਜੇ ਪਏ ਹੈ, ਸਮਝ ਨਹੀਂ ਆਉਂਦੀ ਵੀ ਹੁਣ ਇੰਨੀ ਛੇਤੀ ਕੰਮ ਕਿਵੇਂ ਕਰਾਵਾਂ ਜਾਂ ਫਿਰ ਲੋਡ ਕਿਸੇ ਹੋਰ ਨੂੰ ਦੇਣਾ ਪਊ। ਹੁਣ ਨਾ ਨਾ ਬਾਈ, ਕਿਉਂ ਨੁਕਸਾਨ ਕਰਦਾ? ਮੈਨੂੰ ਲੱਗਦਾ ਤੁਸੀਂ ਗਿੱਲ ਟਾਇਰ ਸੈਂਟਰ ਵਾਲਿਆਂ ਬਾਰੇ ਨਹੀਂ ਸੁਣਿਆ, 24/7 ਸਰਵਿਸ ਹੈ ਉਹਨਾਂ ਦੀ। ਲੈ ਬਾਈ, ਫਿਰ ਤਾਂ ਮੈਂ ਅੱਜ ਹੀ ਜਾਣਾ ਗਿੱਲ ਟਾਇਰ ਸੈਂਟਰ ਵਾਲਿਆਂ ਕੋਲੇ। ਗਿੱਲ ਟਾਇਰ ਸੈਂਟਰ 24/7 ਰੋਡ ਸਾਈਡ ਅਸਿਸਟੈਂਟ ਵਿਦ ਇਨ GTA, ਉਹ ਵੀ ਕੰਪੀਟੀਟਿਵ ਪ੍ਰਾਈਸਿਸ ਆਫ ਟਾਇਰਸ ਅਤੇ ਬਹੁਤ ਘੱਟ ਇੰਸਟਾਲੇਸ਼ਨ ਫੀਸ। ਗਿੱਲ ਟਾਇਰ ਸੈਂਟਰ ਤੇ ਤੁਹਾਨੂੰ ਮਿਲਦੀ ਹੈ ਸੁਵਿਧਾ, ਵੀਲ ਬੈਲੈਂਸਿੰਗ, ਕਾਰ, SUV, ਟਰੱਕ ਅਤੇ ਟ੍ਰੇਲਰ, ਵੀਲ ਅਲਾਈਨਮੈਂਟ, ਨਵੇਂ ਅਤੇ ਯੂਜ਼ ਟਾਇਰਸ ਵੀ ਤੁਹਾਨੂੰ ਇੱਥੋਂ ਮਿਲਦੇ ਹਨ। ਇੱਥੋਂ ਤੁਹਾਨੂੰ ਮਿਲਦਾ ਹੈ ਹਰ ਬ੍ਰਾਂਡ ਦਾ ਟਾਇਰ, ਨਾਰਥ ਅਮਰੀਕਨ, ਚਾਈਨੀਜ਼, ਫਿਲੀਪੀਨਸ। ਜੇ ਆਪਣੀ ਕਾਰ ਦੇ ਟਾਇਰਾਂ ਨੂੰ 4 ਚੰਦ ਲਾਣੇ ਹੋਣ ਤਾਂ ਹਮੇਸ਼ਾ ਯਾਦ ਰੱਖੋ ਗਿੱਲ ਟਾਇਰ ਸੈਂਟਰ। ਅੱਜ ਹੀ ਕਾਲ ਕਰੋ ਗਿੱਲ ਟਾਇਰ ਸੈਂਟਰ 647-987-0066। ਨੰਬਰ ਇੱਕ ਵਾਰੀ ਫੇਰ ਨੋਟ ਕਰ ਲੋ 6479870066। ਬਾਈ ਬਹੁਤ ਭੁੱਖ ਲੱਗੀ ਆ, ਆਪਾਂ ਹਾਈਵੇ 70 ਤੇ ਜਾ ਰਹੇ ਹਾਂ ਤੇ ਉੱਥੋਂ 465 ਲੈ ਕੇ ਐਗਜ਼ਿਟ 4 ਤੇ ਰੁਕਾਂਗੇ। ਬਾਈ ਉੱਥੇ ਕੀ ਖਾਸ ਹੈ ਜਾ? ਉੱਥੇ ਮਿੱਤਰਾਂ ਦਾ ਢਾਬਾ, ਨਾ ਤੈਨੂੰ ਪੰਜਾਬ ਯਾਦ ਕਰਾਤਾ ਤਾਂ ਮੈਨੂੰ ਕਹਿ ਦੀ। ਬਾਈ ਪਹਿਲਾਂ ਨਾ ਕਰਿਓ, 2 ਦਿਨ ਬਹੁਤ ਪੇਟ ਖਰਾਬ ਰਿਹਾ ਮੇਰਾ। ਨਾ ਨਾ ਨਾ, ਉੱਥੇ ਪੂਰੀ ਹਾਈਜੀਨ ਦਾ ਧਿਆਨ ਰੱਖਿਆ ਜਾਂਦਾ ਹੈ, ਨਾਲੇ ਉੱਥੇ ਆਪਾਂ ਬਹਿ ਕੇ ਰੋਟੀ ਖਾਈਏ ਜਾਂ ਪੈਕ ਕਰਾ ਕੇ ਨਾਲ ਲੈ ਲਈਏ, ਮਰਜ਼ੀ ਆਪਣੀ ਹੈ। ਚਲੋ ਬਾਈ ਚੱਲੀਏ ਫਿਰ ਆਪਾਂ। ਮਿੱਤਰਾਂ ਦਾ ਢਾਬਾ, ਜਿੱਥੇ ਤੁਸੀਂ ਇੰਜੋਏ ਕਰ ਸਕਦੇ ਹੋ ਹਰ ਤਰ੍ਹਾਂ ਦਾ ਇੰਡੀਅਨ ਫੂਡ। ਟਰੱਕਾਂ ਵਾਲੇ ਵੀਰਾਂ ਲਈ ਇੱਥੇ ਰੁਕਣ ਦਾ ਵੀ ਪ੍ਰਬੰਧ ਹੈ, ਨਾਲ ਹੀ ਤੁਸੀਂ ਇੱਥੇ ਹਰ ਤਰ੍ਹਾਂ ਦਾ ਡਰਿੰਕ ਇੰਜੋਏ ਵੀ ਕਰ ਸਕਦੇ ਹੋ ਤੇ ਨਾਲ ਵੀ ਕੈਰੀ ਕਰ ਸਕਦੇ ਹੋ। 465 ਐਗਜ਼ਿਟ 4 ਪਾਇਲਟ ਟਰੱਕ ਸਟਾਪ ਦੇ ਨਾਲ ਵਿਜ਼ਟਰ ਫਿਊਲ ਦੇ ਸਾਹਮਣੇ। ਚਾਹੇ ਤੁਸੀਂ ਹਾਈਵੇ
70 69 65 या 74 ਤੇ ਆ ਰਹੇ ਹੋ ਤੁਸੀਂ ਆਣਾ ਹੈ 465 exit 4 ਮਿੱਤਰਾਂ ਦਾ ਢਾਬਾ ਇੰਡੀਅਨ ਐਪਲਸ ਇੰਡੀਆਨਾ ਹਾਈਵੇ 70 ਵਧੇਰੀ ਜਾਣਕਾਰੀ ਲਈ ਕਾਲ ਕਰੋ ਸਰਬ ਅਤੇ ਦੀਪ ਨੂੰ 317-786-1022 317-786-1022 ਸਤਿ ਸ਼੍ਰੀ ਅਕਾਲ ਭਾਬੀ ਜੀ ਕੀ ਹਾਲ ਹੈ ਜਗਜੀਤ ਦਾ ਹੁਣ ਕੁਝ ਫਰਕ ਤਾਂ ਹੈ ਪਰ ਕਰਜ਼ੇ ਦੀ ਚਿੰਤਾ ਨੇ ਉਹਨਾਂ ਨੂੰ ਅੱਧਾ ਕਰਤਾ ਉਹ ਮੈਂ ਤਾਂ ਇਹਨੂੰ ਕਿੰਨੀ ਵਾਰੀ ਦੱਸਿਆ ਊੜਾ ਵਾਲਿਆਂ ਬਾਰੇ ਪਰ ਗੱਲ ਤਾਂ ਸੁਣਦਾ ਨਹੀਂ ਘੌਰ ਜੀ ਕਰੀ ਜਾਂਦਾ ਹੁਣ ਤੁਸੀਂ ਦੇਖ ਲੋ ਕੀ ਹਾਲ ਬਣਾ ਕੇ ਰੱਖਿਆ ਨੇ ਊੜਾ ਓਏ ਹਾਂ ਭਾਬੀ ਜੀ ਹਲੇ ਵੀ ਦੇਰ ਨਹੀਂ ਹੋਈ ਨੰਬਰ ਨੋਟ ਕਰੋ ਤੇ ਕਰਜ਼ੇ ਦੀ ਸਮੱਸਿਆ ਦਾ ਹੱਲ ਕਰਾਓ ਜੀ ਹਾਂ ਪਰੇਸ਼ਾਨੀ ਨੂੰ ਕਰੋ ਅਲਵਿਦਾ ਤੇ ਕਾਲ ਕਰੋ ਊੜਾ ਵਾਲਿਆਂ ਨੂੰ ਤੇ ਬਚਾਓ ਹਜ਼ਾਰਾਂ ਡਾਲਰ ਤੇ ਆਪਣੇ ਕਰਜ਼ੇ ਨੂੰ 60% ਤੱਕ ਮੁਆਫ ਕਰਵਾਓ ਬੈਂਕਰਪਸੀ ਤੇ ਕਲੈਕਸ਼ਨ ਕਾਲ ਤੋਂ ਬਚੋ ਅਸੀਂ USA ਕੈਨੇਡਾ ਤੇ ਆਸਟ੍ਰੇਲੀਆ ਦੇ ਵਿੱਚ ਕੰਮ ਕਰਦੇ ਹਾਂ ਜੀ ਕੈਨੇਡਾ ਤੇ ਅਮਰੀਕਾ ਵਾਲੇ ਕਾਲ ਕਰ ਸਕਦੇ ਨੇ 888-888-9914 888-888-9914 ਜਦੋਂ ਤੱਕ ਤੁਹਾਡਾ ਕਰਜ਼ਾ ਮੁਆਫ ਨਹੀਂ ਹੋ ਜਾਂਦਾ ਉਦੋਂ ਤੱਕ ਤੁਹਾਡੇ ਤੋਂ ਕੋਈ ਫੀਸ ਨਹੀਂ ਲਈ ਜਾਏਗੀ ਜੀ ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL because we care ਆਓ ਜੀ ਆਓ ਓ ਬਿੰਦਰ ਦੇਖ ਤਾਂ ਜਰਾ ਕੌਣ ਹੈ ਹੈਲੋ ਮਾਮਾ ਜੀ ਓ ਵਾਹ ਸੋਨੂ ਤੂੰ ਵੀਰ ਜੀ ਸਤਿ ਸ਼੍ਰੀ ਅਕਾਲ ਓ ਭੈਣੇ ਇਹ ਤਾਂ ਪਹਿਲਾਂ ਬੜਾ ਬਿਮਾਰ ਰਹਿੰਦਾ ਸੀ ਨਾਲੇ ਇਹਦਾ ਤਾਂ ਰੰਗ ਵੀ ਪੀਲਾ ਜਿਹਾ ਪਿਆ ਰਹਿੰਦਾ ਸੀ ਨਾਲੇ ਤੂੰ ਤਾਂ ਕਹਿੰਦੀ ਸੀ ਇਹਨੂੰ ਵੀਟ ਤੋਂ ਐਲਰਜੀ ਹੈ ਜਿੱਥੇ ਵੀ ਤੁਸੀਂ ਜਾਂਦੇ ਸੀ ਗਲੂਟਨ ਫ੍ਰੀ ਚੀਜ਼ਾਂ ਚੁੱਕੀ ਫਿਰਦੇ ਸੀ ਪਰ ਹੁਣ ਤਾਂ ਇਹਦਾ ਭਾਰ ਵੀ ਵੱਧ ਗਿਆ ਤੇ ਰੰਗ ਵੀ ਲਾਲ ਹੈ ਇਹ ਕਮਾਲ ਕਿੱਦਾਂ ਹੋਇਆ ਵੀਰ ਜੀ ਇਹ ਸਾਰਾ ਕਮਾਲ ਹੈ ਡਾਕਟਰ ਵਿਕਾਸ ਗੁਪਤਾ ਦਾ ਜੀ ਹਾਂ ਡਾਕਟਰ ਵਿਕਾਸ ਗੁਪਤਾ ਜੋ ਕਿ ਸਪੈਸ਼ਲਾਈਜ਼ ਨੇ ਵੀਟ ਐਲਰਜੀ ਨੈਜ਼ਲ ਐਲਰਜੀ ਸਕਿਨ ਐਲਰਜੀ ਫੂਡ ਐਲਰਜੀ ਅਤੇ ਰਾਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਗੁਡ ਮਾਰਨਿੰਗ ਕੀ ਹਾਲ ਚਾਲ ਨੇ ਤੁਹਾਡੇ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਚੜ੍ਹਦੀ ਕਲਾ ਜੀ ਟਹਿਣਾ ਸਾਹਿਬ ਵੈਸੇ ਤਾਂ ਜਿਹਨੂੰ ਕਹਿੰਦੇ ਆ ਇੱਕ ਗਜ਼ਲ ਹੈ ਆਪਣੇ ਤਰਸੇਮ ਸਿੰਘ ਜੀ ਦੀ ਸਫਰੀ ਦੀ ਉਹਨੇ ਕੁਛ ਲਾਈਨਾਂ ਨੇ ਕਹਿੰਦੇ ਆਪਣੇ ਅਖਲਾਕ ਤੋਂ ਗਿਰਿਆ ਹੈ ਇੰਨਾ ਆਦਮੀ ਇਸ ਦਾ ਮੁੜ ਜੰਗਲਾਂ ਦੇ ਵਿੱਚ ਵਾਸ ਹੋਣਾ ਚਾਹੀਦਾ ਇੱਥੋਂ ਤੱਕ ਗਿਰ ਗਿਆ ਇਲੈਕਸ਼ਨ ਜਿਹੜੀ ਹੈ ਉਹ ਖਤਮ ਹੋ ਗਈ ਹੈ ਸੱਤਵੇਂ ਦੌਰ ਦੀ ਹੁਣ ਉਹਦੇ ਮਗਰੋਂ ਨਤੀਜੇ ਆਉਣ ਦਾ ਸਮਾਂ ਕਮਾਲ ਦੀ ਗੱਲ ਤਾਂ ਇਹ ਹੈ ਜਿੰਨੇ ਵੀ ਚੋਰ ਚਪੱਕੇ ਨਖੱਟੂ ਕਹਿ ਲਈਓ ਜੋ ਮਰਜ਼ੀ ਜਿਹੜਾ ਮਰਜ਼ੀ ਨਾਂ ਦੇ ਦਿਓ ਉਹ ਆਪਣੀ ਜਿੱਤ ਦਾ ਵੇਟ ਕਰ ਰਹੇ ਨੇ ਉਡੀਕ ਕਰ ਰਹੇ ਨੇ ਲੋਕ ਉਹਨਾਂ ਨੂੰ ਭੰਡਦੇ ਵੀ ਰਹਿੰਦੇ ਨੇ ਵੀ ਇਹਨਾਂ ਨੇ ਕਰਨਾ ਵੀ ਕੁਛ ਨਹੀਂ ਤੇ ਲੋਕ ਵੀ ਉਨੇ ਕਿ ਉਤਸ਼ੁਕਤ ਨੇ ਜਿੰਨੇ ਕੋ ਲੀਡਰ ਵੀ ਕੌਣ ਜਿੱਤੂ ਕੌਣ ਹਾਰੂ ਐਗਜ਼ਿਟ ਪੋਲਾਂ ਦੇ ਆਧਾਰ ਦੇ ਉੱਤੇ ਜੇ ਆਪਾਂ ਗੱਲ ਕਰੀਏ 98% ਜਿਹੜੇ ਲੀਡਰ ਹੁੰਦੇ ਨੇ ਜਿਹੜੇ ਵੋਟਾਂ ਚ ਖੜੇ ਨੇ ਕਿਸੇ ਵੀ ਪਾਰਟੀ ਦੇ ਨੇ ਹੈ ਚੋਰ ਤੇ ਡਾਕੂ ਨੇ ਫਿਰ ਵੀ ਲੋਕ ਇੰਨੀ ਕਾਹਲੀ ਦੇ ਨਾਲ ਕਿਉਂ ਉਡੀਕ ਰਹੇ ਨੇ ਚੋਣ ਨਤੀਜਿਆਂ ਨੂੰ ਟਹਿਣਾ ਸਾਹਿਬ ਦੇਖੋ ਇੱਥੋਂ ਨਾ ਸਾਡੇ ਪੰਜਾਬੀਆਂ ਦੇ ਟਵਾਣਾ ਸਾਹਿਬ ਸੁਭਾਅ ਦਾ ਅੰਗ ਹੈ ਇਹ ਗੱਲ ਕਿ ਅਸੀਂ ਆਪਣੇ ਬਾਰੇ ਸੋਚਣ ਦੀ ਥਾਂ ਦੇ ਉੱਤੇ ਦੂਜੇ ਬਾਰੇ ਵੱਧ ਸੋਚਦੇ ਹਾਂ ਮੈਨੂੰ ਲੱਗਦਾ ਵੀ ਕੀ ਇੱਕ ਕਾਮ ਵੀ ਸਾਡੀ ਸਿੱਖ ਹੈਗੀ ਆ ਵੀ ਜਿਵੇਂ ਮੈਂ ਕੁਛ ਕਰ ਸਕਾਂ ਜਾਂ ਨਾ ਕਰ ਸਕਾਂ ਪਰ ਜਿਵੇਂ ਮੈਂ ਅੱਡੀਆਂ ਤੱਕ ਚੱਕ ਕੇ ਇਸ ਗੱਲ ਦਾ ਜ਼ਰੂਰ ਖਿਆਲ ਰੱਖਾਂ ਕਿ ਟਵਾਣਾ ਸਾਹਿਬ ਕੀ ਕਰਦੇ ਆ ਇਹਨਾਂ ਦਾ ਪਰਿਵਾਰਕ ਮਾਹੌਲ ਕਿਵੇਂ ਆ ਇਹਨਾਂ ਦਾ ਬੇਟਾ ਕੀ ਕਰਦਾ ਇਹਨਾਂ ਦੀ ਬੇਟੀ ਕਿਵੇਂ ਆ ਇਹ ਸਾਡੇ ਇੱਕ ਪੰਜਾਬੀਆਂ ਦੇ ਸੁਭਾਅ ਦਾ ਅੰਗ ਆ ਸੋ ਅਸੀਂ ਘਰਾਂ ਦੇ ਵਿੱਚ ਵੀ ਦੇਖੀਏ ਪਿੰਡ ਚ ਦੇਖੀਏ ਆਂਢ ਗੁਆਂਢ ਚ ਦੇਖੀਏ ਇਹ ਸਾਡਾ ਵੀ ਭਾਈ ਫਲਾਣੇ ਨੇ ਵਿਆਹ ਕਿਵੇਂ ਕਰਨਾ ਫਲਾਣਿਆਂ ਦੇ ਘਰੇ ਕੌਣ ਆਇਆ ਫਲਾਣਿਆਂ ਦੀ ਕੁੜੀ ਕਿੱਥੇ ਜਾਂਦੀ ਫਲਾਣੇ ਦਾ ਮੁੰਡਾ ਕੋਈ ਕਰਦਾ ਇਹ ਬੜਾ ਲੱਗਦਾ ਕਿ ਸਾਡੇ ਸੁਭਾਅ ਦੇ ਵਿੱਚ ਇਹ ਗੱਲਾਂ ਸ਼ਾਮਲ ਆ ਇਹ ਉਸੇ ਕਰਕੇ ਹੈ ਸਾਨੂੰ ਵੀ ਭਾਈ ਫਲਾਣਾ ਕੀ ਕਰੂਗਾ ਇਸ ਕੀ ਜਿੱਤੂਗਾ ਕੌਣ ਇਸ ਕੀ ਹਾਰੂਗਾ ਕੀ ਪਰ ਇਹ ਵੀ ਜਾਣਦੇ ਹਾਂ ਵੀ ਭਾਈ ਅਸੀਂ ਕਦੇ ਵੀ ਜਿੱਤਣ ਵਾਲੇ ਤੋਂ ਕੁਝ ਨਹੀਂ ਕਰਵਾ ਸਕੇ
ਕੋਈ ਵੀ ਦਿੱਤੇ ਸਾਡਾ ਕਦੇ ਕਿਸੇ ਨੇ ਕੁਝ ਨਹੀਂ ਕਰਨਾ। ਇਹਦੇ ਬਾਵਜੂਦ ਸਾਡੀ ਇੱਛਤ ਰਹਿੰਦੀ ਹੈ ਵੀ ਭਾਈ ਅਸੀਂ ਜਾਣੀਏ ਵੀ ਅਸੀਂ ਹੋਊਗਾ ਸੀ। ਉਸ ਤੋਂ ਕੋਈ ਮਹੱਤਵਪੂਰਨ ਗੱਲ ਇਹ ਹੈਗੀ ਹੈ ਵੀ ਜਿਸ ਤਰੀਕੇ ਦੇ ਨਾਲ ਇੱਜ਼ਤ ਪੋਲ ਦੇ ਨਤੀਜੇ ਆਏ ਆ ਤੇ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਪੱਖ ਦੇ ਵਿੱਚ ਭੁਗਤੇ ਉਹ ਤੇ ਉਹਨੇ ਇੱਕ ਵਾਰੀ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ, ਪਰ ਮੈਂ ਹੈਰਾਨ ਨਹੀਂ ਹੋਇਆ। ਹਾਲਾਂਕਿ ਮੈਨੂੰ ਕੋਈ ਇਤਰਾਜ਼ ਨਹੀਂ, ਹੋ ਸਕਦਾ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਨਹੀਂ ਜਾਵੇ, ਮੈਨੂੰ ਕੋਈ ਇਤਰਾਜ਼ ਨਹੀਂ। ਹੋ ਸਕਦਾ 70 ਸੀਟਾਂ ਲੈ ਜੇ, 80 ਲੈ ਜੇ, 65 ਲੈ ਜੇ, ਪਤਾ ਨਹੀਂ ਕਿੰਨੀਆਂ ਲੈ ਜੇ, ਪਰ ਮੈਨੂੰ ਯਕੀਨ ਤਾਂ ਕਰਕੇ ਨਹੀਂ ਆਉਂਦਾ ਕਿਉਂਕਿ ਜਦੋਂ ਮਹਾਰਾਸ਼ਟਰ ਦੀਆਂ ਚੋਣਾਂ ਹੋਈਆਂ ਸੀ ਵਿਧਾਨ ਸਭਾ ਦੀਆਂ, ਉਦੋਂ ਇਹੀ ਇੱਜ਼ਤ ਪੋਲ ਦੇ ਨਤੀਜੇ ਇਹੀ ਦੋ ਦਿਨ ਪਹਿਲਾਂ ਅਸਲ ਨਤੀਜਿਆਂ ਤੋਂ ਉਹ ਕਹਿੰਦੇ ਸੀ ਬੀਜੇਪੀ ਦੀ ਸਰਕਾਰ ਬਣੂ, ਪਰ ਬਣੀ ਕੀ ਦੀ ਸ਼ਿਵ ਸੈਨਾ ਦੀ। ਇਹੀ ਇੱਜ਼ਤ ਪੋਲ ਦੇ ਨਤੀਜੇ ਪੱਛਮੀ ਬੰਗਾਲ ਦੇ ਚੋਣਾਂ ਤੋਂ ਬਾਅਦ ਜਿਹੜੀਆਂ ਪਿਛਲੇ ਸਾਲ ਹੋਈਆਂ ਉਹ ਕਹਿੰਦੇ ਸੀ ਕਿ ਐਸ ਕੇ ਮਮਤਾ ਬੈਨਰ ਜੀ ਦੀ ਹਾਲਤ ਮਾੜੀ ਹੈ ਤੇ ਐਸ ਕੇ ਬੀਜੇਪੀ ਦੀ ਸਰਕਾਰ ਬਣੂਗੀ ਪੱਛਮੀ ਬੰਗਾਲ, ਪਰ ਦੁਬਾਰਾ ਫਿਰ ਪੱਛਮੀ ਬੰਗਾਲ ਚ ਤ੍ਰਿਣਮੂਲ ਕਾਂਗਰਸ ਦੀ ਬਣ ਗਈ। ਸੋ ਇਹਨਾਂ ਇੱਜ਼ਤ ਪੋਲ ਦੇ ਨਤੀਜੇ ਦੇ ਉੱਤੇ ਮੈਂ ਯਕੀਨ ਨਹੀਂ ਕਰਦਾ। ਇਹ ਹੁੰਦਾ ਇੱਕ ਤੀਰ ਚੱਲ ਗਿਆ, ਤੀਰ ਨਹੀਂ ਤਾਂ ਤੁੱਕਾ, ਤੁੱਕਾ ਤਾਂ ਵੱਟ ਪਈ ਗਿਆ। ਉਸ ਤੋਂ ਬਾਅਦ ਕਰ ਇਹ 2017 ਦੇ ਵਿੱਚ ਵੀ ਇੱਜ਼ਤ ਹੋਇਆ, 2017 ਦੇ ਵਿੱਚ ਇਹੀ ਇੱਜ਼ਤ ਪੋਲ ਦੇ ਨਤੀਜੇ ਕਹਿੰਦੇ ਸੀ ਵੀ ਐਤਕੀ ਆਮ ਆਦਮੀ ਪਾਰਟੀ ਨੂੰ 100 ਸੀਟ ਮਿਲੂਗੀ, ਪਰ ਮਿਲੀਆਂ 20 ਸੀਟਾਂ ਸੀ। ਐਤਕੀ ਹੁਣ ਇੱਜ਼ਤ ਪੋਲ ਦਾ ਨਤੀਜਾ ਤੁਸੀਂ ਤਰੀਕਾ ਦੇਖੋ, ਦੈਨਿਕ ਭਾਸਕਰ ਗਰੁੱਪ ਨੇ ਇੱਕ ਸਰਵੇਖਣ ਕਰਵਾਇਆ, ਉਹ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ ਨੂੰ 37 ਤੋਂ ਲੈ ਕੇ 44 ਤੱਕ ਸੀਟਾਂ ਮਿਲ ਸਕਦੀਆਂ ਤੇ ਪੰਜਾਬ ਦੇ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਣਾ। ਜਿਹਦੇ ਤੋਂ ਤੁਸੀਂ ਗੱਲ ਕਰ ਲਓ ਅੱਜ ਤੱਕ ਦੀ, ਉਹ ਕਹਿੰਦੇ 75 ਤੋਂ ਲੈ ਕੇ 90 ਮਿਲ ਸਕਦੀਆਂ, ਕਿੱਥੇ 37 ਤੋਂ 44, ਕਿੱਥੇ 75 ਤੋਂ 90। ਚਲੋ ਜੇ ਦੂਜੀ ਪਾਰਟੀ ਇਹ ਗੱਲ ਕਰੇ, ਦੂਜਾ ਚੈਨਲ ਇਹ ਗੱਲ ਕਰੇ ਵੀ 37 ਤੇ 44 ਨਹੀਂ ਬਈ, ਇਹ 45 ਤੋਂ 50 ਮਿਲ ਸਕਦੀਆਂ, ਆਪਾਂ ਕਹਿੰਦੇ ਯਾਰ 50-70 ਦਾ ਫਰਕ ਪੈ ਵੀ ਜਾਂਦਾ ਹੁੰਦਾ, ਇਹ ਸਿੱਧਾ ਦੁਗਣੇ ਤੋਂ ਅੱਗੇ ਪਾ ਦਿੰਦੇ ਤਰਕ। ਇੱਕ ਹੋਰ ਚੈਨਲ ਕਹਿੰਦਾ ਕਿਹੜਾ ਤਿਆਰ, ਉਹ ਕਹਿੰਦੇ ਜੀ 100 ਸੀਟ ਬਣੂਗੀ ਆਮ ਆਦਮੀ ਪਾਰਟੀ ਨੂੰ। ਮੈਂ ਕਹਿੰਦੇ ਫਿਰ ਬਾਕੀ ਵਾਲੇ ਜਿਹੜੇ ਖੇਡ ਖੁੱਡ ਆਏ ਹੋਣੇ ਆ ਫਿਰ ਉਹਨੂੰ ਨੀਲੀ ਕਰ ਲੈਣੀ ਚਾਹੀਦੀ ਜਾ ਕੇ, ਕਿਉਂਕਿ ਬਾਕੀ 17 ਸੀਟਾਂ ਉਹ ਵੀ ਦੇ ਦਿੰਦੇ, ਹੋਰ ਕਿਸੇ ਨੇ ਕੋਈ ਕੁਛ ਕਰਨਾ। ਮਤਲਬ ਕਹਿਣ ਦਾ ਇਹ ਆ ਵੀ ਇਹ ਤੁੱਕੇ ਆ, ਇਹ ਤੁੱਕੇ ਉਹਨਾਂ ਦਾ ਇਹ ਚੈਨਲ ਆ। ਸੋ ਹੋ ਸਕਦਾ ਵੀ ਆਮ ਆਦਮੀ ਪਾਰਟੀ ਬਹੁਮਤ ਲੈ ਜੇ ਤਾਂ ਮੈਨੂੰ ਇਸ ਗੱਲ ਦੀ ਖੁਸ਼ੀ ਹੋਊਗੀ ਕਿ ਆਮ ਆਦਮੀ ਪਾਰਟੀ ਬਹੁਮਤ ਲੈ ਗਈ, ਕਿਉਂਕਿ ਜੇਕਰ ਨਾ ਬਹੁਮਤ ਲੈ ਕੇ ਗਈ ਤਾਂ ਫਿਰ ਪੰਜਾਬ ਦੇ ਵਿੱਚ ਇਸੇ ਸਾਲ ਦੇ ਵਿੱਚ ਦੁਬਾਰਾ ਚੋਣਾਂ ਹੋਣ ਦੀ ਸੰਭਾਵਨਾ, ਪੰਜਾਬ ਦੇ ਵਿੱਚ ਗਵਰਨਰ ਰਾਜ ਲੱਗਣ ਦੀ ਵੀ ਸੰਭਾਵਨਾ, ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਰਾਜ ਦੀ ਖਿਲਾਰੇ ਪੈਣ ਦੀ ਸੰਭਾਵਨਾ ਜੇਕਰ ਕਿਸੇ ਨੂੰ ਵੀ ਬਹੁਮਤ ਨਾ ਮਿਲਿਆ ਤਾਂ। ਪਰ ਜੋ ਰੈਗੂਲੇਟਰੀ ਸਰਵੇਖਣ ਜਿਹੜੇ ਇਸ ਵੇਲੇ ਐਗਜ਼ਿਟ ਪੋਲ ਦੇ ਨਤੀਜੇ ਆਏ ਆ ਉਹਦੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਲੋਕ ਬਾਹਲੀਆਂ ਪਾਉਂਦੇ ਆ, ਆਮ ਆਦਮੀ ਪਾਰਟੀ ਦੇ ਪ੍ਰਸ਼ੰਸਕਾਂ ਨੂੰ ਖੁਸ਼ੀ ਦਾ ਕਿਹੜਾ ਮਿਲਿਆ, ਉਹ ਕਹਿੰਦੇ ਜੀ ਕਿ ਸਰਕਾਰ ਸਾਡੀ ਬਣ ਗਈ ਸਮਝ ਲਓ, ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਬਣ ਗਏ ਸਮਝ ਲਓ, ਬਹੁਤ ਚੰਗੀ ਗੱਲ ਆ, ਭਗਵੰਤ ਮਾਨ ਨੇ ਮਿਹਨਤ ਵੀ ਬਹੁਤ ਕੀਤੀ, ਉਹਦੇ ਵਿੱਚ ਕੋਈ ਦੋ ਰਾਇ ਨਹੀਂ। ਪਰ ਮੈਂ ਐਗਜ਼ਿਟ ਪੋਲ ਦੇ ਉੱਤੇ ਯਕੀਨ ਨਹੀਂ ਕਰਦਾ ਗਾ, ਕਿਉਂਕਿ ਹੁਣ ਤੱਕ ਇਹਨਾਂ ਨੇ ਯਕੀਨ ਲਾਇਕ ਸਾਨੂੰ ਕੀਤਾ ਨਹੀਂ, ਅਜੇ ਤੱਕ ਜਿੰਨੀਆਂ ਵੀ ਉਹਨਾਂ ਦੇ ਸਰਵੇਖਣ ਕੀਤੇ ਆ ਉਹਦਾ ਗੱਲ ਤੁਹਾਡੀ ਬਿਲਕੁਲ ਸਹੀ ਆ। ਪੰਜਾਬੀਆਂ ਨੂੰ ਇਸ ਗੱਲ ਦਾ ਪਤਾ ਵੀ 3,00,000 ਕਰੋੜ ਰੁਪਏ ਦਾ ਸਾਡੇ ਸਰਕਾਰ ਦਾ ਪੰਜਾਬ ਦੇ ਵਿੱਚ ਕੋਈ ਮਸਲਾ ਛੇਤੀ ਕਿਤੇ ਹੱਲ ਹੋਣ ਦੀ ਸੰਭਾਵਨਾ ਨਹੀਂ, ਪਰ ਇਹ ਸਾਡੀ ਇੱਕ ਮਸਤ ਆ, ਇਹ ਸਾਡੀ ਇੱਕ ਉਤਸੁਕਤਾ ਹੁੰਦੀ ਹੈ ਵੀ ਭਾਈ ਕੌਣ ਜਿੱਤਦਾ, ਕੌਣ ਹਾਰਦਾ, ਕਿਹਦਾ ਕੀ ਬਣੂ। ਜਦੋਂ ਪੰਜਾਬੀ ਆਪਣੇ ਅਰਜੇ ਮਾਤੜ ਲੋਕ ਜਿਹਨੇ ਜੋ ਕਮਾਉਣਾ ਸੋ ਖਾਣਾ, ਉਹ ਇਹ ਸੋਚਦੇ ਵੀ ਐਤਕੀ ਵੱਡੇ ਬਾਦਲ ਸਾਹਿਬ ਜਿੱਤ ਗਏ ਹੋਏ ਨਹੀਂ, ਕੈਪਟਨ ਅਮਰਿੰਦਰ ਸਿੰਘ ਦਾ ਐਤਕੀ ਕੀ ਬਣੂਗਾ, ਫਲਾਣਾ ਬੰਦਾ ਐਤਕੀ ਹੋਊ ਕਿ ਨਹੀਂ। ਕਰੋੜਪਤੀ ਲੋਕਾਂ ਦੇ ਭਵਿੱਖ ਬਾਰੇ ਸੋਚਣਾ ਤੇ ਮਾਤੜ ਲੋਕਾਂ ਦੇ ਵੱਲੋਂ ਬਹਿ ਕੇ ਫਿਕਰ ਕਰਨਾ, ਇਹ ਨਾ ਕੋਈ ਨਵੀਂ ਗੱਲ ਹੈ ਤੇ ਨਾ ਕੋਈ ਨਵੀਂ ਗੱਲ ਸੀ। ਬਿਲਕੁਲ ਬਿਲਕੁਲ, ਸੋਚਣ ਲਈ ਕਈ ਵਾਰੀ ਪੰਜਾਬੀਆਂ ਨੂੰ ਧਿਆਨ ਦੇਣਾ ਚਾਹੀਦਾ ਜ਼ਿੰਦਗੀ ਦੇ ਲਈ, ਕੌਣ ਚੰਗਾ ਜਾਂ ਮਾੜਾ, ਕਿਹੜੇ ਤਰੀਕੇ ਨਾਲ ਗੱਲਾਂ, ਪਾਰਟੀਆਂ ਦੀ ਨਹੀਂ ਗੱਲ, ਆਮ ਜਿਹੜੇ ਕੈਂਡੀਡੇਟ ਨੇ ਉਹਨਾਂ 'ਚ ਵੀ ਚੰਗੇ ਮਾੜੇ ਹੋ ਸਕਦੇ ਨੇ, ਬਹੁਤ ਕਈ ਬਹੁਤ ਵਧੀਆ ਨੇ ਜਿਹੜੇ ਪੰਜਾਬ ਦੇ ਭਲੇ ਦੀ ਹਮੇਸ਼ਾ ਗੱਲ ਕਰਦੇ ਨੇ, ਉਹਨਾਂ ਦੇ ਬਾਰੇ ਵੀ ਸੋਚਣਾ ਚਾਹੀਦਾ। ਦੂਜੀ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਜਿਹੜੀ ਉਹ ਗੱਲ ਜ਼ਰੂਰ ਚੱਲੀ ਹੈ, ਜਿਵੇਂ ਕਿ ਟਹਿਣ ਸਾਹਿਬ ਤੁਸੀਂ ਗੱਲ ਦੱਸੀ ਸੀ, ਇਹ ਅਗਰ ਗੱਲ ਬਣਦੀ ਵੀ ਹੈ ਤਾਂ ਤੁਹਾਨੂੰ ਲੱਗਦਾ, ਮੈਂ ਤਾਂ ਇਹ ਚਾਹੁੰਦਾ ਵੀ ਸਰਕਾਰ ਕਿਸੇ ਵੀ ਪਾਰਟੀ ਦੀ ਬਣੇ ਪਰ ਪੂਰੀ ਬਹੁਮਤ ਨਾਲ ਬਣੇ, ਖਿਚੜੀ ਨਾ ਹੋਵੇ। ਜੀ ਹਾਂ ਬਿਲਕੁਲ ਜੀ, ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ, ਕਿਸੇ ਵੀ ਪਾਰਟੀ ਦੀ ਸਰਕਾਰ ਬਣੇ ਬਹੁਮਤ ਨਾਲ ਬਣੇ, ਐਤਕੀ ਖਿਚੜੀ ਸਰਕਾਰ ਬਿਲਕੁਲ ਨਾ ਬਣੇ, ਇਹ ਵੀ ਕਾਮਨਾ ਕਰਦੀ ਬਣਦੀ ਹੈ। ਉਸ ਤੋਂ ਜਿਹੜੀ ਗੱਲ ਇਹ ਹੈ ਕਿ ਐਤਕੀ ਦੇ ਹਾਲਾਤ ਆ ਜਿਹੜੇ ਉਹ ਬਿਲਕੁਲ ਵੱਖਰੇ ਆ, ਬਿਲਕੁਲ ਭਿੰਨ ਆ।
ਤੁਸੀਂ ਦੇਖੋ 2012 ਮੈਂ ਬਹੁਤ ਬੜੇ ਪਿੱਛੇ ਨਹੀਂ ਜਾਂਦਾ, 2012 ਦੇ ਵਿੱਚ ਜਦੋਂ ਚੋਣਾਂ ਹੋਈਆਂ ਉਸ ਵਿੱਚ ਦੋ ਪਾਰਟੀਆਂ ਦਾ ਮੁਕਾਬਲਾ ਆਪਸ ਚ, ਅਕਾਲੀ ਦਲ ਭਾਜਪਾ ਗਠਜੋੜ ਤੇ ਕਾਂਗਰਸ, ਬਾਕੀ ਚਲੋ ਛੋਟੀਆਂ ਮੋਟੀਆਂ ਪਾਰਟੀਆਂ ਹੋਰ ਵੀ ਸੀਗੀਆਂ, ਪਰ ਮੁੱਖ ਤੌਰ ਤੇ ਦੋ ਪਾਰਟੀਆਂ ਮੁਕਾਬਲੇ ਦੇ ਵਿੱਚ ਸੀ। 2017 ਦੀਆਂ ਜਦੋਂ ਚੋਣਾਂ ਹੋਈਆਂ ਉਦੋਂ ਅਕਾਲੀ ਦਲ ਭਾਜਪਾ ਗਠਜੋੜ ਕਾਂਗਰਸ ਤੇ ਆਮ ਆਦਮੀ ਪਾਰਟੀ ਤਿੰਨ ਪਾਰਟੀਆਂ ਮੁਕਾਬਲੇ ਚ ਹੋਈਆਂ। ਆਹ ਜਿਹੜੀਆਂ 2022 ਦੀਆਂ ਚੋਣਾਂ ਇਹਦੇ ਵਿੱਚ ਅਕਾਲੀ ਦਲ ਬਸਪਾ ਗਠਜੋੜ ਭਾਜਪਾ ਕਾਂਗਰਸ ਆਮ ਆਦਮੀ ਪਾਰਟੀ ਤੇ ਸੰਯੁਕਤ ਸਮਾਜ ਮੋਰਚਾ ਇਹੇ ਤਿੰਨ ਪਾਰਟੀਆਂ ਹੋਈਆਂ। ਸੋ ਗੱਲ ਇਹ ਕਿ ਜਿਹੜੀਆਂ ਇਹ ਪੰਜ ਪਾਰਟੀਆਂ ਹੋਈਆਂ, ਜਿਹੜੀਆਂ ਪੰਜ ਪਾਰਟੀਆਂ ਇਹਦੇ ਕਰਕੇ ਮੁਕਾਬਲਾ ਐਤਕੀ ਬਹੁਤ ਤਿੱਖਾ ਹੋਇਆ। ਮੁਕਾਬਲਾ ਐਤਕੀ ਇਹ ਤਿੱਖਾ ਹੋਇਆ ਵੀ ਭਾਈ ਕਈ ਥਾਵਾਂ ਤੋਂ ਤੱਕ ਜਿਹੜੇ ਵੱਡੇ ਵੱਡੇ ਪਹਿਲੇ ਘੁੰਮਦੇ ਰਾਜਨੀਤਿਕ ਪੰਨਤਾਂ ਨੂੰ ਵੀ ਪਤਾ ਵੀ ਭਾਈ ਕੌਣ ਜਿੱਤੂ ਕੌਣ ਹਾਰੂ। ਐਤਕੀ ਤਾਂ ਪਹਿਲੇ ਘੁੰਮਦੇ ਥਰਮ ਆ ਜਿਹੜੇ ਉਹ ਡਿੱਗਣ ਦੇ ਅਤਾਰ ਆ, ਤੇ ਕਈ ਜਿਹੜੇ ਨਵੇਂ ਬੰਦੇ ਮਾਪੜ ਬੰਦੇ ਆ ਉਹ ਸ਼ਾਇਦ ਜਿੱਤ ਵੀ ਜਾਣ, ਇਸ ਗੱਲ ਦੀ ਆਸ ਨਹੀਂ ਹੈ। ਜੇ ਮੰਨ ਲਓ ਕੋਈ ਕਹਿੰਦਾ ਘੁੰਮਦਾ ਥਰਮ ਕੋਈ ਮੰਤਰੀ ਵੱਡਾ ਬੰਦਾ ਜਿਹੜਾ 6-6 ਵਾਰ 5-5 ਵਾਰ 3-3 ਵਾਰ 4-4 ਵਾਰ ਵਿਧਾਇਕ ਬਣਿਆ, ਉਹ ਜੇ 2000 ਵੋਟ ਦੇ ਫਰਕ ਦੇ ਨਾਲ ਪਹਿਲੀ ਵਾਰ ਸਾਰੇ ਬੰਦੇ ਨਵੇਂ ਤੋਂ ਦੱਸ ਵੀ ਗਿਆ ਤਾਂ ਇਹ ਵੀ ਜਿੱਤ ਸਾਰੀ, ਪਰ ਇਹ ਵੀ ਸਵਾਲ ਪੈਦਾ ਹੁੰਦਾ। ਸੋ ਐਤਕੀ ਮੈਂ ਹੁਣੇ ਰਿਪੋਰਟ ਪੜ੍ਹ ਕੇ ਹਟਿਆ, 30 ਦੇ ਕਰੀਬ ਸੀਟਾਂ ਇਹੋ ਜਿਹੀਆਂ ਜਿਹੜੀਆਂ ਕਿ 2 ਤੋਂ ਲੈ ਕੇ 3000 ਦੇ ਮਾਰਜਨ ਨਾਲ ਜਿੱਤ ਗਈਆਂ। ਕਿਉਂਕਿ ਦੇਖੋ ਵੋਟਾਂ ਖਰਾਬ ਕਰਨ ਦੇ ਲਈ ਵੀ ਕੁਝ ਕੁ ਲੋਕ ਆ ਤੇ ਵੋਟਾਂ ਦੇ ਵਿੱਚ ਵੰਡੀਆਂ ਵੀ ਪਈਆਂ ਹੈਗੀਆਂ। ਸੋ ਵਕਤ ਦੱਸੂਗਾ ਕੀ ਬਣਨਾ। ਹੁਣ ਜਿਵੇਂ ਐਨ ਮੌਕੇ ਦੇ ਉੱਤੇ ਦੀਪ ਸਿੱਧੂ ਵਾਲਾ ਟੱਕਰ ਚੱਲਿਆ, ਦੀਪ ਸਿੱਧੂ ਇੱਕ ਚੰਗੀ ਸੋਚ ਦਾ ਨੌਜਵਾਨ ਸੀ, ਉਹ ਬੇਚਾਰਾ ਚਲਾ ਗਿਆ, ਸਾਨੂੰ ਦੁੱਖ ਹੋਇਆ। ਪਰ ਦੀਪ ਸਿੱਧੂ ਨੇ ਜਦੋਂ ਇੱਕ ਹੱਥ ਦੇ ਵਿੱਚ ਝਾੜੂ ਫੜ ਕੇ ਇੱਕ ਹੱਥ 'ਚ ਤਲਵਾਰ ਫੜ ਕੇ ਇਹ ਗੱਲ ਕਹੀ ਸੀ ਵੀ ਪੰਜਾਬੀ ਜੋ ਦੋਵਾਂ ਦੇ ਵਿੱਚੋਂ ਤੁਸੀਂ ਕਿਹਨੂੰ ਚੁਣਦੇ ਆ, ਤੁਸੀਂ ਤਲਵਾਰ ਵਾਲੇ ਕਿ ਝਾੜੂ ਵਾਲੇ ਹੋ, ਇਸ ਗੱਲ ਨੇ ਲੋਕਾਂ ਦੇ ਮਨਾਂ ਉੱਤੇ ਅਸਰ ਬਹੁਤ ਕੀਤਾ। ਇਹਦੇ ਵਿੱਚ ਕੀ ਦੋ ਹੋਇਆ, ਮੈਂ ਹੁਣ ਕਈ ਪਰਿਵਾਰਾਂ ਨਾਲ ਗੱਲ ਕੀਤੀ, ਉਹ ਕਹਿੰਦੇ ਵੀ ਦੀਪ ਸਿੱਧੂ ਨੂੰ ਸ਼ਰਧਾਂਜਲੀ ਦੇਣੀ ਹੈ, ਅਸੀਂ ਤਾਂ ਵੋਟਾਂ ਬਾਲਟੀ ਨੂੰ ਪਾਉਣੀਆਂ, ਅਕਾਲੀ ਦਲ ਅੰਮ੍ਰਿਤਸਰ ਨੂੰ ਪਾਉਣੀਆਂ, ਮਾਨਗੜਾਂ ਨੂੰ। ਸੋ ਏਦਾਂ ਦੀਆਂ ਗੱਲਾਂ ਵੀ ਚੱਲੀਆਂ। ਮਤਲਬ ਇਹ ਹੈ ਕਿ ਐਨ ਮੌਕੇ ਦੇ ਉੱਤੇ ਆਪਣੀ ਜਨਤਕ ਐਤਕੀ ਫਿਰਕੀਆਂ ਕਈ ਕਿਸਮ ਦੀਆਂ ਘੁੰਮੀਆਂ। ਸੋ ਸਮਾਂ ਦੱਸੂਗਾ ਕੀ ਬਣਦਾ, ਪਰ ਇਹ ਹੈ ਕਿ ਆਮ ਆਦਮੀ ਪਾਰਟੀ ਬਹੁਮਤ ਦੀ ਆਸ ਦੇ ਵਿੱਚ ਆ, ਤੇ ਅਕਾਲੀ ਕਾਂਗਰਸ ਬੀਜੇਪੀ ਇਹ ਸਾਰੇ ਜਿਹੜੇ ਲੋਕ ਆ ਉਹ ਇਸ ਗੱਲ ਦੇ ਵੀ ਆਸ ਵਰਤਦੇ ਵੀ ਐਗਜ਼ਿਟ ਪੋਲ ਦਾ ਕੀ ਚਲਾਉਣਾ। ਐਗਜ਼ਿਟ ਪੋਲ ਇਹੀ ਕਹਿਣਾ ਹੁੰਦਾ ਬਿਲਕੁਲ ਬਿਲਕੁਲ। ਟਾਣਾ ਸਾਹਿਬ ਜੇ ਗੱਲ ਬਿਕਰਮਜੀਤ ਸਿੰਘ ਮਜੀਠੀਆ ਦੀ ਕਰੀਏ, ਕਈ ਪਾਸਿਆਂ ਤੋਂ ਇਹ ਖਬਰਾਂ ਵੀ ਆ ਰਹੀਆਂ ਨੇ ਕਿ ਮਜੀਠੀਆ ਸਾਹਿਬ ਇਸ ਵਾਰੀ ਇਲੈਕਸ਼ਨ ਹਾਰ ਵੀ ਸਕਦੇ ਨੇ। ਹਾਰ ਜਿੱਤਣਾ ਤਾਂ ਉਹਨਾਂ ਦੀ ਕਿਸਮਤ ਦੇ ਉੱਤੇ ਛੱਡ ਦਿੰਦੇ ਆ। ਪਿਛਲੇ ਜ਼ਮਾਨਿਆਂ ਦੇ ਵਿੱਚ ਵਿਆਹ ਹੁੰਦਾ ਸੀ, ਮੁਕਲਾਵਾ 2-3 ਸਾਲ ਮਗਰੋਂ ਲੈਣਾ ਪੈਂਦਾ ਸੀ ਬੰਦੇ ਨੂੰ, ਕਿਉਂਕਿ ਛੋਟੀ ਉਮਰ ਚ ਵਿਆਹ ਹੋ ਜਾਂਦਾ ਹੋਣਾ, ਕੋਈ ਕਾਰਨ ਹੁੰਦਾ ਹੋਣਾ। ਹੁਣ ਮਜੀਠੀਆ ਸਾਹਿਬ ਜੇਲ੍ਹ ਦੇ ਵਿੱਚ ਨੇ, ਸ਼ਰਤਾਂ ਉਹਨਾਂ ਤੇ ਲਾ ਦਿੱਤੀਆਂ ਕਿ ਆਮ ਕੈਦੀਆਂ ਵਾਂਗੂ ਉਹਨਾਂ ਨੂੰ ਮਿਲਣ ਦੇ ਹੁਕਮ ਜਿਹੜੇ ਨੇ ਉਹ ਕੋਰਟ ਨੇ ਜਾਰੀ ਕਰ ਦਿੱਤੇ ਨੇ। ਵਿਆਹ ਤਾਂ ਹੋ ਗਿਆ, ਮੁਕਲਾਵਾ ਕਦੋਂ ਹੋਊਗਾ ਹੁਣ? ਟਾਣਾ ਸਾਹਿਬ ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਸਿੱਧੂ ਤੇ ਮਜੀਠੀਏ ਦਾ ਮੁਕਾਬਲਾ ਬੜਾ ਤਿੱਖਾ, ਇਹਦੇ ਵਿੱਚ ਕੋਈ ਦੋ ਰਾਇ ਨਹੀਂ ਕਿ ਸਿੱਧੂ ਹੋਰਾਂ ਨੇ ਆਪਦੀ ਬੋਲਬਾਲੀ ਕਰਕੇ ਖੇਡ ਵਿਗਾੜੀ ਹੈ ਤੇ ਵਿਕਰਮ ਸਿੰਘ ਮਜੀਠੀਏ ਦੇ ਮੂਹਰੇ ਚੁਣੌਤੀ ਦਾ ਇਸ ਕਰਕੇ ਵੱਧਦਾ ਕਿਉਂਕਿ ਉਹਨਾਂ ਨੇ ਆਪਣਾ ਹਲਕਾ ਬਦਲ ਕੇ ਚੋਣ ਲੜੀ ਹੈ। ਜਦੋਂ ਤੁਸੀਂ ਨਵੇਂ ਹਲਕੇ ਪੇਂਡੂ ਹਲਕੇ ਤੇ ਸ਼ਹਿਰੀ ਹਲਕੇ ਦੇ ਵਿੱਚ ਲੜਦੇ ਹੋ ਤਾਂ ਪੇਂਡੂ ਤੇ ਸ਼ਹਿਰੀ ਵੋਟਰ ਦੀ ਮਾਨਸਿਕਤਾ ਦੇ ਵਿੱਚ ਬਹੁਤ ਵੱਡਾ ਫਰਕ ਹੁੰਦਾ। ਸ਼ਹਿਰੀ ਵੋਟਰ ਥੋੜਾ ਜਿਹਾ ਪੋਲਾਈਟਲੀ ਚੱਲਦਾ ਤੇ ਪੇਂਡੂ ਵੋਟਰ ਨੂੰ ਥੋੜਾ ਜਿਹਾ ਖੜਕਾ ਦੜਕਾ ਚੰਗਾ ਲੱਗਦਾ ਰਹਿੰਦਾ, ਵੀ ਧੱਕੜ ਦਿੰਦਾ, ਉਹ ਚੱਕ ਦਿੰਦਾ, ਉਹ ਫੱਟੇ ਦਾ ਪਾਵੇ, ਉਹ ਸਿੱਧਾ ਹੀ ਐਂ ਕਹਿ ਦਿੰਦਾ। ਸ਼ਹਿਰੀ ਵੋਟਰ ਨੂੰ ਸ਼ਾਇਦ ਇਹ ਗੱਲ ਨਹੀਂ ਪਸੰਦ ਆਉਂਦੀ ਜਾਂ ਘੱਟ ਪਸੰਦ ਆਉਂਦੀ ਹੈ। ਮੁਕਾਬਲਾ ਬੜਾ ਕਾਂਟੇ ਦਾ, ਜੇ ਤਾਂ ਉਹ ਦੋਸਤ ਨੂੰ ਸਿੱਧੂ ਹਾਰ ਗਿਆ ਤਾਂ ਉਹ ਰਾਜਨੀਤੀ ਦੇ ਵਿੱਚੋਂ ਬਾਹਰ ਆ, ਪਰ ਜੇਕਰ ਵਿਕਰਮ ਸਿੰਘ ਮਜੀਠੀਆ ਹਾਰ ਗਿਆ ਤਾਂ ਉਹ ਰਾਜਨੀਤੀ ਦੇ ਵਿੱਚੋਂ ਬਾਹਰ ਨਹੀਂ ਹੋਊਗਾ। ਉਹਦਾ ਕਾਰਨ ਇਹ ਅਸਲ ਦੇ ਵਿੱਚ ਕਿਉਂਕਿ ਵਿਕਰਮ ਸਿੰਘ ਮਜੀਠੀਆ ਹੋਰਾਂ ਦੀ ਆਪਣੀ ਪਰਿਵਾਰਕ ਪਾਰਟੀ ਆ। ਵਿਕਰਮ ਸਿੰਘ ਮਜੀਠੀਏ ਦੇ ਪਰਿਵਾਰਕ ਮੈਂਬਰ ਅਕਾਲੀ ਦਲ ਨੂੰ ਚਲਾਉਣ ਵਾਲੇ ਆ, ਇਸ ਕਰਕੇ ਉਹਨੂੰ ਅਕਾਲੀ ਦਲ ਦੇ ਵਿੱਚ ਸਥਾਪਿਤ ਰਹਿਣਾ ਤੇ ਸਿੱਧੂ ਹਾਰ ਗਿਆ ਤਾਂ ਉਹਦਾ ਬਹੁਤ ਵੱਡਾ ਨੁਕਸਾਨ ਹੋਣਾ, ਦੋਵੇਂ ਗੱਲਾਂ। ਹੁਣ ਵਿਕਰਮ ਸਿੰਘ ਮਜੀਠੀਆ ਲੰਬੇ ਸਮੇਂ ਤੋਂ ਪੰਜਾਬ ਦੀ ਜੇਲ੍ਹ ਦੇ ਵਿੱਚ ਆ, ਹੁਣ ਜਦੋਂ ਜੇਲ੍ਹ ਦੇ ਵਿੱਚ ਕਈ ਦਿਨਾਂ ਤੋਂ ਕਹਿ ਸਕਦੇ ਹਾਂ ਵੀ 8 ਤਰੀਕ ਤੱਕ ਤਾਂ ਉਹਨੂੰ ਜੇਲ੍ਹ ਦੇ ਵਿੱਚ ਭੇਜਿਆ ਸੀ ਨਿਆਂਇਕ ਹਿਰਾਸਤ ਦੇ ਵਿੱਚ, ਤਾਂ ਉਸ ਤੋਂ ਬਾਅਦ ਅਗਲੀ ਗੱਲ ਇਹ ਪੈਦਾ ਹੁੰਦੀ ਹੈ ਵੀ ਕੀ ਬਣੂਗਾ। ਹੁਣ ਪਿਛਲੇ ਕੁਛ ਦਿਨਾਂ ਤੋਂ ਜਿਵੇਂ ਘਰ ਦਾ ਰਾਜ ਹੁੰਦਾ ਇਸ ਤਰੀਕੇ ਦੇ ਨਾਲ ਮਜੀਠੀਆ ਸਾਹਿਬ ਨਾਲ ਮੁਲਾਕਾਤਾਂ ਵੀ ਹੋਈਆਂ, ਕਦੇ ਛੋਟੇ ਬਾਦਲ ਸਾਹਿਬ ਦਾ ਜੇਲ੍ਹ ਦੇ ਵਿੱਚ ਪਟਿਆਲੇ ਵਾਲੀ ਵਿੱਚ, ਕਦੇ ਹਰਸਿਮਰਤ ਕੌਰ ਬਾਦਲ ਜਾਂਦੇ, ਕਦੇ ਬੀਬੀ ਜਗੀਰ ਕੌਰ ਚਲੇ ਗਏ, ਕਦੇ ਮਹੇਸ਼ ਚੰਦਰ ਗਰੇਵਾਲ ਗਏ, ਕਦੇ ਡਾਕਟਰ ਦਲਜੀਤ ਚੀਮਾ ਗਏ,
ਕਦੇ ਸੰਦੀਪ ਸਿੰਘ ਰੱਖੜਾ ਹੋਰੀ ਗਏ, ਕਦੇ ਕੋਈ ਹੋਰ ਮੁੱਲ ਚਲਾ ਗਿਆ। ਇਹਦੇ ਕਰਕੇ ਅਖਬਾਰਾਂ 'ਚ ਖਬਰਾਂ ਆਈਆਂ ਵੀ ਯਾਰ ਇਉਂ ਥੋੜ੍ਹੀ ਹੁੰਦਾ ਵੀ ਜਿਵੇਂ ਆਪਾਂ ਘਰੇ ਬੈਠੇ ਆ ਤਾਂ ਐਂ ਮਿਲਣ ਚਲੇ ਜਾਂਦੇ ਹਾਂ। ਜੇਲ੍ਹ ਦੇ ਵਿੱਚ ਨਿਯਮ ਹੁੰਦਾ ਵੀ ਜੇ ਤਾਂ ਤੁਹਾਨੂੰ ਸਜ਼ਾ ਹੋਈ ਵੀ ਹੈ ਫਿਰ ਹਫ਼ਤੇ ਦੇ ਵਿੱਚ ਇੱਕ ਦਿਨ ਮੁਲਾਕਾਤ ਦਾ ਹੁੰਦਾ। ਬਟ ਜੇਕਰ ਤੁਸੀਂ ਵਿਚਾਰ ਵੀ ਨਿਕਲਦੀ ਹੈ ਮੈਂ ਕਿ ਹਿਰਾਸਤ ਦੇ ਵਿੱਚ ਭੇਜੇ ਆ ਫਿਰ ਤੁਸੀਂ ਹਫ਼ਤੇ ਦੇ ਵਿੱਚ ਦੋ ਦਿਨ ਮੁਲਾਕਾਤ ਕਰ ਸਕਦੇ ਆ। ਹੁਣ ਜੇਲ੍ਹ ਦੇ ਸੁਪਰਡੈਂਟਰ ਨੇ ਗੱਲ ਕਹੀ ਹੈ ਕਿ ਅਸੀਂ ਇਸ ਗੱਲ ਦੇ ਉੱਤੇ ਅਮਲ ਕਰ ਰਹੇ ਹਾਂ, ਹਫ਼ਤੇ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨਾਲ ਸਿਰਫ ਦੋ ਦਿਨ ਹੀ ਮੁਲਾਕਾਤ ਹੋਇਆ ਕਰੂਗੀ, ਹਰ ਰੋਜ਼ ਦੀ ਮੁਲਾਕਾਤ ਜਿਹੜੀ ਉਹ ਬੰਦ ਕਰ ਦਿੱਤੀ ਗਈ ਹੈ। ਸੋ ਇਹ ਅਕਾਲੀ ਦਲ ਦੇ ਨੇ ਤੁਸੀਂ ਝਟਕਾ ਮੰਨ ਲਓ ਜਾਂ ਕੁਛ ਹੋਰ ਕਹਿ ਲਓ ਮਰਜ਼ੀ ਹੈ, ਪਰ ਇਹ ਹੈ ਵੀ ਪਹਿਲਾਂ ਤਾਂ ਆਮ ਸੀ ਮਿਲਣਾ ਜਦੋਂ ਬੰਦਾ ਜਾਂਦਾ ਸੀਗਾ ਮਜੀਠੀਆ ਸਾਹਿਬ ਨੂੰ ਮਿਲ ਕੇ ਆ ਜਾਂਦਾ ਸੀ, ਪਰ ਹੁਣ ਹਫ਼ਤੇ ਦੇ ਵਿੱਚ ਦੋ ਦਿਨ ਹੀ ਮੁਲਾਕਾਤ ਹੋਇਆ ਕਰੂਗੀ। ਟਾਣਾ ਸਾਹਿਬ ਜਿਵੇਂ ਜਦੋਂ ਬੀਬੀ ਜਗੀਰ ਕੌਰ ਜੇਲ੍ਹ ਸੀ ਫਰੂਟ ਫਰਾਟ ਬਹੁਤ ਲੈ ਕੇ ਜਾਂਦੇ ਸੀ, ਕਹਿੰਦੇ ਪਤਾ ਨੀ ਟਰੱਕਾਂ ਦੇ ਟਰੱਕ ਫਰੂਟ ਦੇ ਚਲੇ ਜਾਂਦੇ ਸੀ, ਕੈਦੀਆਂ ਨੂੰ ਵੀ ਸਹੂਲਤਾਂ ਲੱਗ ਗਈਆਂ ਸੀ। ਹੁਣ ਸਿਆਲ ਦੇ ਦਿਨ ਲੰਘ ਕੇ ਹਟੇ ਨੇ, ਮਜੀਠੀਆ ਸਾਹਿਬ ਨੂੰ ਪਿੰਨੀਆਂ ਪੁੰਨੀਆਂ ਦਿੱਤੀਆਂ, ਕਿਸੇ ਨੇ ਮਾੜੀ ਮੋਟੀ ਇਹੀ ਚੀਜ਼ ਭੇਜੀ? ਦੇਖੋ ਸੰਭਵ ਆ, ਇਹਦੇ ਵਿੱਚ ਕੋਈ ਦੋ ਰਾਇ ਨੀ, ਮੈਨੂੰ ਤਾਂ ਚੰਗੀ ਤਰ੍ਹਾਂ ਚੇਤੇ ਜੇਲ੍ਹ ਦੇ ਵਿੱਚ ਪਾਠ ਵੀ ਰਖਵਾਇਆ ਸੀਗਾ ਬੀਬੀ ਜਗੀਰ ਕੌਰ ਨੇ, ਜੇਲ੍ਹ ਦੇ ਸੁਪਰਡੈਂਟ ਕੱਟ ਦੇ ਵੱਲੋਂ ਤਾਂ ਬੀਬੀ ਜਗੀਰ ਕੌਰ ਦੇ ਪੈਰੀ ਹੱਥ ਲਾਏ ਜਾਂਦੇ ਸੀ, ਉਸੇ ਘਰ ਵਾਲਾ ਮਾਹੌਲ ਸੀ, ਆਪਦੇ ਲਾਂਡਰੀ ਨਾਲ ਲੈ ਕੇ ਗਈ ਸੀ ਬੀਬੀ ਜਗੀਰ ਕੌਰ, ਅਸੀਂ ਖ਼ਬਰਾਂ ਪੜ੍ਹਦੇ ਰਹੇ ਉਸ ਵੇਲੇ। ਪਰ ਹੁਣ ਬਿਕਰਮ ਸਿੰਘ ਮਜੀਠੀਆ ਨੂੰ ਅੰਦਰ ਕਿੰਨੀਆਂ ਕੁ ਸਹੂਲਤਾਂ ਮਿਲਦੀਆਂ, ਹੁਣ ਉਦੋਂ ਸੋਸ਼ਲ ਮੀਡੀਆ ਇੰਨਾ ਸਰਗਰਮ ਨਹੀਂ ਸੀ ਹੋਇਆ, ਅੱਜ ਵੀ ਤਰੀਕੇ ਦੇ ਵਿੱਚ ਸੋਸ਼ਲ ਮੀਡੀਆ ਸਰਗਰਮ ਬਹੁਤ ਆ। ਅੱਜ ਜੇਕਰ ਕਿਸੇ ਨੂੰ ਕੋਈ ਵਾਧੂ ਸਹੂਲਤ ਦੇਣੀ ਹੋਵੇ, ਜੇਕਰ ਕੁਝ ਫੜਾਉਣਾ ਹੋਵੇ, ਜੇਕਰ ਕੁਝ ਲੈਣਾ ਦੇਣਾ ਹੋਵੇ, ਤਾਂ ਸਭ ਤੋਂ ਪਹਿਲਾਂ ਇਹ ਸੋਚਣਾ ਪੈਂਦਾ ਵੀ ਭਾਈ ਕੀ ਬਣੂਗਾ, ਤੇ ਸੋਸ਼ਲ ਮੀਡੀਆ ਤੋਂ ਬਚਾ ਕੇ ਰੱਖਣਾ ਹੈਗਾ। ਸੋ ਹੁਣ ਪਰਦੇਦਾਰੀ ਦੇ ਵੱਲ ਵੱਧ ਖਿਆਲ ਕੀਤਾ ਜਾਂਦਾ ਜੀ। ਬਿਲਕੁਲ ਬਿਲਕੁਲ। ਉਧਰ ਗੁਰਜੀਤ ਸਿੰਘ ਔਜਲਾ ਪੋਲੈਂਡ ਦੇ ਵਿਚ ਆਪਣੇ ਭਾਰਤੀ ਵਿਦਿਆਰਥੀਆਂ ਨੂੰ ਮਿਲ ਰਹੇ ਨੇ। ਵੈਸੇ ਯੁਕਰੇਨ ਤੋਂ ਵੱਖੋ ਵੱਖਰੇ ਪੜਾਵਾਂ ਦੇ ਵਿਚ ਭਾਰਤੀ ਵਿਦਿਆਰਥੀ ਨੇ ਜਿਹੜੇ ਬਹੁਤ ਪਰਤ ਵੀ ਰਹੇ ਨੇ, ਖੁਸ਼ੀਆਂ ਘਰਾਂ ਦੇ ਵਿਚ ਛਾਈਆਂ ਨੇ ਭਾਵੇਂ ਪੜਾਈਆਂ ਪੂਰੀਆਂ ਨਹੀਂ ਹੋਈਆਂ, ਪਰ ਦੂਜੇ ਪਾਸੇ ਯੁਕਰੇਨ ਦੇ ਲੋਕਾਂ ਦੀ ਜਿਹੜੀ ਹਾਲਤ ਹੈ ਉਥੇ ਬਹੁਤ ਹੀ ਤਰਸਯੋਗ ਹਾਲਤ ਉਥੇ ਬਣੀ ਹੋਈ ਹੈ। ਬੱਚਿਆਂ ਦੇ ਨਾਲ ਛੋਟੇ ਛੋਟੇ ਜਿਹੜੇ ਜਾਨਵਰ ਨੇ ਜਿਵੇਂ ਕੁੱਤੇ ਬਿੱਲੀਆਂ ਦੇ ਨਾਲ ਉਹ ਕਿਵੇਂ ਆਪਣੇ ਘਰਾਂ ਤੋਂ ਬੇਘਰ ਹੋ ਰਹੇ ਨੇ, ਮੁੜ ਕੇ ਉਹਨੂੰ ਘਰ ਨਸੀਬ ਹੋਣਗੇ ਜਾਂ ਨਹੀਂ ਹੋਣਗੇ, ਇਹਦੀ ਗਵਾਹੀ ਕੋਈ ਨਹੀਂ ਦੇ ਸਕਦਾ। ਟੈਣ ਸਾਹਿਬ ਕੀ ਕਹੋਗੇ ਇਹਦੇ ਬਾਰੇ? ਦੇਖੋ ਇਹਦੇ ਬਾਰੇ ਤਾਂ ਮੇਰਾ ਇਹ ਕਹਿਣਾ ਜੀ ਕਿ ਜਿਸ ਤਰੀਕੇ ਨਾਲ ਯੁਕਰੇਨ ਦੇ ਵਿੱਚ ਸਾਡੇ ਭਾਰਤੀ ਮੁੰਡੇ ਕੁੜੀਆਂ ਪੜ੍ਹਨ ਜਾਂਦੇ ਆ, ਉਹ ਸਾਡੇ ਸਿਸਟਮ ਦੇ ਉੱਤੇ ਸਵਾਲ ਖੜਾ ਕਰਨ ਵਾਲੀ ਗੱਲ ਆ। ਉਹਦਾ ਕਾਰਨ ਇਹ ਵੀ 1992 ਦੇ ਵਿੱਚ ਆਜ਼ਾਦ ਹੋਇਆ ਯੁਕਰੇਨ, 1947 ਦੇ ਵਿੱਚ ਆਜ਼ਾਦ ਹੋਇਆ ਭਾਰਤ, ਪਰ 47 ਦੇ ਵਿੱਚ ਆਜ਼ਾਦ ਹੋਏ ਦੇਸ਼ ਦੇ ਵਿਦਿਆਰਥੀ ਮੁੰਡੇ ਕੁੜੀਆਂ ਜਾਂਦੇ ਉਸ ਦੇਸ਼ ਦੇ ਵਿੱਚ ਪੜ੍ਹਾਈ ਕਰਦੇ ਜਿਹੜਾ 92 ਚ ਆਜ਼ਾਦ ਹੋਇਆ। ਉਹਦਾ ਕਾਰਨ ਇਹ ਵੀ ਭਾਰਤ ਦੇ ਵਿੱਚ ਕਰੋੜ ਰੁਪਇਆ ਲੱਗਦਾ ਹੈਗਾ ਜੀ ਏਬੀਬੀਐਸ ਦੀ ਡਿਗਰੀ ਕਰਨ ਦਾ, ਤੇ ਯੁਕਰੇਨ ਦੇ ਵਿੱਚ 25 ਤੋਂ ਲੈ ਕੇ 30 ਜਾਂ 35 ਲੱਖ ਰੁਪਏ ਚ ਡਿਗਰੀ ਹੋ ਜਾਂਦੀ ਹੈ। ਸੋ ਇਹ ਫਰਕ ਹੈ ਜਿਹਦੇ ਕਰਕੇ ਅਸੀਂ ਸਿੱਖਿਆ ਦਾ ਬਹੁਤ ਵੱਡਾ ਪਾੜਾ ਸਾਡੇ ਸਮਾਜ ਦੇ ਵਿੱਚ ਪਿਆ, ਸਾਡੇ ਦੇਸ਼ ਦੇ ਵਿੱਚ ਮਹਿੰਗੀ ਕਿੰਨੀ ਸਿੱਖਿਆ ਤੇ ਬਾਹਰਲੇ ਮੁਲਕ ਦੇ ਵਿੱਚ ਤਾਂ ਕਰਕੇ ਵਿਦਿਆਰਥੀ ਜਾਂਦੇ ਆ, ਉਹਦਾ ਨੁਕਸਾਨ ਬਹੁਤ ਹੋਇਆ ਟਵਾਣਾ ਸਾਹਿਬ। ਹੁਣ ਮੈਂ ਕੱਲ ਇੱਕ ਰਿਪੋਰਟ ਪੜ੍ਹੀ, ਉਹਦੇ ਵਿੱਚ ਇੱਕ ਮੁੰਡੇ ਦੀ ਗੱਲ ਕਹੀ ਗਈ ਕਿ ਮੈਂ ਵਾਪਸ ਆ ਗਿਆ ਪਰ 3 ਮਹੀਨਿਆਂ ਬਾਅਦ ਮੈਨੂੰ ਮੇਰੀ ਡਿਗਰੀ ਮਿਲ ਜਾਣੀ ਸੀ। 6 ਸਾਲ ਉਹ ਕਹਿੰਦਾ ਮੈਨੂੰ ਲੱਗੇ 6 ਸਾਲ ਉਹ ਯੁਕਰੇਨ ਚ ਰਿਹਾ, 3 ਮਹੀਨੇ ਪਹਿਲਾਂ ਆਉਣਾ ਪੈ ਗਿਆ, ਪਤਾ ਨੀ ਉਹਦੀ ਡਿਗਰੀ ਦਾ ਵਿਚਾਰੇ ਦਾ ਕੀ ਬਣੂਗਾ। ਇਹ ਵੀ ਹੋ ਸਕਦਾ ਵੀ ਭਾਰਤ ਦੀ ਸਰਕਾਰ ਇੱਥੇ ਬਾਕੀ ਜਿਹੜੇ ਮਹੀਨਿਆਂ ਦੀ ਡਿਗਰੀ ਕਰਵਾ ਦੇਵੇ, ਪਰ ਇੱਥੇ ਵੀ ਕਿਹੜਾ ਮੁਫ਼ਤ ਚ ਹੋਣੀ ਆ, ਪੈਸੇ ਪਤਾ ਨੀ ਫੇਰ ਕਿੰਨੇ ਲੱਗ ਜਾਣ। ਸੋ ਇਸ ਤਰੀਕੇ ਨਾਲ ਦਿੱਕਤਾਂ ਬਹੁਤ ਆ। ਕਿਸੇ ਨੇ 20 ਲੱਖ ਰੁਪਇਆ ਭਰਿਆ ਹੋਇਆ, ਉਹਦਾ ਪਹਿਲਾ ਸਾਲ ਹੀ ਲੱਗਾ ਸੀ, ਕਿਸੇ ਨੂੰ ਹਲੇ 6 ਮਹੀਨੇ ਹੋਏ ਸੀ ਪੜ੍ਹਾਈ ਸ਼ੁਰੂ ਕੀਤੇ ਆ, ਕਿਸੇ ਨੂੰ 2 ਸਾਲ ਹੋ ਗਏ ਸੀ, ਕਿਸੇ ਨੂੰ 4 ਸਾਲ ਵੀ ਹੋ ਗਏ ਸੀ। ਇੱਦਾਂ ਸਭ ਦੀ ਆਪੋ ਆਪਣੀ ਦਰਦ ਕਹਾਣੀ ਇਸ ਵੇਲੇ ਹੈਗੀ ਹੈ। ਉਸ ਤੋਂ ਬੜੀ ਮਹੱਤਵਪੂਰਨ ਗੱਲ ਇੱਕ ਹੋਰ ਆ ਜਿਹੜੀ ਕਿ ਭਾਰਤ ਦੇ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਵਾਲੀ, ਕਿ ਜੇਕਰ ਇਹ ਫੁਰਤੀ ਮਾਰੀ ਹੁੰਦੀ ਤਾਂ ਹੁਣ ਤੱਕ ਪਹਿਲਾਂ ਆ ਜਾਂਦੇ ਵਾਪਸ, ਪਰ ਫੁਰਤੀ ਮਾਰੀ ਨਹੀਂ ਗਈ, ਜਿਹਦੇ ਕਰਕੇ ਇਹ ਦਿੱਕਤ ਬਹੁਤ ਵੱਡੀ ਆਈ ਹੈ। ਤੇ ਉਸ ਤੋਂ ਬੜੀ ਗੱਲ ਇਹ ਕਿ ਚਲੋ ਦੇਰ ਆਏ ਦਰੁਸਤ ਆਏ, ਜਿੰਨੀ ਕੁ ਇਹਨਾਂ ਨੇ ਹੁਣ ਫੁਰਤੀ ਮਾਰੀ ਆ ਅਸੀਂ ਉਹ ਵੀ ਠੀਕ ਸਮਝਦੇ ਵੀ ਚਲੋ ਮਾਰੀ ਤਾਂ ਹੈ ਨਾ ਫੁਰਤੀ, ਪਰ ਹੁਣ ਵਿਦਿਆਰਥੀ ਵਾਪਸ ਆ ਵੀ ਰਹੇ ਆ। ਤੇ ਗੁਰਜੀਤ ਸਿੰਘ ਔਜਲਾ ਜਿਹੜੇ ਕਿ ਅੰਮ੍ਰਿਤਸਰ ਤੋਂ ਕਾਂਗਰਸ ਦੇ ਐਮਪੀ ਆ, ਉਹਨਾਂ ਦੇ ਵੱਲੋਂ ਜਾ ਕੇ ਉੱਥੇ ਤੇ ਪੋਲੈਂਡ ਦੇ ਵਿੱਚ ਤੇ ਵਿਦਿਆਰਥੀਆਂ ਦਾ ਨਿੱਜੀ ਤੌਰ ਤੇ ਖਿਆਲ ਕੀਤਾ ਜਾ ਰਿਹਾ ਵੀ ਭਾਈ ਸਾਡੇ ਵਿਦਿਆਰਥੀਆਂ ਨੂੰ ਕੋਈ ਦਿੱਕਤ ਹੋਰ ਨਾ ਆਵੇ। ਮੈਂ ਸੋਚਦਾ ਚਲੋ ਇੱਕ ਚੰਗੀ ਗੱਲ ਆ ਵੀ ਉੱਦਮਤਾ ਕੀਤੇ ਜਾ ਰਹੇ ਨਾ, ਘੱਟ ਵੱਧ ਉੱਦਮ ਹੋਣੇ ਵੀ ਚਾਹੀਦੇ ਆ।
ਜਿਹੜੇ ਐਮਪੀ ਸਾਹਿਬਾਨ ਆ ਜਾਂ ਐਮਐਲਏ ਆ ਜਾਂ ਕੋਈ ਮੰਤਰੀ ਆ ਉਹਨੂੰ ਆਪ ਜਾ ਕੇ ਨਿੱਜੀ ਤੌਰ ਤੇ ਉੱਦਮ ਕਰਨੇ ਚਾਹੀਦੇ ਆ, ਜਿਹੜੇ ਕਰ ਰਹੇ ਆ ਉਹਨਾਂ ਦਾ ਧੰਨਵਾਦ ਹੈ ਜੀ। ਬਿਲਕੁਲ ਬਿਲਕੁਲ। ਉਧਰ ਕੈਪਟਨ ਅਮਰਿੰਦਰ ਸਿੰਘ ਨੇ ਅਮਿਤ ਸ਼ਾਹ ਦੇ ਨਾਲ ਜੀ ਮੀਟਿੰਗ ਕੀਤੀ ਹੈ, ਕੀ ਗੱਲਾਂ ਹੋਈਆਂ ਨੇ ਉਹ ਮੀਟਿੰਗ ਦੇ ਵਿੱਚ? ਦੇਖੋ ਦੱਸਦੇ ਤਾਂ ਦੇਤਾ ਨਹੀਂ ਹੁੰਦੇ ਟਵਾਣਾ ਸਾਹਿਬ ਕਿ ਮੈਂ ਅੰਦਰ ਕੀ ਗੱਲ ਕਰਕੇ ਆਇਆ। ਜੇ ਮੰਨ ਲਓ ਕੈਪਟਨ ਸਾਹਿਬ ਦੱਸ ਵੀ ਦਿੰਦੇ ਤਾਂ ਵੀ ਆਪਾਂ ਮਹਿਲ ਨਹੀਂ ਸਕਦੇ ਵੀ ਜੋ ਸਾਨੂੰ ਦੱਸੀਆਂ ਗੱਲਾਂ ਅੰਦਰ ਉਹੀ ਹੋਈਆਂ। ਪਰ ਕੈਪਟਨ ਅਮਰਿੰਦਰ ਸਿੰਘ ਨੇ ਨਤੀਜਿਆਂ ਤੋਂ ਤਿੰਨ ਦਿਨ ਪਹਿਲਾਂ ਅਮਿਤ ਸ਼ਾਹ ਦੇ ਨਾਲ ਲਗਭਗ ਪੌਣਾ ਘੰਟਾ ਜਾਂ ਇੱਕ ਘੰਟਾ ਮੁਲਾਕਾਤ ਕੀਤੀ ਹੈ। ਮੁਲਾਕਾਤ ਤੋਂ ਬਾਅਦ ਉਹਨਾਂ ਨੇ ਪੱਤਰਕਾਰਾਂ ਨੂੰ ਇਹਨਾਂ ਹੀ ਆਖਿਆ ਕਿ ਪੰਜਾਬ ਇੱਕ ਸਰਹੱਦੀ ਸੂਬਾ ਤੇ ਇਹਦੀ ਰਾਸ਼ਟਰੀ ਸੁਰੱਖਿਆ ਦੇ ਮਾਮਲੇ ਦੇ ਉੱਤੇ ਮੈਂ ਗੱਲਬਾਤ ਕਰਕੇ ਆਇਆ। ਉਹ ਤੁਹਾਡਾ ਚੋਣਾਂ ਬਾਰੇ ਵੀ ਹੋਈ ਹੋਵੇ ਕਿ ਜੇਕਰ ਬਹੁਮਤ ਨਹੀਂ ਮਿਲਦਾ ਤਾਂ ਫਿਰ ਆਪਾਂ ਕੀ ਕਰਨਾ, ਕੁਛ ਏਦਾਂ ਦੀਆਂ ਗੱਲਾਂ ਹੋਈਆਂ ਹੋਣਗੀਆਂ। ਕਿਉਂਕਿ ਸੁਰੱਖਿਆ ਦਾ ਮਾਮਲਾ ਤਾਂ ਬਹੁਤ ਲੰਬੇ ਸਮੇਂ ਤੋਂ ਚੱਲਦਾ ਤੇ ਅੱਜ ਵੀ ਚੱਲਦਾ ਤੇ ਪਤਾ ਨਹੀਂ ਕਿੰਨਾ ਚਿਰ ਚੱਲਣਾ, ਤੇ ਸੁਰੱਖਿਆ ਹੋਣੀ ਵੀ ਚਾਹੀਦੀ ਹੈ, ਵਧੀਆ ਗੱਲ ਆ। ਪਰ ਅਗਲੀ ਗੱਲ ਇਹ ਜੀ ਕਿ ਕਦੇ ਚਾਰ ਦਿਨ ਪਹਿਲਾਂ ਕੈਪਟਨ ਦੀ ਜਿਹੜੀ ਪਾਰਟੀ ਹੈਗੀ ਪੰਜਾਬ ਲੋਕ ਕਾਂਗਰਸ, ਉਹਦੇ ਵੱਲੋਂ ਇੱਕ ਗੱਲ ਕਹੀ ਗਈ ਜਿਹੜੀ ਕਿ ਮੇਰਾ ਧਿਆਨ ਖਿੱਚ ਲਿਆ। ਉਹ ਕਹਿੰਦੇ ਸੀ ਕਿ ਐਤਕੀ ਫਿਰ ਸੁਸ਼ਮਾ ਫਾਰਮ ਹਾਊਸ ਤੋਂ ਰਾਜਨੀਤੀ ਦਾ ਸ਼ੋਅ ਚੱਲੇਗਾ, ਪੱਤਰਕਾਰ ਤਿਆਰ ਰਹਿਣ, ਕਾਊਂਟ ਡਾਊਨ ਸ਼ੁਰੂ ਹੋ ਚੁੱਕਿਆ ਤੇ ਐਤਕੀ ਸੁਸ਼ਮਾ ਫਾਰਮ ਹਾਊਸ ਦੇ ਵਿੱਚ ਫਿਰ ਰੌਣਕਾਂ ਲੱਗਣਗੀਆਂ। ਇਹਦਾ ਮਤਲਬ ਕਹਿਣ ਦਾ ਇਹ ਹੈ ਕਿ ਜੇਕਰ ਬਹੁਮਤ ਨਾ ਮਿਲਿਆ ਕਿਸੇ ਨੂੰ ਵੀ ਤਾਂ ਫਿਰ ਪੰਜਾਬ ਦੀ ਰਾਜਨੀਤੀ, ਪੰਜਾਬ ਦੀ ਸਰਕਾਰ ਦਾ ਮੁੱਖ ਕੇਂਦਰ ਸੁਸ਼ਮਾ ਫਾਰਮ ਹਾਊਸ ਹੀ ਹੋਣਾ। ਹੁਣ ਜਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਤੇ ਉਸ ਹਿਸਾਬ ਦੇ ਨਾਲ ਤਾਂ ਫਿਰ ਉਹਨਾਂ ਨੂੰ ਬਹੁਮਤ ਦੀ ਆਸ ਹੈ ਨੀ ਕਿਸੇ ਵੀ ਪਾਰਟੀ ਨੂੰ ਮਿਲੇ। ਤੇ ਬੀਜੇਪੀ ਤੇ ਕੈਪਟਨ ਸਾਹਿਬ ਇਹ ਜਾਣਦੇ ਵੀ ਸਾਨੂੰ ਤਾਂ ਬਹੁਮਤ ਮਿਲਣਾ ਵੀ ਤਾਂ ਵਕਤ ਤੇ ਪਈ ਹੈ ਗੱਲ। ਇਹਨਾਂ ਨੂੰ ਵੱਧ ਤੋਂ ਵੱਧ ਜਿੰਨੇ ਸਰਵੇਖਣ ਆਏ ਆ ਉਹ ਕਹਿੰਦੇ ਜੀ ਕਿ 5 ਤੋਂ ਲੈ ਕੇ 10 ਸੀਟਾਂ ਬੜੀ ਮੁਸ਼ਕਲ ਦੇ ਨਾਲ ਮਿਲ ਲੈਂਦਾ। ਜਿਹੜੀ ਬੀਜੇਪੀ ਆ ਉਹ ਵੀ 3 ਤੋਂ ਲੈ ਕੇ 6 ਸੀਟਾਂ ਤੇ ਬਾਕੀ ਆ ਜਿਹੜੇ ਉਹਨਾਂ ਨੂੰ 3-4 ਸੀਟਾਂ ਬਾਕੀ ਉਹਨਾਂ ਦੇ ਸਾਥੀਆਂ ਨੂੰ। ਸੋ ਇਸ ਕਰਕੇ ਕੈਪਟਨ ਸਾਹਿਬ ਫਿਰ ਸਰਗਰਮੀ ਫੜਦੇ ਆ ਧੁਰਲੀ, ਜਿਵੇਂ ਨੈਣਾ ਧੁਰਲੀ ਜੀ ਨੀ ਮਾਰਦਾ ਹੁੰਦਾ ਉਸ ਤਰੀਕੇ ਨਾਲ ਮਾੜੇ ਮੋਟੇ ਸਰਗਰਮ ਜੀ ਹੋ ਰਹੇ ਆ ਜੀ। ਜੀ ਉਧਰ ਕਾਂਗਰਸ ਨੇ 5 ਸੂਬਿਆਂ ਦੇ ਵਿੱਚ ਸੀਨੀਅਰ ਆਗੂ ਭੇਜ ਦਿੱਤੇ ਨੇ ਪੰਜਾਬ ਚੋਂ ਜੀ। ਉਹਦਾ ਕਾਰਨ ਇਹ ਟਵਾਣਾ ਸਾਹਿਬ ਅਸਲ ਦੇ ਵਿੱਚ ਕਿਹਾ ਉਹ ਦੁੱਧ ਦਾ ਸਾੜਾ ਲੱਸੀ ਨੂੰ ਫੂਕਾ ਮਾਰ ਮਾਰ ਕੇ ਪੀਂਦਾ। ਇਹ ਇਹਨਾਂ ਨਾਲ ਹੋਇਆ ਪਿਛਲੀ ਵਾਰ ਦੇ ਵਿੱਚ ਬੜਾ ਮਾੜਾ। ਗੋਆ ਦੇ ਵਿੱਚ 2017 ਦੇ ਵਿੱਚ ਕਾਂਗਰਸ ਨੂੰ ਵੱਧ ਸੀਟਾਂ ਮਿਲਦਾ ਸੀ 16, ਕੁੱਲ 40 ਸੀਟਾਂ ਕਾਂਗਰਸ ਨੂੰ ਮਿਲ ਗਈਆਂ 16 ਤੇ ਬੀਜੇਪੀ ਨੂੰ ਮਿਲ ਗਿਆ 13। ਪਰ ਜਿਹਨੂੰ 13 ਮਿਲਦਾ ਸੀਟਾਂ ਉਹ ਆਲੇ ਦੁਆਲੇ ਹੱਥ ਪੱਲਾ ਮਾਰ ਕੇ ਸਰਕਾਰ ਬਣਾ ਗਏ, ਕਾਂਗਰਸ ਵਿਰੋਧੀ ਧਿਰ ਚ ਆ ਗਈ। ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਵਿਧਾਇਕ ਸੀਗੇ ਉਹ ਵੀ ਪੱਟ ਕੇ ਲੈ ਗਏ ਸਹੀ। ਹੁਣ ਉੱਥੇ 2-4 ਵਿਧਾਇਕ ਹੀ ਆ ਇਹਨਾਂ ਦੇ। ਮਣੀਪੁਰ ਦੇ ਵਿੱਚ ਵੀ ਇਵੇਂ ਹੋਇਆ ਸੀ, ਮਣੀਪੁਰ ਦੇ ਵਿੱਚ ਬੀਜੇਪੀ ਨੂੰ ਘੱਟ ਸੀਟਾਂ ਮਿਲ ਗਈਆਂ ਕਾਂਗਰਸ ਨੂੰ ਵੱਧ, ਪਰ ਇਸ ਦੇ ਬਾਵਜੂਦ ਬੀਜੇਪੀ ਨੇ ਸਰਕਾਰ ਬਣਾ ਲਈ। ਤੇ ਕਾਂਗਰਸ ਨੂੰ ਅੱਜ ਕੀ ਇਸ ਗੱਲ ਦਾ ਡਰ ਸਤਾਉਂਦਾ ਵੀ ਇਹ ਨਾ ਹੋਵੇ ਕਿਤੇ ਪਿਛਲੀ ਵਾਰ ਵਾਲੀ ਗੱਲ ਹੋਵੇ। ਉਹਨਾਂ ਨੇ ਹਾਈਕਮਾਨ ਨੇ ਆਪਦੇ ਸੀਨੀਅਰ ਆਗੂ ਆ ਨਾ ਜਿਹੜੇ ਉਹ ਵੱਖ ਵੱਖ ਸੂਬਿਆਂ ਦੇ ਵਿੱਚ ਭੇਜਦੇ ਆ ਤਾਂ ਜੋ ਆਪਦੇ ਆਉਣ ਵਾਲੇ ਵਿਧਾਇਕਾਂ ਦੀ ਨਿਗਰਾਨੀ ਕੀਤੀ ਜਾ ਸਕੇ ਵੀ ਇਹ ਨਾ ਹੋਵੇ ਸਾਡੇ ਬੰਦੇ ਫਿਰ ਪੱਟ ਕੇ ਲੈ ਜਾਣ। ਸੋ ਪੰਜਾਬ ਦੇ ਵਿੱਚ ਵੀ ਭੇਜੀ ਇੱਕ ਟੀਮ, ਉਧਰ ਪਤਾ ਲੱਗਾ ਗੋਆ ਦੇ ਵਿੱਚ ਵੀ, ਉੱਤਰਾਖੰਡ ਦੇ ਵਿੱਚ ਵੀ, ਮਣੀਪੁਰ ਦੇ ਵਿੱਚ ਵੀ ਭੇਜੀ ਆ। ਤੇ ਇੱਕ ਗੱਲ ਹੋਰ ਦੱਸਣੀ ਬਣਦੀ ਆ ਕਿ ਯੂਪੀ ਦੇ ਵਿੱਚ ਬੀਜੇਪੀ ਵਾਪਸ ਆ ਰਹੀ ਆ। ਮੈਂ ਇਹ ਨਹੀਂ ਕਹਿੰਦਾ ਵੀ ਕੋਈ ਮੇਰੀ ਕੋਈ ਸ਼ਰਧਾ ਅੰਨੀ ਹੈ ਕਿਸੇ ਪਾਰਟੀ ਦੇ ਪ੍ਰਤੀ, ਪਰ ਜਿਹੜੇ ਮੈਂ ਸਰਵੇਖਣ ਪੜ੍ਹੇ ਆ ਉਹਨਾਂ ਸਰਵੇਖਣਾਂ ਦੇ ਮੁਤਾਬਕ ਯੂਪੀ ਦੇ ਵਿੱਚ ਬੀਜੇਪੀ ਦੀ ਸਰਕਾਰ ਫਿਰ ਆਉਣ ਦੀ ਪੂਰੀ ਪੂਰੀ ਸੰਭਾਵਨਾ। ਸੀਟਾਂ ਘੱਟ ਜਾਣਗੀਆਂ ਪਰ ਸਰਕਾਰ ਬਣਾਉਣ ਦੇ ਵਿੱਚ ਫਿਰ ਕਾਮਯਾਬ ਹੋ ਜਾਣਗੇ। ਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਤੁਹਾਡੀ, ਇਹ ਇਹ ਸਾਰੇ ਐਗਜ਼ਿਟ ਪੋਲ ਇਹੀ ਕਹਿੰਦੇ ਨੇ। ਦੂਜੇ ਪਾਸੇ ਜੇ ਗੱਲ ਕਰੀਏ ਮੇਘਾਲਿਆ ਦੇ ਰਾਜਪਾਲ ਦੀ, ਸਤਿਆਪਾਲ ਮਲਿਕ ਜਿਹੜੇ ਨੇ, ਉਹਨਾਂ ਨੇ ਕਹੇ ਭਾਜਪਾ ਨੂੰ ਹਰਾਉਣ ਦੀ ਅਪੀਲ ਕਰੀ ਹੈ ਵੀ ਹੁਣ ਕੋਈ ਅਸਰ ਹੋ ਸਕਦਾ, ਵੋਟਾਂ ਤਾਂ ਪੈ ਚੁੱਕੀਆਂ ਨੇ। ਹਾਂ ਉਹਨਾਂ ਨੇ ਕਿਸੇ ਦੇਖੋ ਗੱਲ ਤਾਂ ਉਹਨਾਂ ਨੇ ਕਹੀ ਹੈ ਕੱਲ ਦੁਪਹਿਰ ਦੀ, ਪਰ ਜਿਹੜੇ ਦੇਸ਼ ਦੇ ਵਿੱਚ ਲੋਕ 5 ਸਾਲ ਦੀ ਗੱਲ ਨਾ ਸੁਣਦੇ ਹੋਣ ਉਹ ਇੱਕ ਘੰਟਾ ਪਹਿਲਾਂ ਦੀ ਗੱਲ ਤੇ ਕੀ ਅਮਲ ਕਰਨਗੇ। ਤੇ ਜਿਸੇ ਸਾਨੂੰ ਕੁੱਟ ਖਾ ਕੇ ਵੀ ਇਹ ਆਦਤ ਪਈ ਹੋਵੇ ਭਾਈ ਛਤਰੌਲ ਸਾਡੇ ਵਧੀਆ ਤਰੀਕੇ ਨਾਲ ਫੇਰਿਆ ਕਰੋ ਵੀ ਸਾਡੇ ਐ ਸਵਾਰ ਨਹੀਂ ਆਇਆ ਏਦਾਂ ਛਤਰਕਾਰ ਦਾ, ਤੇ ਸੋਹਣਾ ਚਿੱਤਰ ਹੋਵੇ ਕੋਈ 12-18 ਨੰਬਰ ਦਾ ਹੋਵੇ ਸਾਡੇ, ਫੇਰ ਵਧੀਆ ਪਿੱਛੇ ਛਪਿਆ ਹੋਵੇ ਚੰਗੀ ਤਰ੍ਹਾਂ, ਤੇ ਫੇਰ ਭਾਵੇਂ ਸਾਰੀ ਉਮਰ ਸਾਡੀ ਉਹ ਮੂਵ ਲਾਉਂਦਾ ਵੀ ਨਿਕਲ ਜੇ ਵੀ ਭਾਈ ਆ ਜਿਹੜੇ ਦੰਦ ਦੁੱਧ ਨਿਕਲ ਜੇ, ਤੇ ਫੇਰ ਸਾਨੂੰ ਕੋਈ ਏਡੀ ਪਰਵਾਹ ਵੀ ਨਹੀਂ ਹੁੰਦੀ। ਹੁਣ ਜਿਹੜੇ ਮੇਘਾਲਿਆ ਦੇ ਰਾਜਪਾਲ ਸਤਿਆਪਾਲ ਮਲਿਕ, ਉਹਨਾਂ ਨੇ ਕਿਸਾਨ ਅੰਦੋਲਨ ਦੇ ਵਿੱਚ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਬਹੁਤ ਗੱਲਾਂ ਕੀਤੀਆਂ,
ਉਹਨਾਂ ਨੇ ਕੇਂਦਰ ਦੀ ਸਰਕਾਰ ਨੂੰ ਬੜਾ ਘੇਰਿਆ ਸੀ। ਉਹਨਾਂ ਨੇ ਕੱਲ ਵੀ ਇਹ ਗੱਲ ਕਹੀ ਹੈ ਕਿ ਬੀਜੇਪੀ ਨੂੰ ਯੂਪੀ ਦੇ ਵਿੱਚ ਹਰਾਉਣਾ ਸਮੇਂ ਦੀ ਬਹੁਤ ਵੱਡੀ ਲੋੜ ਆ, ਤੇ ਉਹ ਕਹਿੰਦੇ ਸੀ ਕਿ ਕਿਸਾਨ ਅੰਦੋਲਨ ਦੇ ਨਾਲ ਖਤਮ ਕਰਵਾਉਣ ਦੇ ਲਈ ਜਿਹੜੇ ਵਾਅਦੇ ਕੀਤੇ ਗਏ ਸੀ ਉਹਨਾਂ ਨੂੰ ਪੂਰਾ ਨਹੀਂ ਕੀਤਾ ਗਿਆ। ਤੇ ਮੈਂ ਜਦੋਂ ਸਾਬਕਾ ਰਾਜਪਾਲ ਤੇ ਮੈਂ ਪੂਰੇ ਦੇਸ਼ ਦਾ ਦੌਰਾ ਕਰੂੰਗਾ ਕਿਸਾਨਾਂ ਨੂੰ ਇਕੱਠੇ ਕਰਨ ਦੇ ਲਈ ਤੇ ਦੇਸ਼ ਨੂੰ ਲਾਮਬੰਦ ਕਰਨ ਦੇ ਲਈ। ਤੇ ਉਹਨਾਂ ਨੇ ਇੱਕ ਹੋਰ ਬੜੀ ਮਹੱਤਵਪੂਰਨ ਗੱਲ ਕਹੀ ਹੈ ਕਿ ਬੀਜੇਪੀ ਦੇ ਆਗੂਆਂ ਨੂੰ ਵੱਟੋ ਵੱਟ ਦੌੜਾਉਂਦੇ ਹੁੰਦੇ ਸੀ ਕਿਸਾਨ, ਤੇ ਸਿਮਰਤੀ ਇਰਾਨੀ ਨੂੰ ਉਹ ਕਹਿੰਦੇ ਸੀ ਕਿ ਮੈਂ ਦੌੜਦੇ ਆਪ ਦੇਖਿਆ ਹੋਇਆ। ਸੋ ਆਹ ਗੱਲਾਂ ਕਹਿੰਦਾ ਸਤਿਆਪਾਲ ਮਲਿਕ ਸਾਹਿਬ ਨੇ ਜਿਹੜੇ ਉਹ ਸਤਿਕਾਰਯੋਗ ਆ, ਉਹਨਾਂ ਨੇ ਸਮੇਂ ਸਮੇਂ ਤੇ ਕਿਸਾਨ ਪੱਖੀ ਗੱਲਾਂ ਕੀਤੀਆਂ, ਸਾਡੇ ਮਨ ਚ ਸਤਿਕਾਰ ਉਹਨਾਂ ਦੇ ਪ੍ਰਤੀ। ਪਰ ਗੱਲ ਮਲਿਕ ਸਾਹਿਬ ਨੂੰ ਇਹਦੇ ਵਿੱਚ ਨਹੀਂ ਬਣਦੀ ਹੈ ਕਿ ਦੇਖੋ ਲੋਕ ਤਾਂ ਲੋਕ ਹੀ ਹੁੰਦੇ ਆ, ਲੋਕਾਂ ਦੇ ਬਾਰੇ ਇੱਕ ਧਾਰਨਾ ਬਣੀ ਹੋਈ ਆ ਕਿ ਇਹਨਾਂ ਦੀ ਇੱਕ ਵਾਰੀ ਇੱਕ ਰਾਜਾ ਸੀਗਾ ਤੇ ਰਾਜਾ ਸੀਗਾ ਬੜਾ ਦਿਆਲੂ ਤੇ ਖਜ਼ਾਨਾ ਸੀਗਾ ਉਹਦਾ ਖਾਲੀ, ਜਿਵੇਂ ਪੰਜਾਬ ਦਾ ਖਾਲੀ ਹੈ। ਚਲੋ ਪੰਜਾਬ ਦੇ ਵਿੱਚ ਤਾਂ ਕੋਈ ਹੈ ਨੀ ਗਾ ਦਿਆਲੂ ਇੱਥੇ, ਪਰ ਖਜ਼ਾਨਾ ਖਾਲੀ ਸੀ। ਉਹਦੇ ਸਲਾਹਕਾਰ ਦੇ ਰਹਿ ਦਿੱਤੀ ਕਹਿੰਦੇ ਵੀ ਮਹਾਰਾਜ ਆਪਾਂ ਨਾ ਟੈਕਸ ਜਿਹੜਾ 5% ਵਧਾ ਦਈਏ ਜਨਤਾ ਤੇ ਆਪਣਾ ਖਜ਼ਾਨਾ ਭਰ ਜਾਊਗਾ। ਉਹ ਕਹਿੰਦਾ ਨਾ ਯਾਰ ਐ ਨਾ ਕਰੋ ਵੀ ਲੋਕ ਮਾਰੇ ਜਾਣਗੇ, ਲੋਕ ਨਪੀੜੇ ਜਾਣਗੇ। ਉਹ ਕਹਿੰਦੇ ਮਹਾਰਾਜ 2 ਦਿਨ ਲੋਕ ਐਂ ਕਰਦੇ ਹੁੰਦੇ, ਤੀਜੇ ਦਿਨ ਆਪ ਹੀ ਲੱਗ ਪੈਂਦੇ ਹੁੰਦੇ ਟੈਕਸ ਦੇਣ ਹੱਸ ਕੇ। ਰਾਜਾ ਕਹਿੰਦਾ ਚਲੋ ਠੀਕ ਆ, ਮੈਂ ਉਹਦੀ ਖਜ਼ਾਨਾ ਥੋੜਾ ਜਿਹਾ ਠੀਕ ਹੋ ਗਿਆ। ਉਹ ਸਲਾਹਕਾਰ ਲਾਲਚੀ ਸੀਗਾ, ਕਹਿੰਦਾ ਮਹਾਰਾਜ 5 ਦੀ ਥਾਂ 3 ਨਾ, ਜੇ ਆਪਾਂ ਨੂੰ 10% ਕਰ ਦਈਏ ਟੈਕਸ ਆਪਣਾ ਖਜ਼ਾਨਾ ਛੇਤੀ ਭਰ ਜੇ। ਰਾਜਾ ਕਹਿੰਦਾ ਐਂ ਨਾ ਕਰ ਯਾਰ, ਲੋਕ ਮਾਰੇ ਜਾਣਗੇ, ਲੋਕ ਲੜ ਪੈਣਗੇ, ਲੋਕ ਗਲ ਚ ਸਾਫਾ ਪਾ ਲੈਣਗੇ ਆਪਣੇ। ਉਹ ਕਹਿੰਦਾ ਵੀ ਮਹਾਰਾਜ ਆਪੇ 2-3 ਦਿਨ ਹੀ ਕਰਦੇ ਹੁੰਦੇ, ਫੇਰ ਉਹਦੇ ਆ ਜਾਂਦੇ ਆ। ਲੈ ਜੀ ਉਹਨਾਂ ਨੇ ਖਜ਼ਾਨਾ ਹੋਰ ਭਰਨਾ ਸ਼ੁਰੂ ਹੋ ਗਿਆ। ਲੈ ਜੀ ਉਹ ਅਕਲ ਨੇ ਕਹਿੰਦਾ ਐਂ ਕਰੋ ਮਹਾਰਾਜ, ਖਜ਼ਾਨਾ ਕਰ ਦੋ ਪੂਰਾ ਫੁੱਲ ਵਟਾ ਫੁੱਲ, 20% ਟੈਕਸ ਕਰਦੇ ਆ। ਰਾਜਾ ਕਹਿੰਦਾ ਨਹੀਂ, ਹੁਣ ਵੀ ਐਂ ਲੋਕ ਮਾਰਦੇ ਥੋੜੀ ਹੈ, ਰੌਬ ਬਹੁਤ ਰੌਲਾ ਪਾਉਣਗੇ। ਕਹਿੰਦਾ ਇਹ 2 ਦਿਨ ਹੀ ਪਾਉਣਗੇ, ਇਹ ਫੇਰ ਉੱਥੇ ਹੀ ਆ ਜਾਣੇ ਆ, ਬੇਫਿਕਰ ਰਹੋ ਤੁਸੀਂ। ਲੋ ਜੀ ਉਹਨਾਂ ਨੇ ਇਹ ਵੀ ਕਰਤਾ। ਰਾਜੇ ਨੂੰ ਇਸ ਗੱਲ ਦੀ ਆਸ ਸੀ ਵੀ ਭਾਈ ਲੋਕਾਂ ਨੇ ਤਾਂ ਰੌਲਾ ਪਾਉਣਾ ਤੇ ਮੇਰੇ ਕੋਲ ਆਉਣਗੇ, ਤੇ ਮੈਂ ਨਾ ਕਰੋ ਉਸ ਤੋਂ ਬਾਅਦ ਸਾਰੇ ਟੈਕਸ ਮਾਫ ਕਰਕੇ ਪਹਿਲਾਂ ਵਾਂਗੂ ਕਰ ਦੇਣਾ, ਮੈਂ ਵੇਹਦਾ ਵੀ ਲੋਕ ਆਉਂਦੇ ਕਦੋਂ ਆ। ਇੱਕ ਦਿਨ ਰਾਜੇ ਨੇ ਇਹ ਵੀ ਗੱਲ ਕਰਤੀ, ਕਹਿੰਦਾ ਵੀ ਟੈਕਸ ਦੇ ਨਾਲ ਨਾਲ ਨਾ ਹਰ ਬੰਦੇ ਦੇ 5-5 ਛਿੱਤਰ ਵੀ ਮਾਰੇ ਜਾਣ। ਜੇ ਉਹ ਤਾਂ ਹੁਣ ਤਾਂ ਹੀ ਆਇਆ ਹੀ ਕਰਨਗੇ ਨਾ, ਹੁਣ ਆ ਕੇ ਦਰਦ ਕਹਾਣੀ ਉਹਦੀ ਬਿਆਨ ਕਰਨਗੇ, ਤੇ ਲੋਕ ਇਕੱਠੇ ਹੋ ਕੇ ਇੱਕ ਦਿਨ ਆ ਗਏ। ਉਹ ਜਿਹੜੇ ਇਕੱਠੇ ਹੋ ਕੇ ਆਏ ਉਹਨਾਂ ਨੂੰ ਕਹਿੰਦੇ ਮਹਾਰਾਜ, ਰਾਜਾ ਕਹਿੰਦਾ ਵੀ ਹਾਂ ਦੱਸੋ ਕੀ ਹੁਕਮ ਆ, ਕੀ ਸੇਵਾ। ਉਹ ਇੱਕ ਜਿਹੜਾ ਸਰਪੰਚ ਸੀ ਉਹਨਾਂ ਦਾ ਸਭ ਤੋਂ ਮੂਹਰਲਾ ਲੋਕਾਂ ਦੇ ਕੱਖ ਦਾ, ਉਹ ਕਹਿੰਦਾ ਮਹਾਰਾਜ ਤੁਸੀਂ ਸਾਡੇ ਤੇ ਟੈਕਸ ਲਾਇਆ, ਅਸੀਂ ਸਿਰ ਮੱਥੇ ਕਬੂਲ ਕੀਤਾ ਦਿੱਤਾ, ਤੁਸੀਂ ਸਾਡੇ ਛਿੱਤਰ ਮਾਰਦੇ ਹੋ ਇਹ ਵੀ ਸਿਰ ਮੱਥੇ ਕਬੂਲ, ਪਰ ਸਾਡੀ ਸਾਰਿਆਂ ਦੀ ਇੱਕ ਹੱਥ ਜੋੜ ਬੇਨਤੀ ਆ ਵੀ ਟਾਈਮ ਬਹੁਤ ਲੱਗਦਾ ਛਿੱਤਰ ਖਾਣ ਤੇ, ਅਸੀਂ 2-2 ਘੰਟੇ ਕਤਾਰ ਚ ਲੱਗੇ ਰਹਿੰਦੇ ਹਾਂ, ਵੇਟ ਕਰਦੇ ਰਹਿੰਦੇ ਹਾਂ, ਛਿੱਤਰ ਮਾਰਨ ਵਾਲੇ ਬੰਦਿਆਂ ਦੀ ਗਿਣਤੀ ਵਧਾਈ ਜਾਵੇ, 5 ਦੀ ਥਾਂ ਤੇ ਭਾਵੇਂ 15 ਛਿੱਤਰ ਮਾਰੇ ਜਾਣ, ਪਰ ਤੁਹਾਨੂੰ 2 ਮਿੰਟਾਂ ਚ ਫ੍ਰੀ ਕਰ ਦਿਆ ਕਰੋ। ਵੀ ਸਾਡੇ ਦੇਸ਼ ਦੇ ਲੋਕਾਂ ਦੀ ਹਾਲਤ ਇਹ ਆ ਵੀ ਸਾਡੇ ਛਿੱਤਰ ਪੈਣੇ ਆ, ਇਹ ਸਾਡੀ ਕਿਸਮਤ ਆ, ਕਤਾਰ ਦੇ ਵਿੱਚ ਅਸੀਂ ਲੱਗੇ ਹੋਏ ਆ, ਵੇਲੇ ਕੋਲ ਫ੍ਰੀ ਕਰ ਦਿਆ ਕਰੋ। ਜੀ ਜੀ ਜੀ, ਹੁਣ ਵੇਲਾ ਹੋ ਗਿਆ, ਟਾਈਮ ਹੋ ਗਿਆ ਫ੍ਰੀ ਹੋਣ ਦਾ। ਟਾਣਾ ਸਾਹਿਬ ਹੁਣ ਇੱਥੇ ਹੀ ਲੈਂਦੇ ਆ ਇਜਾਜ਼ਤ, ਕੱਲ ਨੂੰ ਫੇਰ ਕਰਾਂਗੇ ਭਾਰਤ ਦੇ ਲੋਕਾਂ ਦੇ ਉੱਤੇ ਬੀਜੇਪੀ ਨੇ ਜਾਂ ਦੂਜਿਆਂ ਸਾਰੀਆਂ ਪਾਰਟੀਆਂ ਰਲ ਕੇ ਕਿੰਨੇ ਕੁ ਛਿੱਤਰ ਫਿਰੇ, ਇਹ ਨਤੀਜੇ 10 ਮਾਰਚ ਨੂੰ ਆਉਣਗੇ। ਪਰ ਹੁਣ ਲੈਂਦੇ ਆ ਤੁਹਾਡੇ ਕੋਲੋਂ ਇਜਾਜ਼ਤ, ਸਤਿ ਸ੍ਰੀ ਅਕਾਲ ਟਾਣਾ ਸਾਹਿਬ, ਸ਼ੁਕਰੀਆ ਜੀ। ਸੋ ਦੋਸਤੋ, ਇਹ ਸੀ ਸਵਰਨ ਸਿੰਘ ਟਾਣਾ ਜਲੰਧਰ ਤੋਂ ਖਬਰਾਂ ਦੀ ਖਬਰਸਾਰ ਪ੍ਰੋਗਰਾਮ ਦੇ ਵਿਚ। ਹੁਣ ਮੈਨੂੰ ਦਿਓ ਇਜਾਜ਼ਤ, ਫਿਰ ਮਿਲਣ ਦੇ ਬਾਅਦ ਨਾਲ, ਸਤਿ ਸ੍ਰੀ ਅਕਾਲ ਦੋਸਤੋ।